ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇ ਸ਼ਾ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਆਪਣੇ ਉਹੀ ਪ੍ਰੋਗਰਾਮ ਦੇ ਵਿੱਚ ਪ੍ਰਾਈਮ ਫੋਕਸ ਹਾਜ਼ਰੀ ਹੈ ਜੀ ਸਾਡਾ ਕੰਮ ਉਹੀ ਹੈ ਜੀ 24 ਘੰਟੇ ਲੰਘ ਜਾਂਦੇ ਆ ਤੇ 24 ਘੰਟਿਆਂ ਵਿੱਚ ਬਹੁਤ ਕੁਝ ਘਟਦਾ ਵਾਪਰਦਾ ਤੇ ਉਹ ਆਪ ਜੀ ਦੇ ਨਾਲ ਗੱਲਾਂ ਬਾਤਾਂ ਦੇ ذریعے ਸਾਂਝਾ ਕਰ ਲਈਦਾ ਇੱਕ ਤੇ ਵਿਧਾਨ ਸਭਾ ਦੀ ਕਾਰਵਾਈ ਵਾਵਾ ਗਰਮੋਂ ਗਰਮੀ ਕੰਮ ਉੱਥੇ ਹੋਇਆ ਜੋ ਕੁਝ ਹੋਤੀ ਹੋਇਆ ਉਹਦੀ ਗੱਲ ਵੀ ਕਰ ਲਵਾਂਗੇ ਫਿਰ ਜਿਹੜੇ ਇਸ ਵਕਤ ਕੁਝ ਕੇਸ ਪਿਛਲੇ ਸਮੇਂ ਤੋਂ ਚੱਲਦੇ ਪਏ ਸੀ ਉਹਨਾਂ ਕੇਸਾਂ ਦੇ ਵਿੱਚ ਕੀ ਕੀ ਅਪਡੇਟ ਆ ਉਹਦਾ ਜ਼ਿਕਰ ਵੀ ਕਰਨਾ ਬਣਦਾ ਤੇ ਫਿਰ ਜੇਕਰ ਕੋਈ ਇਧਰ ਉਧਰ ਦੀਆਂ ਗੱਲਾਂ ਬਾਤਾਂ ਦਾ ਵੀ ਹੋਊਗਾ ਨਾਲ ਅੱਜ ਬੰਦੇ ਫਿਰ ਜੁੜੇ ਨੇ ਕੀ ਹਾਲ ਨੇ WhatsApp ਕਿੰਨਾ ਗੱਲਾਂ ਬਾਤਾਂ ਜੀ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਰਾਇਦਾ ਠੀਕ ਆ ਮੌਜਾਂ ਜਜਾਰੇ ਨਹੀਂ ਨਹੀਂ ਜਜਾਰੇ ਬਾੜੀ ਰਾਤ ਲਈ ਜੀ ਦੇਖੋ ਜੇ ਜਾਰੇ ਚਾਹੀਦੇ ਆ ਸਾਰੀ ਦੁਨੀਆ ਨੂੰ ਹੁਣ ਬਰਾਬਰ ਨਾਲੋਂ ਨਾਲ ਤਾਂ ਫੇਰ ਹੀ ਗੱਲ ਚੱਲਦੀ ਆ ਜੀ ਹੂੰ ਇਹ ਤੇ ਗੱਲ ਹੈਗੀ ਵੈਸੇ ਮੈਂ ਤਾਂ ਇਹ ਆਤਪਾਈ ਕਹਿਣ ਦੀ ਉਹ ਕਹਿੰਦੇ ਕਈ ਇਹ ਨਾਲ ਤੇ ਫਿਰ ਹੁਣ ਲੱਗ ਪੈਂਦਾ ਉਦਾਂ ਆ ਮੈਨੂੰ ਦੇ ਬੜੇ ਬੰਦਿਆਂ ਨੇ ਸਿਆਣੀਆਂ ਨੇ ਮਤ ਦਿੱਤੀ ਉਹ ਕਹਿੰਦੇ ਵੀ ਜਿੱਦਾਂ ਜਿੱਦਾਂ ਤੁਸੀਂ ਕਹੀ ਜਾਓ ਉਦਾਂ ਉਦਾਂ ਹੋ ਜਾਂਦਾ ਤੇ ਮੈਂ ਤੇ ਇਹ ਸੋਚਦਾ ਹੈ ਵੀ ਉਹ ਸੁਹਾਗੇ ਵਾਲੀ ਇੱਕ ਉਦਾਹਰਣ ਹੀ ਦਿੰਦੇ ਹੁੰਦੇ ਵੀ ਉਹ ਸਾਰਾ ਦਿਨ ਸੁਹਾਗੇ ਨੂੰ ਆਖ ਗਿਆ ਵੀ ਤੂੰ ਸੁਹਾਗਾ ਸੋਨੇ ਦਾ ਆ ਜਾ ਤੂੰ ਹੋਈ ਜਾ ਸੋਨੇ ਦਾ ਤੈਨੂੰ ਹੁਣ ਹੋਣਾ ਹੀ ਪੈਣਾ ਹੈ ਸੋਨੇ ਦਾ ਇੱਕ ਹੀ ਕਹਾਣੀ ਦੇ ਫਿਰ ਚੱਲ ਗੋਇਦਾ ਆ ਜਾ ਤੇ ਹੋ ਗਿਆ ਮੈਨੂੰ ਇਹ ਵੀ ਆ ਉਹ ਉਹ ਵੀ ਨਹੀਂ ਕਹਿਣਾ ਮੈਂ ਸੋਨੇ ਦੇ ਕਰਨਾ ਵੇਖੀਏ ਨਹੀਂ ਗੱਲ ਤੁਹਾਡੀ ਠੀਕ ਆ ਸੰਧਾਲੀਆ ਸਾਹਿਬ ਵੈਸੇ ਰੌਲਾ ਇਹ ਆ ਕਿ ਅੱਜ ਜਿੱਦਾਂ ਦਾ ਸਮਾਂ ਚੱਲਦਾ ਨਾ ਜੇ ਬੰਦਾ ਚੜ੍ਹਦੀ ਕਲਾ 'ਚ ਨਹੀਂ ਰਹੂਗਾ ਜੇ ਬੰਦਾ ਹਾਫ ਆਖੀ ਅਪਰੋਚ ਨਹੀਂ ਰਹੂਗਾ ਤਾਂ ਮਿੰਟ ਦੋ ਲੱਗਦੇ ਉਹਨੂੰ ਹੂੰ ਚੱਲ ਸਿੱਧਾ ਹੀ ਠਾ ਨਹੀਂ ਤੇ ਆ ਇਸ ਕਰਕੇ ਬਚਣਾ ਚਾਹੀਦਾ ਨਹੀਂ ਨਹੀਂ ਮੈਂ ਤਾਂ ਹੀਓ ਸੋਚਿਆ ਮੈਂ ਹੱਬ ਕੋਈ ਗੱਲ ਨਹੀਂ ਸਾਪ ਰਾਨ ਚਲੀ ਜਾਂਦੇ ਇੰਨੇ ਬਹੁਤ ਇੰਨਾ ਹੀ ਬੜਾ ਵੀ ਚਲੋ ਜੀ ਚਲੀ ਜਾਣਗੇ ਤੇ ਹੋ ਜਾਣੇ ਗੱਲ ਨੂੰ ਕੁਛ ਨਾ ਕੁਛ ਹੋਰ ਫਰਕ ਵੀ ਪਊਗਾ ਜੀ ਜੀ ਅੱਛਾ ਦੂਜੀ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਆ ਵੀ ਵਿਧਾਨ ਸਭਾ ਦੀ ਕਾਰਵਾਈ ਵੀ ਹੈਗੀ ਆ ਤੇ ਹੋਰ ਇਧਰ ਉਧਰ ਲੀਆਂ ਕਾਰਵਾਈਆਂ ਵੀ ਹੈਗੀਆਂ ਕਿਧਰੋਂ ਸ਼ੁਰੂ ਹੋਣਾ ਆਪਾਂ ਮੈਨੂੰ ਲੱਗਦਾ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਮਹਾਰਾਸ਼ਟਰ ਦੀ ਕਰਨੀ ਆ ਤੇ ਮਹਾਰਾਸ਼ਟਰ ਤੋਂ ਵੀ ਪਹਿਲਾਂ ਹੂੰ ਗੱਲ ਕਰਨੀ ਅਮਰੀਕਾ ਦੀ ਅਮਰੀਕਾ ਦੀ ਕਰ ਲੈਨੇ ਆ ਜਿਹੜੇ ਕੱਲ ਆਪਾਂ ਬੰਦੇ ਦੱਸੇ ਸੀ ਨਾ ਪਹਿਲਾਂ 46 46 ਤੋਂ ਬਾਅਦ 50 ਫਿਰ 50 ਤੋਂ ਟੱਪ ਗਿਆ 51 ਮੌਤਾਂ ਹੋ ਗਈਆਂ ਉਸ ਟਰੱਕ ਦੇ ਕੰਟੇਨਰ ਦੇ ਵਿੱਚ ਜਿਹੜੇ ਲੂਕ ਬਾਰਡਰ ਪਾਰ ਕਰਕੇ ਅਮਰੀਕਾ ਵਾਲੇ ਪਾਸੇ ਆਏ ਸੀ ਹਾਲਾਂਕਿ ਸਬੂਤ ਕੋਈ ਨਹੀਂ ਸਰਕਾਰ ਕਹਿੰਦੀ ਜੀ ਲੱਗਦਾ ਹੈ ਹੋਰ ਤਾਂ ਕੋਈ ਕੱਲ ਨਹੀਂ ਅਮਰੀਕਾ ਦੇ ਵਿੱਚ ਤੱਕ ਕਿਨੇ ਕਿਸ ਨੇ ਟਰੱਕ 'ਚ ਬੈਠ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੂੰ ਹੋਰ ਕਿਸੇ ਦੇਸ਼ ਦੀ ਕੈਨੇਡਾ ਤੋਂ ਬਿਨਾ ਮੈਕਸੀਕੋ ਤੋਂ ਬਿਨਾ ਹੱਦ ਕੋਈ ਨਹੀਂ ਲੱਗਦੀ ਕੈਨੇਡਾ ਤੋਂ ਤੇਦਾ ਕੰਟੇਨਰ 'ਚ ਕਿਨੇ ਜਾਣਾ ਹੂੰ ਆਉਂਦੇ ਤਾਂ ਮੈਕਸੀਕੋ ਵਾਲੇ ਪਾਸੇ ਹੁਣ ਕੁੱਲ ਗਿਣਤੀ ਹੋ ਗਈ 51 ਉਹਦੇ ਵਿੱਚੋਂ ਵੀ ਸਭ ਤੋਂ ਵੱਡੀ ਗੱਲ ਹੈ ਕਿ 10% ਬੱਚੇ ਨੇ ਯਾਨੀ ਕਿ 5 ਹੂੰ ਉਹਦੇ ਵਿੱਚੋਂ ਪੰਜ ਮਰਨ ਵਾਲੇ ਜੇ ਬੱਚੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਉਹਨਾਂ ਨੇ ਵੋਟ ਪਾਈ ਆ ਕਿ ਗਲਤ ਸਰਕਾਰ ਬਣਾਤੀ ਨਾ ਉਹਨਾਂ ਨੇ ਕਿਤੇ ਖਾਦ ਪਾਈ ਆ ਨਾ ਉਹਨਾਂ ਨੇ ਕੋਈ ਬੰਬ ਸਿਟਿਆ ਕਿਤੇ ਉਹ ਜਨਮ ਲਿਆ ਉਹਨਾਂ ਨੇ ਦੁਨੀਆ ਦੇ ਉੱਤੇ ਤੇ ਉਹ ਦੁਨੀਆ ਤੋਂ ਚਲੇ ਗਏ ਕਸੂਰਵਾਰ ਤਾਂ ਜਿਹੜੇ ਆਪਾਂ ਬਾਲਗ 18 ਸਾਲ ਤੋਂ ਉੱਪਰ ਵਾਲੇ ਆ ਉਹ ਹੋਵਾਂਗੇ ਹੂੰ ਤੇ ਜਿਹੜਾ ਟਰੱਕ ਦਾ ਡਰਾਈਵਰ ਆ ਉਹ ਕਹਿੰਦੇ ਜ ਨੇੜੇ ਖੇਤਾਂ 'ਚ ਉਹ ਅਗਲੇ ਨੇ ਦਬੋਚ ਲਿਆ ਫੜ ਲਿਆ ਅਮਰੀਕਾ ਦਾ ਨਾਗਰਿਕ ਆ ਉਹ ਇਨਵੈਸਟੀਗੇਸ਼ਨ ਚੱਲਦੀ ਆ ਸੰਧਾਲੀਆ ਸਭ ਬੰਦੇ ਅੰਦਰ ਹੋ ਜਾਣਗੇ ਬਾਕੀ ਹਣਜਾ ਹੋ ਸਕਦਾ ਉਹਨਾਂ ਨੂੰ ਨਾਗਰਿਕਤਾ ਮਿਲ ਜਾਏ ਜਿਸ 100 ਬੰਦਾ ਫੜੇ ਸੀਗਾ ਟੋਟਲ ਵਿੱਚ ਉਹਦੇ ਪਰ ਕੋਈ ਕੋਈ ਘਟਨਾ ਹੁੰਦੀ ਹੈ ਜਿਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਕੋਈ ਕੋਈ ਘਟਨਾ ਹੁੰਦੀ ਹੈ ਜਿਸ ਘਟਨਾ ਤੋਂ ਸਾਨੂੰ ਸਿੱਖ ਕੇ ਅੱਗੇ ਤੁਰਨਾ ਚਾਹੀਦਾ ਕਿ ਪਾਈ ਪਵੇਖ ਦੇ ਵਿੱਚ ਏਦਾਂ ਕੋਈ ਕੰਟੇਨਰ ਚ ਸਾਹ ਕੁੱਟ ਕੇ ਗਰਮੀ ਨਾਲ ਨਾ ਮਰੇ ਪਰ ਮੈਂ ਹੈਰਾਨ ਇਸ ਗੱਲ ਨੂੰ ਆ ਕਿ ਪੰਜਾਬ ਦੇ ਕਿਸੇ ਰਾਜਨੀਤਿਕ ਲੀਡਰ ਦਾ ਬਿਆਨ ਨਹੀਂ ਆਇਆ ਉਹ ਕਹਿੰਦੇ ਹੋ ਸਕਦੇ ਆ ਕਿ ਉਹਦੇ ਵਿੱਚ ਕੋਈ ਵੀ ਨਹੀਂ ਸੀ ਪੰਜਾਬੀ ਹੈ ਨਹੀਂਗਾ ਪਹਿਚਾਣ ਹੁਣ ਤੱਕ ਜੋ ਹੋਈ ਹੈ ਕੋਈ ਪੰਜਾਬੀ ਨਹੀਂ ਚੰਗੀ ਲੱਗ ਰਿਹਾ ਕੋਈ ਭਾਰਤੀ ਨਹੀਂ ਚੰਗੀ ਲੱਗ ਰਿਹਾ ਪਰ ਦੁਨੀਆ ਦਾ ਤਾਂ ਕੋਈ ਬੰਦਾ ਸੀ ਮਲਟਾ ਕੰਡ ਹੋਇਆ ਸਾਡੇ ਮੁੰਡੇ ਮਾਰੇ ਆ ਪਿਛਲੇ ਸਮੇਂ ਦੇ ਵਿੱਚ ਬਹਾਮਸ ਟਾਪੂ ਤੋਂ ਅਮਰੀਕਾ ਆਉਂਦੇ ਕਈ ਸਾਡੇ ਪੰਜਾਬ ਦੇ ਨੌਜਵਾਨ ਲੱਭੇ ਨਹੀਂ ਅਜੇ ਤੱਕ ਮਾਪੇ ਇਧਰ ਉਧਰ ਟੱਕਰਾ ਮਾਰ ਕੇ ਕਦੇ ਪੁਲਿਸ ਦੇ ਦਫ਼ਤਰਾਂ 'ਚ ਕਦੇ ਸਿਵਲ ਦੇ ਦਫ਼ਤਰਾਂ 'ਚ ਕਦੇ ਕਿਸੇ ਮੰਤਰੀ ਕਿਸੇ ਵਿਧਾਇਕ ਵਾਲੇ ਪਾਸੇ ਟੱਕਰਾ ਮਾਰ ਕੇ ਹਟ ਗਏ ਕਿੰਨੇ ਪੰਜਾਬ ਦੇ ਨੌਜਵਾਨ ਸੀ ਜਿਹੜੇ ਜਦੋਂ ਆ ਰੂਸ ਤੇ ਯੂਕਰੇਨ ਦਾ ਯੁੱਧ ਜੇ ਸ਼ੁਰੂ ਹੋਇਆ ਉਦੋਂ ਪਤਾ ਲੱਗਾ ਸੀ ਕਿ ਇਲੀਗਲ ਬਾਰਡਰ ਪਾਰ ਕਰਕੇ ਯੂਕਰੇਨ 'ਚ ਬੜੇ ਆ ਜਿਨ੍ਹਾਂ ਨੇ ਅੱਗੇ ਯੂਰਪ ਜਾਣਾ ਸੀ ਯਾਨੀ ਕਿ ਇਹ ਵਰਤਾਰਾ ਸਾਡੇ ਨਾਲ ਸੰਬੰਧਿਤ ਆ ਪਰ ਸਾਡੇ ਲੀਡਰ ਸਾਡੇ ਬੁੱਧੀਜੀਵੀ ਸਾਡੇ ਜਿਹੜੇ ਲੋਕ ਇਹ ਦਾਵਾ ਕਰਦੇ ਆ ਕਿ ਅਸੀਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਅਸੀਂ ਕਰਤਾ ਤਰਤਾ ਆ ਥੋਡੇ ਉਹਨਾਂ ਦੇ ਲਈ ਇਹ ਘਟਨਾ ਘਟਨਾ ਹੀ ਨਹੀਂ ਉਹ ਕਹਿੰਦੇ ਠੀਕ ਹੈ ਸਾਡੇ ਥੋੜੀ ਸੀ ਹੂੰ ਜੇ ਥੋੜੇ ਨਹੀਂ ਸੀ ਤੇ ਕਦੇ ਥੋੜੇ ਵੀ ਹੁੰਦੇ ਆ ਯਾਨੀ ਕਿ ਸਮੁੱਚੀ ਦੁਨੀਆ ਦੇ ਵਿੱਚ ਇਹ ਜਿਹੜੀ ਹਿਊਮਨ ਟ੍ਰੈਫਿਕਿੰਗ ਵਾਲਾ ਮਸਲਾ ਮਨੁੱਖੀ ਤਸਕਰੀ ਵਾਲਾ ਮਸਲਾ ਕਿ ਇੱਕ ਬਾਡਰ ਤੋਂ ਦੂਜੇ ਬਾਡਰ ਦੂਜੇ ਬਾਡਰ ਤੋਂ ਤੀਜੇ ਬਾਡਰ ਟਪਾਉਣ ਵਾਲਾ ਮਸਲਾ ਉਹਦੇ ਉੱਤੇ ਮਾੜਾ ਮੋਟਾ ਕੋਥਰੂ ਕਰਨਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਮਤਾ ਪੈਂਦਾ ਸਾਰੇ ਐਮਐਲ ਕਹਿੰਦੇ ਕਿ ਪਾਈਆ ਲਾਸ਼ਾਂ 51 ਬਿਸ਼ਕੀਆਂ ਤੇ ਉਹ 51 ਲਾਸ਼ਾਂ ਪੰਜਾਬੀਆਂ ਦੀ ਵੀ ਹੋ ਸਕਦੀਆਂ ਸੀ ਜੇ ਭਵਿੱਖ 'ਚ ਹੋਣਗੀਆਂ ਤੇ ਪਾਈ ਅਸੀਂ ਇੱਥੇ ਰੋਜ਼ਗਾਰ ਦੇਣਾ ਅਸੀਂ ਇਦਾਂ ਦੇ ਤਰੀਕੇ ਡਿਵੈਲਪ ਕਰਨੇ ਆ ਕਿ ਇੱਥੇ ਕੰਮ ਮਿਲੇ ਜੇ ਕੰਮ ਕਿਸੇ ਨੂੰ ਨਾ ਮਿਲੇ ਵਿਦੇਸ਼ ਜਾਣਾ ਤਾਂ ਤਰੀਕਾ ਲੀਗਲ ਹੋਵੇ ਹਾਂ ਕੋਈ ਬੰਦਾ ਨੰਨਾ ਨਹੀਂ ਦਰਦਾ ਕੋ ਗੱਲ ਹੈ ਵਟਸਐਪ ਫਿਕਰ ਤੁਹਾਡਾ ਜਾਇਜ਼ ਆ ਹਮ ਹਮ ਵਰ ਰੇ ਦੀ ਜਿਹੜੀ ਸਿਆਸਤ ਆ ਨਾ ਉਹ ਇਹ ਕਹਿੰਦੀ ਆ ਵੀ ਵੀਰ ਜਿਹਦੇ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਜੇ ਆਪਾਂ ਉਹਦਾ ਜ਼ਿਕਰ ਕਰ ਲਿਆ ਤੇ ਮੁੜ ਕੇ ਕੋਈ ਗੱਲ ਪਾਉ ਸਾਡੇ ਉਹ ਹੁਣ ਚਾ ਪਾਵੇਂ ਰਾਜ ਕਰਦੀ ਤੇ ਰੋਵੇ ਤੇ ਭਾਵੇਂ ਵਿਰੋਧੀ ਹੋਣ ਕਿਉਂਕਿ ਗੱਲ ਇੱਕ ਛੇੜਨ ਦੀ ਚਰਚਾ ਹੁੰਦੀ ਹੈ ਉਦੋਂ ਬਾਅਦ ਛੇੜਨ ਵਾਲੇ ਦੇ ਫਿਰ ਕਿਧਰ ਦੀ ਕਿਧਰ ਕਿਧਰ ਦੀ ਕਿਧਰ ਗੱਲਾਂ ਛੇੜ ਲਿੰਦੇ ਆ ਉਹਦੇ ਚ ਇੱਕ ਗੱਲ ਤੇ ਹੈਗੀ ਆ ਕਿ ਵੀ ਇਹ ਫਿਕਰ ਤੁਹਾਡਾ ਬਿਲਕੁਲ ਜਾਇਜ਼ ਹੈ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਇਹ ਖਬਰ ਆਈ ਸੀ ਜਦੋਂ ਤੱਕ ਇਹ ਨਹੀਂ ਸੀ ਪਤਾ ਲੱਗਾ ਵੀ ਉਹ ਕੌਣ ਨੇ ਕਿਦਾਂ ਨਹੀਂ ਆ ਜੇ ਸਭ ਤੋਂ ਵੱਧ ਕਿਸੇ ਕਮਿਊਨਿਟੀ ਨੂੰ ਫਿਕਰ ਹੋਇਆ ਹੋਊ ਦੁਨੀਆ ਦੇ ਮੈਂ ਕਹਾਂ ਸ਼ਾਇਦ ਪੰਜਾਬੀਆਂ ਨੂੰ ਹੋਇਆ ਹੋਊ ਕਿਉਂਕਿ ਬਹੁਤ ਸਾਰੇ ਮਾਪਿਆਂ ਦੇ ਪੁੱਤ ਅਜੇ ਹੋ ਸਕਦਾ ਜੇ ਵੀ ਰਾਵਾਂ ਚ ਹੋਣਗੇ ਤਾਂ ਕਹਿੰਦੇ ਪਿਓ ਜੀ ਫਲਾਣੇ ਥਾਂ ਘੱਲਿਆ ਉਹ ਕਦੇ ਇੱਧਰ ਨੂੰ ਗਿਆ ਫੋਨ ਤੇ ਆਇਆ ਸੀ ਉਹਦਾ ਮੁੜ ਕੇ ਪਤਾ ਨਹੀਂ ਕੀ ਕਰਨਾ ਆਂਦੇ ਹੀ ਕਿਤੇ ਅੱਗੇ ਲੈ ਕੇ ਜਾਣਾ ਹੁਣ ਕਾਰਨ ਇਹ ਆ ਵੀ ਚਲੋ ਆ ਇਹਦੇ ਵਿੱਚ ਉਹ ਨਹੀਂ ਆ ਪਰ ਉਹ ਅਜੇ ਰਾਵਾਂ ਚ ਤੇ ਹੈਗੇ ਆ ਨਾ ਜਾਂ ਜਿਹੜੇ ਰਾਮਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਲੰਘ ਕੇ ਆਇਆ ਆਪਾਂ ਰੋਜ਼ ਕਹਾਣੀਆਂ ਦੇਖਦੇ ਆਂ ਸਟੋਰੀਆਂ ਸੁਣਦੇ ਆਂ ਵੀ ਉਹਨਾਂ ਨੇ ਕਿਵੇਂ ਆਪਣਾ ਆਪ ਉੱਥੇ ਜਿਹੜਾ ਬਚਾ ਕੇ ਰੱਖਿਆ ਨਾਲ ਦੇ ਬਾਰੇ ਵੀ ਉਹ ਦੱਸਦੇ ਵੀ ਯਾਰ ਸੀਗਾ ਤੇ ਨਾਲ ਹੀ ਪਰ ਪਹੁੰਚਿਆ ਨਹੀਂ ਸੋ ਮ ਆਪਾਂ ਨੂੰ ਇਹ ਗੱਲ ਇਹ ਕਰਨੀ ਇਸ ਕਰਕੇ ਵੀ ਜ਼ਰੂਰੀ ਆ ਕਿ ਜੇ ਇੱਥੇ ਕਰਦੇ ਆਂ ਤੇ ਉਹ ਜਣੇ ਕੋਈ ਸੁਣ ਲੈਂਦਾ ਜੇ ਕੋਈ ਸੁਣ ਲੈਂਦਾ ਤੇ ਕੋਈ ਸਵਾਲ ਪੁੱਛ ਲੈਂਦਾ ਜੇ ਕੋਈ ਸਵਾਲ ਪੁੱਛ ਲੂਗਾ ਸ਼ਾਇਦ ਉਹ ਕੋਈ ਜਵਾਬ ਵੀ ਦੇ ਦੇ ਇਹ ਹੀ ਬੇਨਤੀ ਕਰ ਸਕਦੇ ਨੇ ਬੇਨਤੀ ਕਰ ਸਕਦੇ ਆ ਜੇ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਲੋਕ ਸਭਾ ਵਾਲੇ ਐਮਪੀ ਉੱਪਰਲੇ ਪਾਸੇ ਗੱਲ ਰੱਖਣ ਹਰਾਨੀ ਦੀ ਗੱਲ ਆ ਸੰਧਾਲੀਆਂ ਸਭ ਜਦੋਂ ਇਦਾਂ ਦੇ ਮਸਲੇ ਦੇ ਉੱਤੇ ਮੌਤਾਂ ਦੀ ਗੱਲ ਚੱਲਦੀ ਆ ਨਾ ਹਜ਼ਾਰਾਂ ਮਾਪੇ ਨੇ ਪੰਜਾਬ 'ਚ ਜਿਨ੍ਹਾਂ ਦੇ ਬੱਚੇ ਜਾਂ ਤਾਂ ਗੈਰਕਾਨੂੰਨੀ ਪ੍ਰਵਾਸ ਕਰਦੇ ਆ ਦੁਨੀਆ ਤੋਂ ਚਲੇ ਗਏ ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜੇਲ੍ਹਾਂ 'ਚ ਬੈਠੇ ਆ ਜਾਂ ਵੱਖ-ਵੱਖ ਦੇਸ਼ਾਂ ਦੇ ਕੈਂਪਾਂ 'ਚ ਬੈਠੇ ਆ ਜਿੱਥੋਂ ਅਜੇ ਜਿਹੜੇ ਏਜੰਟ ਨੇ ਟਰੈਵਲ ਏਜੰਟ ਚਾਲੀ ਉਹਨਾਂ ਨੇ ਉਹਨਾਂ ਨੂੰ ਬਾਰਡਰ ਪਾਰ ਕਰਾਉਣੇ ਆ ਕਿਸੇ ਦਾ 10 ਲੱਖ ਆ ਲਿਆ ਕਿਸੇ ਦਾ 5 ਲੱਖ ਆ ਲਿਆ ਕਿਸੇ ਨੂੰ ਵਿੱਤੀ ਤੌਰ ਤੇ ਰੋਲ ਕੇ ਰੱਖਤਾ ਕਿਸੇ ਦਾ ਅੰਗ ਪੈਰ ਟੁੱਟ ਗਿਆ ਉਹ ਜਦੋਂ ਖਬਰ ਸੁਣਦੇ ਪੜ੍ਹਦੇ ਵੇਂਦੇ ਹੁੰਨੇ ਆ ਚੀਜ਼ ਉੱਠਦੀ ਹੁੰਨੀ ਆ ਇੱਕ ਹਮ ਪਰ ਉਹ ਚੀਜ਼ ਜਿਹੜੀ ਹੈ ਉਹ ਭੁੱਖਾ ਜਿਹਾ ਬਣ ਕੇ ਤਾਂ ਨਹੀਂ ਆਉਂਦੀ ਕਿ ਜਿਹੜੀ ਸਾਰੀ ਦੁਨੀਆ ਨੂੰ ਮਹਿਸੂਸ ਹੋਵੇ ਨਾ ਦੂਸਰਾ ਇਹਦੇ ਨਾਲ ਨਾਲ ਪੰਜਾਬ ਚ ਸੈਂਕੜੇ ਬੰਦੇ ਟਰੈਵਲ ਏਜੰਟ ਸਰਗਰਮ ਮੈਨੇਜਰ ਲੀਗਲ ਇੱਕ ਨੰਬਰ ਦਾ ਕੰਮ ਕਰਦੇ ਆ ਉਹ ਵਧਾਈ ਦੇ ਪਾਤਰਾ ਕਿ ਭਾਈ ਤੁਸੀਂ ਵਧੀਆ ਤਰੀਕੇ ਦੇ ਨਾਲ ਨਿਆਣਿਆਂ ਨੂੰ ਪੜਨ ਭੇਜਦੇ ਹੋ ਵਰਕ ਪਰਮਿਟ ਤੇ ਭੇਜਦੇ ਹੋ ਪੱਕੇ ਪੈਰੀ ਭੇਜਦੇ ਹੋ ਥੋੜੀ ਗੱਲ ਨਹੀਂ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਦਾ ਗਾਹਕ ਪੱਟਣਾ ਇਹ ਪਾਈ ਤੈਨੂੰ ਵਿੱਚੋਂ ਇੰਨੇ ਦੇਾਂਗੇ ਆਪਣੇ ਕੋਈ ਹੈਗਾ ਬੰਦਾ ਗਾਂ ਦਿੱਲੀ ਵਾਲਾ ਬੰਦਾ ਸਿੱਧੇ ਬਚਾਉਂਦਾ ਹੂੰ ਤੂੰ ਲਿਆ ਇਧਰਲੇ ਪਾਸੇ ਨੂੰ ਕਿਸੇ ਦਾ ਲਾਇਸੈਂਸ ਨਹੀਂ ਕੰਧਾਂ ਦੇ ਉੱਤੇ ਬੋਰਡ ਵੱਡੇ ਵੱਡੇ ਲਿਖ ਕੇ ਲਾਏ ਆ ਕੋਈ ਕਾਰਵਾਈ ਨਹੀਂ ਜਾਨੀ ਕਿ ਉਹ ਜ਼ੂਬਾ ਪੰਜਾਬ ਅੱਜ ਸਿਆਸੀ ਲੀਡਰ ਲੱਖ ਪੱਟਾਂ ਦੇ ਉੱਤੇ ਥਾਪੀਆਂ ਮਾਰਨ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸਾਡੀ ਵਾਰੀ ਇਦਾਂ ਸੀ ਅੱਜ ਵਾਲੇ ਕਹਿੰਦੇ ਸਾਡੀ ਵਾਰੀ ਇਦਾਂ ਆ ਹੁਣ ਹੈਗਾ ਕੋਈ ਕਹਿੰਦਾ ਜੀ ਸਾਡੀ ਸਰਕਾਰ ਇਦਾਂ ਸੀ ਲੱਖ ਵਾਰੀ ਆਪਰੇਸ਼ਨ ਚੱਲੇ ਜੀ ਪੰਜਾਬ ਦੇ ਵਿੱਚੋਂ ਅਸੀਂ ਟ੍ਰੈਵਲ ਏਜੰਟ ਜਿਹੜੇ ਉਹਨਾਂ ਨੂੰ ਕਾਨੂੰਨੀ ਰੁਤਬਾ ਦੇਣਾ ਅਸੀਂ ਗੈਰ ਕਾਨੂੰਨੀ ਕੋਈ ਖੰਗੜ ਨਹੀਂ ਦੇਣਾ ਖੰਗੀ ਜਾਂਦੇ ਆ ਬਾਰਡਰ ਟੱਪੀ ਜਾਂਦੇ ਆ ਆ ਹੁਣੇ ਜਿਹੜਾ ਸਿੱਧੂ ਮੂਸੇ ਵਾਲੇ ਵਾਲਾ ਮਸਲਾ ਚੱਲਿਆ ਸੀ ਉਹਦੇ ਵਿੱਚ ਵੀ ਤਾਂ ਰੌਲਾ ਪੈਂਦਾ ਜਾਲੀ ਪਾਸਪੋਰਟ ਬਣਾ ਕੇ ਬੰਦੇ ਬਾਹਰ ਤੋਰਦੇ ਦੋ ਹਮ ਯਾਨੀ ਜੇ ਉਹਨਾਂ ਦੇ ਪਾਸਪੋਰਟ ਬਣ ਸਕਦੇ ਆ ਕਿਸੇ ਦਾ ਵੀ ਬਣ ਸਕਦਾ ਪਰ ਉਧਰਲੇ ਪਾਸੇ ਧਿਆਨ ਹੀ ਨਹੀਂ ਯੂਨੀਵਰਸਟੀਆਂ ਜਿਨ੍ਹਾਂ ਨੂੰ ਭਾਰਤ ਸਰਕਾਰ ਮਾਨਤਾ ਨਹੀਂ ਦਿੰਦੀ ਸੂਬਾ ਸਰਕਾਰ ਮਾਨਤਾ ਨਹੀਂ ਦਿੰਦੀ ਐਡੇ ਐਡੇ ਵੱਡੇ ਬੋਰਡ ਲੱਗੇ ਉਹਨਾਂ ਦੇ ਕੋਠੀਆਂ ਕਰਾਏ ਤੇ ਲੈ ਕੇ ਉੱਥੇ ਉਹਨਾਂ ਨੇ ਆਫਿਸ ਖੋਲੇ ਆ ਸਾਰਿਆਂ ਦੇ ਸਾਹਮਣੇ ਸ਼ਰਮ ਕੋਈ ਕਾਰਵਾਈ ਨਹੀਂ ਮੁੜ ਕੇ ਕਹਿੰਦੇ ਜੀ ਤੁਹਾਡੇ ਸਰਟੀਫਿਕੇਟ ਨਹੀਂ ਚੱਲਣੇ ਤੁਹਾਡੇ ਡਿਪਲੋਮੇ ਨਹੀਂ ਚੱਲਣੇ ਤੁਹਾਡੀਆਂ ਡਿਗਰੀ ਕਿਉਂ ਨਹੀਂ ਚੱਲਣੀ ਇਹ ਜੀ ਮਾਨਤਾ ਪ੍ਰਾਪਤ ਨਹੀਂ ਯਾਰ ਜੇ ਮਾਨਤਾ ਪ੍ਰਾਪਤ ਨਹੀਂ ਤੁਸੀਂ ਉਹਨੂੰ ਖੁੱਲਣ ਕਿਉਂ ਦਿੱਤਾ ਉਹਦੀ ਐਡਵਰਟਾਈਜ਼ਮੈਂਟ ਕਿਉਂ ਹੋਣ ਦਿੱਤੀ ਆਮ ਬੰਦੇ ਨੂੰ ਇਹਨਾਂ ਨਹੀਂ ਪਤਾ ਹੁੰਦਾ ਜਿੰਨਾ ਤੁਹਾਨੂੰ ਪਤਾ ਤੇ ਤੁਹਾਡੇ ਹੱਥ ਦੇਸ਼ ਜਾਂ ਸੂਬੇ ਦੀ ਬਾਗਡੋਰ ਹੈ ਲੁੱਟ ਖੋ ਕਿਉਂ ਬਚਣ ਦਿੰਨੇ ਹੋ ਯਾਰ ਉਹ ਕੱਲ ਕਰੋ ਅੱਜ ਵਿਧਾਨ ਸਭਾ ਦੇ ਵਿੱਚ ਹੋਰ ਹੀ ਪਾਸੇ ਪੱਟਾਂ ਦੇ ਥਾਪੀਆਂ ਮਾਰੀ ਜਾਂਦੇ ਇੱਕ ਦੂਜੇ ਦੇ ਮੂਹਰੇ ਖੜਕੇ ਚਲੋ ਆਸ ਕਰਦੇ ਆਂ ਵੀ ਇਧਰਲੇ ਪਾਸੇ ਵੀ ਕੋਈ ਨਾ ਕੋਈ ਮੋੜਾ ਕਟਿਆ ਜਾਵੇ ਕਿਉਂਕਿ ਕੱਟਣ ਦੀ ਲੋੜ ਆ ਗੱਲ ਇਹ ਆ ਵੀ ਇਹ ਕਿਸੇ ਨੂੰ ਜਾਬਦਾ ਹੁੰਦਾ ਵੀ ਯਾਰ ਜਿਹੜਾ ਮੰਨ ਲਓ ਕਿਸੇ ਤਨ ਪਤਨ ਲੱਗ ਗਿਆ ਉਹਨੂੰ ਜਾਂ ਉਹਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਉਹ ਦੁੱਖ ਭੁੱਲ ਜਾਂਦਾ ਜਿਹੜਾ ਕਿਸੇ ਤਨ ਪਤਨ ਨਹੀਂ ਲੱਗਾ ਹੁੰਦਾ ਜਾਂ ਜਿਹੜਾ ਬਾਅਦ ਦੇ ਵਿੱਚ ਲੱਭਦਾ ਹੀ ਕਿਤੇ ਨਹੀਂ ਉਹਦੀ ਸਾਰੀ ਉਮਰ ਦਾ ਸਾਲ ਹੋ ਜਾਂਦਾ ਸੋ ਇਹ ਵਿਸ਼ਾ ਇਹ ਕਿਹੋ ਜਿਹਾ ਹੈਗਾ ਜਿਹੜੇ ਮੇਰੇ ਖਿਆਲ ਨਾਲ ਧਾਕਿਆਂ ਤੋਂ ਤੁਰਿਆ ਹੁੰਦਾ ਪੰਜਾਬੀਆਂ ਨਾਲ ਜੁੜਿਆ ਅਜੇ ਵੀ ਚੱਲ ਰਿਹਾ ਤੇ ਅਜੇ ਜੇ ਮੈਂ ਆਖਾਂ ਵੀ ਨੇੜ ਭੁਇਕ ਤੇ ਮੁੱਕ ਜਾਣਾ ਹਾਲਾਂਕਿ ਗੱਲ ਜ਼ਰੂਰ ਕੀਤੀ ਜਾਂਦੀ ਵੀ ਆਪਾਂ ਜਾਣ ਨਹੀਂ ਦੇਣਾ ਹੁਣ ਇੱਥੇ ਰੱਖ ਲੈਣਾ ਸਾਰਿਆਂ ਨੂੰ ਮੈਨੂੰ ਲੱਗਦਾ ਨਹੀਂ ਵੀ ਇੰਨੀ ਛੇਤੀ ਉਹ ਹਟੇ ਜਾਂ ਮੁੱਕੇ ਇਹ ਨਹੀਂ ਸੰਭਵ ਨਹੀਂ ਜੀ ਹੈ ਜੇ ਹਾਲਾਤ ਆ ਰਹੇ ਤਾਂ ਬਿਲਕੁਲ ਨਹੀਂ ਸੰਭਵ ਇੱਕ ਗੱਲ ਹੋਰ ਮਾੜੀ ਜਿਵੇਂ ਹੈ ਤਾਂ ਚਲੋ ਮਾੜਾ ਜਿਹਾ ਜ਼ਿਕਰੀ ਪਰ ਮੈਨੂੰ ਇਹ ਵੀ ਕਰ ਲਈਏ ਉਹ ਜਿਹੜਾ ਕਨਈਆ ਲਾਲ ਉਹਦਾ ਬੰਦੇ ਦਾ ਨਾਂ ਹੂੰ ਹੂੰ ਉਦੇਪੁਰ ਵਾਲਾ ਹੂੰ ਹੂੰ ਜੇ ਦੀ ਉਹ ਗੜਾ ਵੱਢ ਕੇ ਹਤਿਆ ਕੀਤੀ ਗਈ ਉਦੇ ਤੋਂ ਬਾਅਦ ਜੋ ਕੁਝ ਵੀ ਹੋਇਆ ਵਾਪਰਿਆ ਜਾਂ ਜਿਵੇਂ ਉਹਨਾਂ ਬੰਦਿਆਂ ਨੇ ਉਹ ਜ਼ਿੰਮੇਵਾਰੀਆਂ ਲਈਆਂ ਜਾਂ ਜਿਵੇਂ ਉਹ ਜਾ ਕੇ ਲਿੰਕ ਜੁੜਦਾ ਉਹਦੇ ਤੋਂ ਬਾਅਦ ਇੱਕ ਵੈਸੇ ਇੱਕ ਉਸ ਉਸ ਘਟਨਾ ਨੂੰ ਜੇ ਆਪਾਂ ਪਾਸੇ ਵੀ ਰੱਖ ਲਈਏ ਤੇ ਇੱਕ ਸੋਚਣ ਵਾਲੀ ਗੱਲ ਹੈ ਵੀ ਕੋਈ ਬੰਦਾ ਕਿਤੇ ਸੋਸ਼ਲ ਮੀਡੀਆ ਤੇ ਕੋਈ ਚੀਜ਼ ਜੇ ਲਿਖਦਾ ਜਾਂ ਕਰਦਾ ਤੇ ਉਹਦਾ ਜਿਹੜਾ ਅਸਰ ਹੈ ਉਹ ਐਸ ਲੈਵਲ ਤੱਕ ਵੀ ਪਹੁੰਚਦਾ ਇਹ ਕਿੱਡੀ ਮਾੜੀ ਜੀ ਮਤਲਬ ਇਹ ਹੋ ਗਿਆ ਵੀ ਕੱਲ ਤੱਕ ਆ ਜਾਂਦੇ ਜੀ ਸੋਸ਼ਲ ਮੀਡੀਆ ਜਸਟ ਇੱਕ ਦੂਸਰੇ ਨਾਲ ਮਿਲਣ ਜੁੜਨ ਦਾ ਤਰੀਕਾ ਹੈ ਔਰ ਮਾਇਨਾ ਵੀ ਸੋਸ਼ਲ ਮੀਡੀਆ ਦਾ ਕਤਲ ਕਰਨ ਕਰਵਾਉਣ ਦਾ ਵੀ ਤਰੀਕਾ ਬਣ ਗਿਆ ਫਿਰ ਸੰਧਾਲੀਆ ਸਾਹਿਬ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਘਟਨਾ ਦਾ ਪਤਾ ਹੋਊਗਾ ਨਹੀਂ ਤਾਂ ਆਪਾਂ ਥੋੜੀ ਜਿਹੀ ਦੱਸ ਦਈਏ ਕਿ ਇੱਕ ਬੰਦਾ ਦਰਜੀ ਹੂੰ ਉਹ ਕਿਹੜੇ ਧਰਮ ਦਾ ਮਤਲਬ ਹੀ ਨਹੀਂ ਉਹ ਦਰਜੀ ਬੰਦਾ ਆਪਦੀ ਦੁਕਾਨ ਦੇ ਵਿੱਚ ਆ ਦੋ ਤਿੰਨ ਨੌਜਵਾਨ ਜਾਂਦੇ ਆ ਇੱਕ ਵੀਡੀਓ ਬਣਾਉਂਦਾ ਤੇ ਸਾਹਮਣੇ ਉਹਦਾ ਗਲ ਵੜਦੇ ਆ ਪਹਿਲਾਂ ਕਹਿੰਦੇ ਜੀ ਕੁੜਤਾ ਪਜਾਮਾ ਜੋ ਕੋਈ ਸਵਾਣਾ ਹੈ ਹੂੰ ਉਹਦਾ ਜਾਨੀ ਗਲ ਵੜਦੇ ਆਂਦੀ ਵੀਡੀਓ ਬਣਾਉਂਦੇ ਉਹਦਾ ਕਤਲ ਕਰਦੇ ਆ ਸੋਸ਼ਲ ਮੀਡੀਆ ਤੇ ਪਾਉਂਦੇ ਇਦਾਂ ਹੀ ਹੋਈ ਹੂੰ ਤੇ ਬਾਅਦ ਵਿੱਚ ਦੱਸਦੇ ਆ ਜੀ ਐਸ ਕਰਕੇ ਮੁੰਡੇ ਫੜੇ ਗਏ ਆ ਦੁਨੀ ਠੀਕ ਹੈ ਫੜੇ ਗਏ ਇੱਕ ਵੱਖਰੀ ਗੱਲ ਹੈ ਪਰ ਜਨੂਨ ਦੇਖੋ ਕਿੱਡਾ ਵੱਡਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਧਾਲਿਆ ਸਾਹਿਬ ਧਰਮ ਤੇ ਸੋਸ਼ਲ ਮੀਡੀਏ ਦੀ ਇਸ ਤਰੀਕੇ ਦੀ ਗਲਤ ਵਰਤੋਂ ਗਲਤ ਵਿਆਖਿਆ ਏਡੀ ਉੱਚੀ ਪੱਧਰ ਤੇ ਕਿੱਦਾਂ ਹੋ ਗਈ ਦੁਨੀਆ ਦਾ ਕਿਹੜਾ ਧਰਮ ਹੈ ਜਿਹੜਾ ਕਤਲ ਸਿਖਾਊਗਾ ਵੀ ਚਾਹੇ ਕੁਝ ਵੀ ਹੋ ਜਾਏ ਧਰਮ ਤਾਂ ਤੁਹਾਨੂੰ ਇੱਕ ਦੂਜੇ ਨਾਲ ਮਿਲਣਾ ਗਿਲਣਾ ਸਿਖਾਉਂਦਾ ਧਰਮ ਤਾਂ ਜੀਵਨ ਦਾ ਆਚ ਹੈ ਜਿਹੜਾ ਕਹਿੰਦਾ ਜੀ ਆਪਦਾ ਕੰਮ ਕਰੋ ਮਿਹਨਤ ਕਰੋ ਮਿਹਨਤ ਕਰਕੇ ਅੱਗੇ ਵਧੋ ਦੂਜਾ ਜੇ ਆਪਣੇ ਪਾਸੇ ਚੱਲਦਾ ਤੇ ਉਹਦੇ ਕੰਮ ਵਿੱਚ ਦਖਲ ਨਾ ਦੇਵੇ ਨਾ ਉਹ ਦੇਵੇ ਜੇ ਤੁਸੀਂ ਮੇਰੇ ਕੰਮ ਵਿੱਚ ਦਖਲ ਨਹੀਂ ਦਿੰਦੇ ਮੈਂ ਤੁਹਾਡੇ ਕੰਮ ਵਿੱਚ ਦਖਲ ਮੰਨ ਲਓ ਦੁਨੀਆ 'ਚ ਦੋ ਹੀ ਬੰਦੇ ਨੇ ਤੁਸੀਂ ਮੇਰੇ ਕੰਮ ਵਿੱਚ ਦਖਲ ਨਹੀਂ ਦਿੰਦੇ ਮੈਂ ਤੁਹਾਡੇ ਕੰਮ ਵਿੱਚ ਦਖਲ ਨਹੀਂ ਦਿੰਦਾ ਤੁਸੀਂ ਵੀ ਮਿਹਨਤ ਕਰਦੇ ਮੈਂ ਵੀ ਮਿਹਨਤ ਕਰਦਾ ਤੁਸੀਂ ਵੀ ਮੇਰਾ ਬੁਰਾ ਨਹੀਂ ਸੋਚਦੇ ਮੈਂ ਵੀ ਤੁਹਾਡਾ ਬੁਰਾ ਨਹੀਂ ਸੋਚਦਾ ਤਾਂ ਜ਼ਿੰਦਗੀ ਬੜੀ ਖੁਸ਼ਹਾਲ ਤੇ ਜੇ ਇੱਕ ਦੂਜੇ ਨਾਲ ਲਤਾਂ ਵੱਢਣ ਤੇ ਆ ਗਏ ਆਪਾਂ ਕਹਿੰਨੇ ਕਿ ਭਾਈ ਐਂ ਕਰਦੇ ਨਾ ਇਦਾ ਮਤਲਬ ਹੈ ਕਿ ਦੁਨੀਆ ਦੇ ਜਿਹੜੇ ਇਨਸਾਫ ਪਸੰਦ ਅਮਨ ਪਸੰਦ ਐਨ ਚੰਗੇ ਤਰੀਕੇ ਨਾਲ ਮਿਲ ਕੇ ਰਹਿਣ ਵਾਲੇ ਲੋਕ ਨੇ ਉਹ ਇਕੱਲੇ ਇਕੱਲੇ ਆਪੋ ਆਪਣੀ ਜਗ੍ਹਾ ਦੇ ਉੱਤੇ ਤੁਰੇ ਫਿਰਦੇ ਆ ਦੂਜੇ ਜਿਹੜੇ ਜਨੂਨੀ ਨੇ ਕੱਟੜ ਨੇ ਭਾਵੇਂ ਉਹ ਕਿਸੇ ਵੀ ਧਰਮ ਦੇ ਨੇ ਉਹਨਾਂ ਨੇ ਆ ਕੁਛ ਕੀਤਾ ਆ ਨਹੀਂ ਇਹ ਇਹ ਆਪਾਂ ਤਾਂ ਇਹੀ ਬੇਨਤੀ ਕਰਦੇ ਮੈਂ ਬੜੀ ਬਾਰਾ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਸੋਸ਼ਲ ਮੀਡੀਆ ਨਾ ਜਿੰਨੀ ਇਹਦੀ ਹੁਣ ਪਹੁੰਚ ਹੋ ਗਈ ਮੈਨੂੰ ਨਹੀਂ ਲੱਗਦਾ ਵੀ ਜੇ ਆਪਾਂ ਭਾਰਤ ਦੇ ਸਾਹਮਣੇ ਵਾਲੀ ਗੱਲ ਕਰ ਲਈ ਤੇ ਪੰਜਾਬ ਦੇ ਇਕੱਲੇ ਇਕੱਲੇ ਪਿੰਡ ਘਰ ਚਾਹੇ ਉਹ ਕਿਸੇ ਵੀ ਏਜ ਗਰੁੱਪ ਦਾ ਕਿਸੇ ਵੀ ਕਹ ਲੋ ਕਿ ਆਰਥਿਕ ਪੱਧਰ ਦਾ ਬੰਦਾ ਹੋਵੇ ਉਹਦੇ ਤੱਕ ਉਹਦੀ ਪਹੁੰਚ ਆ ਤੇ ਫਿਰ ਉਹਦੇ ਚ ਇਹ ਵੀ ਇਹ ਚੱਕਰ ਆ ਵੀ ਉਹ ਉਹ ਚੀਜ਼ ਅਠੋ ਪੈਰ ਆਪਣੇ ਹੱਥ ਚ ਰਹਿਣੀ ਹੈ ਫੋਨ ਤੁਸੀਂ ਭਾਵੇਂ ਸਵੇਰੇ ਉੱਠ ਕੇ ਵੇਖ ਲਓ ਭਾਵੇਂ ਦੁਪਹਿਰੇ ਵੇਖ ਲਓ ਭਾਵੇਂ ਰਾਤ ਨੂੰ ਸੌਣ ਲੱਗਾ ਵੇਖ ਲਓ ਬਾਕੀ ਉੱਥੇ ਉਂਗਲਾਂ ਚੱਲਦੀਆਂ ਹੁਣ ਸਵਾਲ ਇਹ ਆ ਵੀ ਉਹ ਜਦੋਂ ਆਪਾਂ ਇਹ ਗੱਲਾਂ ਸੁਣਦੇ ਆ ਵੀ ਜਿੱਦਾਂ ਦਾ ਆਪਾਂ ਮੈਨੇ ਆ ਜਿੱਦਾਂ ਦਾ ਆਪਾਂ ਆਪਣੇ ਤੇ ਗੱਲਾਂ ਬਾਤਾਂ ਦਾ ਅਸਰ ਹੁੰਦਾ ਜਾਂ ਜਿੱਦਾਂ ਦਾ ਆਪਾਂ ਜਿਹੋ ਜਿਹੇ ਲੋਕਾਂ ਨਾਲ ਵਿਚਰਦੇ ਉਹੋ ਜਿਹਾ ਆਪਾਂ ਬਣ ਜਾਂਦੇ ਆ ਹੁਣ ਸਵਾਲ ਇਹ ਆ ਵੀ ਵੈਸੇ ਤੇ ਆਪਣੀ ਮਿਲਤਗਿਲਤ ਕਿੰਨੀ ਹੀ ਰਹਗੀ ਆਪਾਂ ਹਰੇਕ ਬੰਦਾ ਆਪੋ ਆਪਣੀ ਦੁਨੀਆ ਦੇ ਵਿੱਚ ਵੀ ਮੈਂ ਕੱਲਾ ਜੀ ਮੈਂ ਆਪਣੇ ਘਰੇ ਹੀ ਠੀਕ ਆ ਬਹੁਤਾ ਵਿਚਰਨਾ ਨਹੀਂ ਗੱਲ ਨਹੀਂ ਕਰਨੀ ਪਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰੋਂ ਜੋ ਕੁਝ ਗ੍ਰੈਬ ਕਰਦੇ ਹੋ ਉਹਦਾ ਆਪਣੇ ਤੇ ਕੋਈ ਅਸਰ ਨਹੀਂ ਹੁੰਦਾ ਹੋਊਗਾ ਪਰ ਮੈਂ ਪਤਾ ਨਹੀਂ ਕਿਉਂ ਇਹਦੋਂ ਵੱਲੋਂ ਬੇਨਤੀ ਵਾਰ-ਵਾਰ ਕਰਦਾ ਹੁੰਨਾ ਵੀ ਯਾਰ ਜੇ ਨੂੰ ਆਪਾਂ ਛੱਡ ਸਕਦੇ ਆ ਤੇ ਛੱਡ ਦਈਏ ਪਰ ਮੁਸ਼ਕਲ ਹੈ ਨਾ ਵੀ ਉਹ ਇੱਕ ਚੀਜ਼ ਛੱਡਦੇ ਆ ਉਸ ਹੌਸਿਆਪੇ ਹੋਰ ਆ ਜਾਂਦੇ ਹੋ ਜੀ ਫਲਾਨੀ ਫਲਾਨੀ ਐਪ ਦਾ ਨਹੀਂ ਹੁਣ ਜਮਾਨਾ ਰਹਿ ਗਿਆ ਹੁਣ ਨਵਾਂ ਆ ਗਿਆ ਤੇ ਵੱਖਰੀ ਤਰ੍ਹਾਂ ਦਾ ਮੂੰਹ ਬਣਾ ਕੇ ਪੇਸ਼ ਕਰੋ ਫਿਰ ਬਹੁਤ ਵਧੀਆ ਟੌਰ ਬਣਦਾ ਪਤਾ ਨਹੀਂ ਕਿਉਂ ਮੈਂ ਨਾ ਵੀ ਕਦੀ ਉਹਦਾ ਅੱਜ ਅੱਜ ਤੋਂ ਉਹਦਾ 10 ਸਾਲ ਬਾਅਦ ਸਰਕਾਰਾਂ ਕਹਿੰਨ ਇਹਦੇ ਦੀ ਰੋਕ ਲਾਵਾਂਗੇ ਅਸੀਂ ਸਨ ਵੋਟਾਂ ਪਾਓ ਇਹਦੀ ਇੱਕ ਮਾੜਾ ਨਸ਼ਾ ਇਹ ਕਹਿਣੀ ਹੈ ਗੱਲ ਦੇਖ ਲਓ ਤੁਸੀਂ ਜਿਸ ਹਿਸਾਬ ਨਾਲ ਇਹ ਇਹ ਮਾਨਸਿਕ ਰੋਗੀ ਬਣਾਇਆ ਜਾ ਰਿਹਾ ਲੋਕਾਂ ਨੂੰ ਸੰਧਾਲਿਆ ਸਭ ਤੁਹਾਡੀ ਗੱਲ ਠੀਕ ਆ ਇਹ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਤਾਂ ਪਟਾਕਾ ਇੰਨਾ ਕ ਪੈ ਗਿਆ ਬੰਦੇ ਨੂੰ ਐਂ ਲੱਗਦਾ ਰੋਟੀ ਮਿਲੀ ਨਹੀਂ ਮਿਲੀ ਕੋਈ ਗੱਲ ਨਹੀਂ ਸੋਸ਼ਲ ਮੀਡੀਆ ਨਾ ਇਧਰ ਉਧਰ ਹੋਵੇ ਜਾਨੀ ਸਭ ਤੋਂ ਪਹਿਲਾਂ ਵਾਂਡੇ ਜਾ ਕੇ ਆਪਾਂ ਵਾਈਫਾਈ ਦਿਓ ਹਾਂ ਯਾਰ ਪੂਆ ਤਾਂ ਮਿਲ ਲਾ ਕੋਈ ਵੀ ਬੰਦਾ ਆ ਵਾਈਫਾਈ ਜਾਨੀ ਫੋਨ ਤੇ ਆਉਣਾ ਹੈ ਤਾਂ ਆਪਣੇ ਵਾਈਫਾਈ ਹੈਗਾ ਯਾਰ ਵਾਈਫਾਈ ਸਾਰਾ ਕੁਝ ਹੋ ਗਿਆ ਉਹ ਤਾਈ ਮਾਈ ਕੁਝ ਵੀ ਨਹੀਂ ਰਹਿ ਗਿਆ ਜਾਨੀ ਵਾਈਫਾਈ ਸਾਰਾ ਕੁਝ ਹੋ ਗਿਆ ਤਾਈ ਮਾਈ ਖਤਮ ਤੇ ਵਾਈਫਾਈ ਜਾਨੀ ਆਪਾਂ ਜਾ ਕੇ ਬਹਿ ਗਏ ਮੁਰੇ ਸੋਫੇ ਤੇ ਉਹ ਬੈਠੇ ਸੋਫੇ ਤੇ ਤੁਸੀਂ ਬੈਠੇ ਆ ਵਾਈਫਾਈ ਦਾ ਪਾਸਵਰਡ ਤੁਹਾਨੂੰ ਮਿਲ ਗਿਆ ਤੇ ਉਹਦੇ ਤੋਂ ਬਾਅਦ ਉਮਾਈ ਤਾਈ ਚਾਹ ਬਣਾਉਂਦੀਆਂ ਤੁਸੀਂ ਵਾਈਫਾਈ ਦੇ ਲੱਗੇ ਆ ਉਹਨਾਂ ਨੇ ਚਾਹ ਬਣਾ ਕੇ ਰੱਖਤੀ ਉਦੋਂ ਇੱਕ ਵਾਰੀ ਤਾਨੂੰ ਦੇਖਿਆ ਇਹ ਅੱਛਾ ਉਹ ਗਿਆ ਨਿਆਣੇ ਗਏ ਪੜ੍ਹਨ ਠੀਕ ਆ ਉਹਦੇ ਤੋਂ ਬਾਅਦ ਤੁਸੀਂ ਫੇਰ ਲੱਪੇ ਤੁਹਾਨੂੰ ਪਤਾ ਹੀ ਨਹੀਂ ਚਾਹ ਕਦੋਂ ਪੀ ਲਈ ਜੀ ਉਹਨਾਂ ਨੇ ਇੱਕ ਜੇ ਵਿੱਚ ਕਹਤਾ ਪੁੱਤ ਬਿਸਕਟ ਲੈ ਲੈ ਫੇਰ ਤੁਸੀਂ ਲੈ ਲਿਆ ਉਹ ਤੋਂ ਬਾਅਦ ਚੰਗਾ ਫੇ ਪਾਪਾ ਕਹਿੰਦਾ ਸੀ ਮਿਲ ਕੇ ਆਈ ਮਾਈ ਤਾਈ ਨੂੰ ਹਮ ਅਨੀ ਮਤਲਬ ਐਹੋ ਕੁਝ ਹੀ ਰਹਿ ਗਿਆ ਆਪਣੇ ਕੋਲੇ ਸੋ ਇਹ ਇਹ ਵੀ ਇੱਕ ਚੱਕਰ ਹੈਗਾ ਹੋ ਸਕਦਾ ਤੁਹਾਨੂੰ ਐਂ ਲੱਗਦਾ ਹੋਵੇ ਯਾਰ ਆਪਾਂ ਤੁਸੀਂ ਸਾਡੀਆਂ ਗੱਲਾਂ ਜਾਂ ਆਪਾਂ ਆਪਾਂ ਵੀ ਤਾਂ ਸੋਸ਼ਲ ਮੀਡੀਆ ਦੇ ਦੇਖਦੇ ਆ ਹੁਣ ਇਹਦੇ ਜੀ ਵੀ ਇੱਕ ਮੇਰੇ ਖਿਆਲ ਨਾਲ ਵੀ ਕਿ ਕਿਹੜੀ ਚੀਜ਼ ਕਿੰਨੀ ਹੋਣੀ ਚਾਹੀਦੀ ਹੈ ਤੇ ਕਿਹੋ ਜੀ ਹੋਣੀ ਚਾਹੀਦੀ ਤੇ ਕਿਸ ਪਲੇਟਫਾਰਮ ਤੇ ਹੋਣੀ ਚਾਹੀਦੀ ਹੁਣ ਦੇਖੋ ਫੋਨ ਉਹੀ ਹੈ ਜਿਸ ਫੋਨ ਤੇ ਇਸ ਵਕਤ ਆਪਣੀਆਂ ਗੱਲ ਸੁਣੀ ਜਾ ਰਹੀ ਹੋ ਸਕਦਾ ਉਸੇ ਹੀ ਫੋਨ ਦੇ ਉੱਪਰ ਕੋਈ ਧਾਰਮਿਕ ਕੋਈ ਆਪਾਂ ਸ਼ਬਦ ਕੀਰਤਨ ਸੁਣਦੇ ਹੋਈਏ ਕੋਈ ਮੁੰਡਾ ਨੌਜਵਾਨ ਉਹ ਕੋਈ ਗੀਤ ਸੰਗੀਤ ਸੁਣਦਾ ਹੋਵੇ ਕੋਈ ਹੋ ਸਕਦਾ ਵੀ ਕੋਈ ਬਹੁਤ ਕੋਈ ਸਿੱਖਣ ਵਾਲੀ ਵੀਡੀਓ ਹੋਵੇ ਉਹ ਦੇਖਦਾ ਹੋਵੇ ਤੇ ਉਸੇ ਹੀ ਫੋਨ ਤੇ ਆਹ ਵਾਲੀ ਵੀਡੀਓ ਚੱਲਦੀ ਜਿਥੋਂ ਆਪਣੀ ਗੱਲ ਸ਼ੁਰੂ ਹੋਈ ਸੀ ਤੇ ਜਿਹਦੇ ਚੋਂ ਹੀ ਆਂਦਾ ਵੀ ਹਾਂ ਇਦਾਂ ਜਾ ਕੇ ਤੁਸੀਂ ਬੰਦਾ ਮਾਰਦੇ ਵੜਦੇ ਗੱਲ ਫਰਕ ਤੇ ਕੋਈ ਨਹੀਂ ਨਾ ਸਕਰੀਨ ਉਹੀ ਆ ਡਿਸੀਜਨ ਆਪਣਾ ਵੀ ਆਪਾਂਉਂ ਦੇਤੇ ਕੀ ਕਰ ਠੀਕ ਆ ਬਸ ਇੰਨਾ ਕ ਮਸਲਾ ਆ ਨਹੀਂ ਤਾਂ ਫਿਰ ਠੀਕ ਆ ਭਾਈ ਕੱਲ ਨੂੰ ਮਨੋਚਿਕਿਤਸਕ ਮਨੋਵਿਗਿਆਨੀ ਸਾਈਕੀਟ੍ਰਿਸਟ ਉਹਨਾਂ ਦੇ ਕੋਲੇ ਜਾਣਾ ਕਈ ਨਿਆਣੇ ਕਿੰਨੇ ਖਤਰਨਾਕ ਮੋੜ ਦੇ ਉੱਤੇ ਪਹੁੰਚ ਜਾਂਦੇ ਆ ਵੀਡੀਓ ਗੇਮ ਸੋਸ਼ਲ ਮੀਡੀਆ ਸਾਰਾ ਕੁਝ ਹਰ ਬੰਦੇ ਨੂੰ ਲੱਗਦਾ ਕਿ ਮੈਂ ਬਗਿਆਨੀ ਆ ਮੈਂ ਗਿਆਨੀ ਆ ਮੇਰੇ ਤੋਂ ਵੱਧ ਕਿਸੇ ਨੂੰ ਪਤਾ ਨਹੀਂ ਉਹ ਕਹਿੰਦਾ ਯਾਰ ਮੈਨੂੰ ਇੱਥੋਂ ਪਤਾ ਲੱਗਾ ਕਈ ਵਾਰੀ ਹੁੰਦਾ ਕਿ ਤੁਸੀਂ ਕੋਈ ਗੱਲ ਇੱਥੋਂ ਦੇਖੀ ਪੜ੍ਹੀ ਗਾਹ ਤੋਰਤੀ ਅਗਲੇ ਡਿਲੀਟ ਕਰਤੀ ਪਹਿਲੇ ਨੇ ਹੂੰ ਤੂੰ ਇੰਤੁਰੇ ਫਿਰ ਕਿੰਨੀ ਵਾਰੀ ਆ ਤੁਸੀਂ ਇੱਕ ਛੋਟੀ ਉਦਾਹਰਣ ਹੈ ਆ ਜਿਹੜਾ ਇੱਕ ਸੌਦਾ ਪੱਤਾ ਜਿਹਾ ਸੋਸ਼ਲ ਮੀਡੀਆ ਮੋਬਾਈਲ ਤੇ ਜ਼ਿਆਦਾ ਹੂੰ ਹੂੰ ਕਿੰਨਾ ਕੁ ਯਕੀਨ ਕਰ ਲਓਗੇ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲੋਰੀ ਹਸਤਾਲ ਸੀ ਲੋਕਾਂ ਨੇ ਕਿੰਨੀ ਵਾਰੀ ਚੜ੍ਹਾਈ ਕਰਾਤੇ ਤਾਂ ਇਹਨੂੰ ਹੂੰ ਉਹ ਬੜੇ ਵਧੀਆ ਤੰਦਰੁਸਤ ਨੇ ਕਿੰਨੀ ਵਾਰੀ ਕਈਆਂ ਦੇ ਅਸਤੀਫੇ ਦਵਾਉਂਦੇ ਆ ਕਿੰਨੀ ਵਾਰੀ ਜ਼ਮਾਨਤ ਮਿਲ ਗਈ ਵਿੱਚ ਲਿਖਣਾ ਹੀ ਨਹੀਂ ਕਿਹੜੇ ਕੇਸ ਦੇ ਵਿੱਚੋਂ ਮਿਲ ਗਈਆਂ ਕਿ ਜ਼ਮਾਨਤ ਮਿਲ ਗਈ ਜ਼ਮਾਨਤ ਮਿਲ ਗਈ ਉਹ ਯਾਰ ਇਹ ਤਾਂ ਜਣੀ ਕਈ ਜਾਣਕਾਰੀਆਂ ਟੁਚੀਆਂ ਜਾਣਕਾਰੀਆਂ ਹੁੰਦੀਆਂ ਤੇ ਉਹ ਟੁਚੀਆਂ ਜਾਣਕਾਰੀਆਂ ਕਈ ਵਾਰੀ ਸਾਨੂੰ ਇੰਨਾ ਹਲਕੇ ਪਾਉਂਦੀਆਂ ਕਿ ਅਸੀਂ ਅਗਲੇ ਨਾ ਅੱਖ ਮਰਵਾਉਣ ਯੋਗ ਨਹੀਂ ਰਹਿੰਦੇ ਮੁੜ ਕੇ ਨਹੀਂ ਗੱਲ ਹੈਗੀ ਆ ਚਲੋ ਅਸੀਂ ਇਹੀ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਆਪਾਂ ਨੂੰ ਇਹਦੇ ਤੇ ਵੀ ਕੰਟਰੋਲ ਕਰਨਾ ਪੈਣਾ ਖਬਰਾਂ ਵਾਲੇ ਪਾਸੇ ਮੁੜੀਏ WhatsApp ਤੇ ਮਹਾਰਾਸ਼ਟਰ ਦੇ ਵਿੱਚ ਉਹੀ ਚੰਨ ਜਿਹੜਾ ਕਿ ਉਭਾਵਾ ਦੇਰ ਤੋਂ ਚੜਾਉਣ ਨੂੰ ਫਿਰਦੇ ਸੀ ਪਹਿਲਾਂ ਕਹਿੰਦੇ ਗੁਜਰਾਤ ਸੂਰਤ ਗਏ ਕਹਿੰਦੇ ਨਹੀਂ ਚੜਿਆ ਫਿਰ ਕਹਿੰਦੇ ਗੁਆਟੀ ਜਾ ਗਏ ਉਹ ਕਹਿੰਦੇ ਥੋੜਾ ਜਿਹਾ ਚੜਨ ਨੂੰ ਫਿਰਦਾ ਹੀ ਹੁਣ ਕਹਿੰਦੇ ਚੜ ਆਇਆ ਤੇ ਅਗਲੇ Goa ਮੋੜ ਆਇਆ ਮਤਲਬ ਉਹਨਾਂ ਗੱਲ ਕਰਦਾ ਮੈਂ ਸ਼ੇਵ ਸੈਨਾ ਦੇ ਬਾਗੀ ਐਮ ਐਲ ਏ ਸਹਿਬਾਨਾਂ ਦੀ ਜਿਹੜੇ ਕਿ ਉੱਥੋਂ ਬਗਾਵਤ ਕਰਕੇ ਚਲ ਗਏ ਤੇ ਕਹਿੰਦੇ ਉਧਰ ਬਿਠਾ ਕੇ ਉਹਨਾਂ ਸੀ ਨਹੀਂ ਮੰਨਦੇ ਲੀਡਰ ਭਾਈ ਸਾਹਿਬ ਇਹ ਦੇ ਨਾਲ ਸਾਡੀ ਬਣਦੀ ਨਹੀਂ ਹੂੰ ਹੂੰ ਉਧਰ ਬਿਠਾ ਕੇ ਸਾਹਿਬ ਨੇ ਵੀ ਦਬਕੇ ਦੋਕੇ ਮਾਰ ਲਏ ਚਾਕ ਦਿਨ ਮੈਂ ਇਦਾਂ ਕਰ ਦੂੰ ਮੈਂ ਉਹਦਾ ਕਰ ਦੂੰ ਐ ਕਿਵੇਂ ਹੋ ਸਕਦਾ ਉਦਾਂ ਕਿਦਾਂ ਹੋ ਸਕਦਾ ਅਖੀਰ ਜਦੋਂ ਘਮ ਦੀ ਘਮਾਉਂਦੀ ਗੱਲ ਉਹਨਾਂ ਨੇ ਵੇਖੀ ਕਿ ਪ੍ਰੈਸ਼ਰ ਵਾਵਾ ਬਣ ਗਿਆ ਤੇ ਬੰਦੇ ਮੋੜਨ ਵਾਲੇ ਹੈ ਨਹੀਂ ਉਹਨਾਂ ਫੇਰ ਕੁਰਸੀਆਂ ਛੱਡਤੀਆਂ ਆਪਣੀਆਂ ਮੁੱਖ ਮੰਤਰੀ ਵਾਲੀ ਵੀ ਤੇ ਦੂਜੀ ਵਿਧਾਨ ਸਭਾ ਵਾਲੀ ਵੀ ਉਹ ਕਹਿੰਦੇ ਠੀਕ ਹੈ ਭਾਈ ਤਰੋ ਫਿਰ ਤੁਸੀਂ ਹੁਣ ਕੀ ਕਰ ਸਕਦੇ ਹੋ ਸੰਧਾਲਿਆ ਸਾਹਿਬ ਡਰਾਮਾ ਚੱਲਿਆ ਸਿਆਸੀ ਤੌਰ ਤੇ ਜਿੰਨਾ ਵੱਡਾ ਚੱਲ ਸਕਦਾ ਸੀ 200 ਤੇ 88 ਐਮਐਲਏ ਟੋਟਲ 145 ਜਿੱਧਰਲੇ ਪਾਸੇ ਆ ਗਏ ਉਹਨਾਂ ਦੀ ਸਰਕਾਰ ਬੀਜੇਪੀ ਕੋਲ 106 ਨੇ ਸਭ ਤੋਂ ਵੱਧ 56 ਸ਼ਿਵ ਸੈਨਾ ਦੇ ਕੋਲ ਨੇ 54 ਜਿਹੜੇ ਹੈ ਰਾਸ਼ਟ੍ਰਵਾਦੀ ਕਾਂਗਰਸ ਪਾਰਟੀ ਸ਼ਰਦ ਪੁਆਰ ਵਾਲੀ 46 ਕਿਨਾਂ ਕੋ ਕਾਂਗਰਸੀਆਂ ਕੋਲ ਆ ਤਿੰਨੇ ਇਕੱਠੇ ਹੋ ਕੇ ਬੀਜੇਪੀ ਇੱਕ ਪਾਸੇ ਰਹਿ ਕੇ ਸਰਕਾਰ ਸੀ ਵੈਸੇ ਤਾਂ ਅਮਰਖ ਲਾ 31 ਮਹੀਨੇ ਇੱਕ ਦਿਨ ਜੱਲੀ ਹੈ ਸਰਕਾਰ 31 ਮਹੀਨੇ ਤੋਂ 1 ਦਿਨ ਹੋਰ ਵੀ ਚੱਲ ਸਕਦੀ ਸੀ ਪਰ ਲੋਕਾਂ ਨੂੰ ਤੀਜੇ ਮਹੀਨੇ ਲੱਗਦਾ ਟੁੱਟੀ ਟੁੱਟੀ ਮੈਨੂੰ ਲੱਗਦਾ ਕਿ ਇਹਨਾਂ ਨੇ ਵੱਧ ਦਿਨ ਕੱਢ ਲਏ ਜਿੰਨੇ ਇੱਕ ਦੀ ਹੱਦ ਸੀ ਹੁਣ ਉਧਰਲੇ ਪਾਸੇ ਏਕਨਾਥ ਸ਼ਿੰਦੇ ਉਧਵ ਉਠਾਕਰੇ ਨੂੰ ਛੱਡ ਕੇ ਆਪਣੇ ਸਾਥੀ ਨਾਲ ਲੈ ਕੇ ਚਲੇ ਗਿਆ ਕਿ ਸ਼ਿਵ ਸੈਨਾ ਮੇਰੀ ਹੈ ਬਾਅਦ ਐਮਐਲਏ ਉਹਦੇ ਕੋਲ ਨੇ ਉਧਵ ਉਠਾਕਰੇ ਕੋਲ ਥੋੜੇ ਰਹਿ ਗਏ ਹਮ ਗਲਤੀਆਂ ਇਹਦੀਆਂ ਵੀ ਆ ਮਿਲਦਾ-ਗਿਲਦਾ ਕਿਸੇ ਨੂੰ ਨਹੀਂ ਸੀ ਮੁੱਖ ਮੰਤਰੀ ਉਧਵ ਉਠਾਕਰੇ ਆਪਣੇ ਪਾਰਟੀ ਦੇ ਬੰਦਿਆਂ ਨੂੰ ਪੁੱਤ ਮੰਤਰੀ ਬਣਾ ਲਿਆ ਕਈ ਸੀਨੀਅਰ ਬੰਦੇ ਛੱਡ ਲਏ ਪਹਿਲਾ ਰੋਸਾ ਉਦੋਂ ਹੀ ਪੈਦਾ ਹੋ ਗਿਆ ਸੀ ਦੂਸਰਾ ਜਦੋਂ ਤੁਸੀਂ ਮਿਲਦੇ ਗਿਲਦੇ ਨਹੀਂ ਉਹਨਾਂ ਦੇ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ ਅਗਲੇਨ ਮੁੜ ਕੇ ਵੀ ਇਲੈਕਸ਼ਨ ਲੜਨੀ ਆ ਤੁਹਾਡੇ ਕੋਲ ਤਾਂ ਮਾਤੋਸ਼ਰੀ ਬੰਗਲਾ ਹੈਗਾ ਉਹਨਾਂ ਦੇ ਕੋਲੇ ਹੈ ਨਹੀਂ ਇੱਕਨਾਥ ਛਿੰਦੇ ਨੇ ਹੌਲੀ ਹੌਲੀ ਪ੍ਰਭਾਵ ਬਣਾ ਕੇ ਆਪਣਾ ਗਰੁੱਪ ਇਕੱਠਾ ਕੀਤਾ ਚੱਕ ਕੇ ਘਾਟੀ ਲੈ ਕੇ ਬਹਿ ਗਿਆ ਹੁਣ ਦੇਖੋ ਸੰਧਾਲੀਆ ਸਾਹਿਬ ਇਧਰਲੇ ਪਾਸੇ ਰਾਜਪਾਲ ਸਾਹਿਬ ਨੇ ਕਹਿ ਤੱਕ ਕਿ ਭਾਈ ਦੱਸੋ ਬਹੁਮਤ ਹੈਗਾ ਤੁਹਾਡੇ ਕੋਲ ਉਹਦੇ ਉਠਾਕਰੇ ਜੀ ਸਾਬਿਤ ਕਰੋ ਉਹ ਬੰਦਾ ਸੁਪਰੀਮ ਕੋਰਟ ਚਲੇ ਗਿਆ ਲਓ ਜੀ ਆ ਦੇਖੋ ਸਾਡੇ ਦੋ ਵਿਧਾਇਕ ਕੋਵਿਡ ਦੇ ਸ਼ਿਕਾਰ ਨੇ ਇੱਕ ਵਿਧਾਇਕ ਸਾਡਾ ਵਿਦੇਸ਼ ਗਿਆ ਇੱਕ ਇਧਰਲੇ ਪਾਸੇ ਗਿਆ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ ਤੁਸੀਂ ਇਹ ਤੇ ਹਾਲ ਦੀ ਘੜੀ ਰੋਕ ਲਾ ਦਿਓ ਸੁਪਰੀਮ ਕੋਰਟ ਨੇ ਕਿਹਾ ਨਹੀਂ ਰੋਕ ਨਹੀਂ ਲੱਗ ਸਕਦੀ ਜੋ ਰਾਜਪਾਲ ਸਾਹਿਬ ਨੇ ਕਹਿਤਾ ਫਲੋਰ ਟੈਸਟ ਤਾਂ ਕਰਾਉਣਾ ਪਊ ਨਾਲ ਹੀ ਅੱਧੇ ਘੰਟੇ ਮਿੰਟ 30 ਲੱਗੇ ਬੰਦੇ ਨੇ ਅਸਤੀਫਾ ਦਿੱਤਾ ਕਿ ਮੈਂ ਹੁਣ ਮੁੱਖ ਮੰਤਰੀ ਨਹੀਂ ਉਮੀਦ ਹੈ ਕਿ ਆਪਾਂ ਜਦੋਂ ਗੱਲ ਕਰਨੀ ਆ ਚਾਰ ਪੰਜ ਘੰਟਿਆਂ ਤੱਕ ਭਾਜਪੀ ਉੱਥੇ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਦੂ ਦਵਿੰਦਰ ਫਰਨਵੀਸ ਹੋਰਾਂ ਦੇ ਮੁੱਖ ਮੰਤਰੀ ਬਣਦੇ ਆਸਾਰ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਸਪੋਰਟ ਕਰਦਾ ਏਕਨਾਥ ਸ਼ਿੰਦੇ ਵਾਲਾ ਗਰੁੱਪ ਉਹ ਮੁੱਖ ਮੰਤਰੀ ਬਣ ਜਾਣਗੇ 13 ਜਾਂ 14 ਮੰਤਰੀ ਇਕਨਤ शिंदे ਦੇ ਬਾਕੀ ਇਹਨਾਂ ਦੇ ਸਾਰੀਆਂ ਚੀਜ਼ਾਂ ਪਰੇ ਸ਼ਰਦ ਪਵਾਰ ਦੀ ਆਪਣੀ ਸਿਆਸਤ ਹੈ ਕਾਂਗਰਸ ਦੀ ਉਥੇ ਆਪਣੀ ਸਿਆਸਤ ਹੈ ਉਦਵ ਠਾਕਰੇ ਰਾਜ ਠਾਕਰੇ ਦੀ ਆਪਣੀ ਸਿਆਸਤ ਹੈ ਬੀਜੇਪੀ ਦੀ ਆਪਣੀ ਸੰਧਾਲਿਆ ਸਾਹਿਬ ਬੜੀਆਂ ਗੱਲਾਂ ਕਹੀਆਂ ਉਹਨੇ ਪਹਿਲੇ ਲੈ ਲੈ ਹੁਣ ਕੋਈ ਕਹਿੰਦਾ ਜੀ ਆਹ ਕਰਤਾ ਹੋਣਾ ਠੀਕ ਹੈ ਮੈਂ ਸਾਰੇ ਘਟਨਾ ਕ੍ਰਮ ਦੇ ਵਿੱਚੋਂ ਦੋ ਹਫ਼ਤੇ ਚੋਂ ਇਹ ਸੋਚਦਾ ਰਿਹਾ ਕਿ ਇਹਨਾਂ ਚਾਰਾਂ ਸਿਆਸੀ ਧਿਰਾਂ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਚੇਤਾ ਆਇਆ ਕਾਦਾ ਤੁਹਾਨੂੰ ਯਾਦ ਹੋਣਾ ਜਦੋਂ ਮਹਾਰਾਸ਼ਟਰ ਦੇ ਵਿੱਚ ਸਾਰੀ ਦੁਨੀਆ ਦੇ ਨਾਲ-ਨਾਲ ਕਰੋਨਾ ਫੈਲਿਆ ਸੀ ਮੁੰਬਈ ਮਹਾਰਾਸ਼ਟਰ ਦੇ ਵਿੱਚ ਹੀ ਆਉਂਦੀ ਹੈ ਹਮਮ ਮੁੰਬਈ ਦੇ ਵਿੱਚ ਇੱਕ ਬਸਤੀ ਹੈ ਮਜ਼ਦੂਰਾਂ ਦੀ ਜਿੱਥੇ ਕੁਰਬਲ-ਕੁਰਬਲ ਕਰਦੇ ਸੀ ਲੋਕ ਅੱਜ ਮੈਂ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਹਿੰਨਾ ਕਿ ਉਸ ਇੱਕ ਮੁਹੱਲੇ ਦਾ ਉਸ ਇੱਕ ਬਸਤੀ ਦਾ ਨਾਮ ਲਿਖੋ ਜੇ ਤੁਹਾਨੂੰ ਚੇਤਾ ਸਭ ਤੋਂ ਵੱਧ ਕੋਵਿਡ ਮਹਾਰਾਸ਼ਟਰ 'ਚ ਸਭ ਤੋਂ ਵੱਧ ਕਰੋਨਾ ਦੇ ਕੇਸ ਮੁੰਬਈ 'ਚ ਤੇ ਮੁੰਬਈ ਦੇ ਵਿੱਚੋਂ ਉਸ ਇੱਕ ਮੁਹੱਲੇ 'ਚ ਜਿੱਥੇ ਐਡੀਆਂ-ਐਡੀਆਂ ਝੌਂਪੜੀਆਂ 'ਚ 6-6 ਲੋਕ ਰਹਿੰਦੇ ਆ ਤੇ ਉਦੋਂ ਚਰਚਾ ਚੱਲਦੀ ਸੀ ਯਾਰ ਸੋਸ਼ਲ ਡਿਸਟੈਂਸ ਕਹਿੰਦੇ ਹੋ ਕਿ ਤੁਸੀਂ 6 ਫੁੱਟ ਤੇ ਰਹਿਣਾ ਹੈ ਤੁਸੀਂ ਇੱਕ ਕਮਰੇ ਡਾਕਟਰ ਕੀ ਕਹਿੰਦੇ ਸੀ ਭਾਰਤ ਦੇ ਵਿੱਚ ਵੀ ਇਹੀ ਸੀ ਕਿ ਭਾਈ ਜਿਹੜੇ ਬੰਦੇ ਨੂੰ ਕੋਵਿਡ ਹੋ ਗਿਆ ਜਾਂ ਜਿਹਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਵਿਡ ਹੋ ਗਿਆ ਆਈਸੋਲੇਟ ਹੋ ਜਾ ਉਹਦਾ ਵੱਖਰਾ ਵਾਸ਼ਰੂਮ ਹੋਵੇ ਉਹਦਾ ਵੱਖਰਾ ਕਮਰਾ ਹੋਵੇ ਉਹਦੇ ਵੱਖਰੇ ਭਾਂਡੇ ਹੋਣ ਉਹਦੀ ਵੱਖਰੀ ਟੂਟੀ ਹੋਵੇ ਤੇ ਉਦੋਂ ਸਾਰੇ ਹੀ ਲੋਕ ਇਹ ਕਹਿੰਦੇ ਸੀ ਕਿ ਠੀਕ ਹੈ ਸਾਰੀਆਂ ਗੱਲਾਂ ਪਰ ਜਿਹੜੀ ਮਹਾਰਾਸ਼ਟਰ ਦੇ ਉਸ ਇੱਕ ਇਲਾਕੇ ਦੀ ਝੌਂਪੜੀ ਦੇ ਵਿੱਚ 10 ਜੀ ਰਹਿੰਦੇ ਆ ਤੇ 150 ਝੌਂਪੜੀ ਵਾਲੇ ਇੱਕੋ ਹੀ ਟੂਟੀ ਤੋਂ ਪਾਣੀ ਪੀਂਦੇ ਆ ਜਿਨ੍ਹਾਂ ਦੇ ਕੋਲੇ ਬਾਥਰੂਮ ਨਾਂ ਦੀ ਕਦੇ ਕੋਈ ਚੀਜ਼ ਨਹੀਂ ਹਾਜਤ ਵੀ ਖੁੱਲੇ 'ਚ ਜਾਂਦੇ ਆ ਰੇਲ ਦੀ ਪਟੜੀ ਦੇ ਉੱਤੇ ਉਹ ਬੰਦੇ ਭਾਈ ਆਈਸੋਲੇਟ ਕਿੱਦਾਂ ਹੋਣ ਇਕਾਂਤ ਵਾਸਤੇ ਵਿੱਚ ਕਿੱਦਾਂ ਜਾਣ ਉੱਥੇ ਤਾਂ ਕੋਵਿਡ ਦਾ ਭੂਕਾ ਚੱਲੂ ਹੂੰ ਤੇ ਜਦੋਂ ਇਹ ਸਾਰੇ ਬੰਦੇ ਕੋਈ ਇਕਨਾਤ ਛਿੰਦੇ ਘਾਟੀ ਲੈ ਗਿਆ ਆਪਣੇ ਐਮਐਲਏ ਕੋਈ ਕਹਿੰਦਾ ਸੀ ਪਟਾਂ ਤੇ ਥਾਪੀ ਮਾਰ ਕੇ ਮੇਰੇ ਬੰਦੇ ਐ ਕੋਈ ਹੁਣ ਸਰਕਾਰ ਬਣਾਉਣ ਦਾ ਦਾਵਾ ਠੋਕੂ ਕਿਸੇ ਨੂੰ ਵੀ ਚੇਤਾ ਆਇਆ ਕਿ ਭਾਈ ਕੋਵਿਡ ਦੁਬਾਰਾ ਕਢਾ ਨਹੀਂ ਸਕਦਾ ਕੋਈ ਹੋਰ ਬਿਮਾਰੀ ਕਢਾ ਨਹੀਂ ਸਕਦੀ ਭਾਰਤ ਦੇ ਲੋਕਾਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਇੱਕ ਚੋਂ ਆਪਣੀ 10 ਵੀ ਰਹਿੰਦੇ ਹੁੰਦੇ ਆ ਤੇ ਉੱਥੇ ਗੰਦਾ ਪਾਣੀ ਤੁਰਿਆ ਫਿਰਦਾ ਝੌਂਪੜੀਆਂ ਦੇ ਬਾਹਰ ਮੱਛਰ ਪੂੰ ਪੂੰ ਕਰਦਾ ਤੁਰਿਆ ਫਿਰਦਾ ਦੂਸਰੀ ਗੱਲ ਆਪਣੇ ਸਾਰੇ ਪੰਜਾਬੀ ਸਿੱਖ ਖਾਸ ਤੌਰ ਦੇ ਉੱਤੇ ਨੰਦੇੜ ਜਾਂਦੇ ਆ ਕਿਹੜੇ ਸੂਬੇ ਚ ਐ ਉੱਥੇ ਹੀ ਐ ਉਦੇ ਆਲੇ ਦੁਆਲੇ ਉਸ ਮਰਾਠਵਾੜਾ ਖੇਤਰ ਦੇ ਵਿੱਚ ਪਾਣੀ ਰੇਲ ਗੱਡੀਆਂ ਨਾਲ ਹੀ ਪੁੱਜਦਾ ਕਦੀ ਪੰਜਾਬ ਤੋਂ ਰੇਲ ਗੱਡੀ ਜਾਂਦੀ ਕਦੀ ਹਾਨੇਣੇ ਤੋਂ ਹਰ ਗਰਮੀ 'ਚ ਲੋਕਾਂ ਨੂੰ ਪੀਣ ਵਾਲਾ ਪਾਣੀ ਟੈਂਕਰਾਂ ਦੇ ਵਿੱਚ ਜਾਂਦਾ ਉਹ ਯਾਰ ਸੁਰਤੀ ਨਹੀਂ ਕਿਸੇ ਨੂੰ ਤੁਸੀਂ ਉਹਨਾਂ ਲੋਕਾਂ ਦਾ ਸੋਚਣਾ ਉਸ ਮੁਹੱਲੇ ਵਾਲਿਆਂ ਦਾ ਸੋਚਣਾ ਕਿ ਤੁਸੀਂ ਆਪ ਦੀਆਂ ਗੱਡੀਆਂ ਦਾ ਹੂਟਰ ਮਾਰਦੀਆਂ ਕਾਰਾਂ ਦਾ ਲਾਲ ਬੱਤੀਆਂ ਦਾ ਸੋਚਣਾ ਜਾਨੀ ਕੋ ਮੱਥੇ ਤੇ ਅਕਲ ਤੇ ਹੱਥ ਮਾਰਦਾ ਹੀ ਨਹੀਂ ਲੀਡਰ ਮਹਾਰਾਸ਼ਟਰ ਰੋਲ ਕੇ ਰੱਖਤਾ ਇਹ ਕੋ ਗੱਲ ਹੈ ਵਟਸਐਪ ਵੀ ਇਹ ਗੱਲਾਂ ਤੁਹਾਡੀਆਂ ਜਾਇਜ਼ ਆ ਪਰ ਉਹਨਾਂ ਨੇ ਆਪਣਾ ਤੇ ਸੋਚਿਆ ਆਪਣਾ ਸੋਚਿਆ ਤੇ ਉਹਨਾਂ ਨੇ ਹਿਸਾਬ ਲਾਇਆ ਇਹਨਾਂ ਵੀ ਜੇ ਮੈਂ ਗਲਤ ਨਹੀਂ ਆ ਤੇ ਬਾਹਰੋਂ ਪਾਣੀ 60 ਮਹੀਨੇ ਬਣਦੇ ਆ 5 ਸਾਲਾਂ ਦੇ ਤੇ ਮਹੀਨੇ ਕਿੰਨੇ ਰਾਜ ਕਰ ਲਿਆ ਉਹਨਾਂ ਨੇ ਤੁਸੀਂ ਆ ਵੇਖਿਆ ਜਦੋਂ ਉਹਨਾਂ ਨੇ ਵੇਖਿਆ ਵੀ ਯਾਰ ਇਹ ਤੇ 30 ਤੋਂ ਟੱਪਦੇ ਜਾਂਦੇ ਤੇਰਾ ਭਲਾ ਜੀ ਯਾਰ ਇਹ ਤੇ ਆਦਤੋਂ ਨਿਕਲ ਗਈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਲਾਓ ਠੱਬੀ ਕਿਸੇ ਨਾ ਕਿਸੇ ਨਾਲ ਦੂਜੀ ਤੁਸੀਂ ਕੈਲਕੂਲੇਸ਼ਨ ਦੇਖੋ ਤੁਸੀਂ ਆਪ 145 ਕਿਹਾ 106 ਇੱਕ ਪਾਰਟੀ ਕੋਲੇ ਹੈਗੇ 40 ਉਹਨਾਂ ਨੇ ਕੱਢ ਲਿਆ 45 ਤੋਂ ਇੱਕ ਵਾਦਾ ਤੇ ਬੈਟ ਸੈਟਿੰਗ ਤੇ ਸਾਰੀ ਹੋਈ ਪਈ ਉਹਦੇ ਜਿਹੜੇ ਜਦੋਂ ਜਾ ਕੇ ਭੀ ਝੌਂਪੜੀ ਜੀ ਦੱਸ ਰਹੇ ਨੇ ਭਾਵੇਂ ਉਹਨਾਂ ਨੂੰ 12 ਲਈ ਜਾਣ ਉਹਨਾਂ ਦੀ ਕੁਰਸੀ ਕਾਇਮ ਚਾਹੀਦੀ ਹੈ ਯਾਨੀ ਸੌਦਾ ਖਰਾ ਖਰਾ ਸੌਦਾ ਪੂਰਾ ਖਰਾ ਤੁਸੀਂ ਕਹਿੰਦੇ ਰੇਲ ਗੱਡੀ 'ਚ ਪਾਣੀ ਆਦਾ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਹੋਰ ਰੇਲ ਗੱਡੀ ਮੰਗਾ ਲੈ ਕੁਰਸੀ ਮੇਰੀ ਚਾਹੀਦੀ ਹੈ ਇਹ ਜਿਹੜਾ ਫਰਕ ਹੈ ਨਾ ਇਸੇ ਫਰਕ ਦਾ ਕਰਕੇ ਤੇ ਆਹ ਕੰਮ ਹੋਇਆ ਪਿਆ ਵੀ ਸਿਰਫ 6 ਮਹੀਨੇ ਉਹ ਵੋਟਾਂ ਤੋਂ ਪਹਿਲਾਂ ਸਰਗਰਮੀ ਹੁੰਦੀ ਚਾਹੇ ਉਹ ਵਿਰੋਧੀ ਧਿਰਾ ਹੋਣ ਚਾਹੇ ਰਾਜ ਕਰਦੀ ਧਿਰ ਹੋਵੇ ਉਹਨਾਂ 6 ਕਿ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਹੁੰਦਾ ਪਈ ਉਹ ਜਿਹੜੇ ਝੌਂਪੜੀ 'ਚ ਦੱਸ ਰਹੇ ਨੇ ਜਾਂ 12 ਰਹਿੰਦੇ ਉਹਨਾਂ 'ਚ ਆਪਾਂ ਨੂੰ ਕਿੰਨੇ ਵੋਟ ਪਾਉਂਦੇ ਜਿਉ ਪਾ ਦੇਣ ਤੇ ਉਦੋਂ ਬਾਅਦ ਬਸ ਸੈਟਅਪ 5 ਸਾਲ ਉਹ 10ਾਂ ਵਾਲੇ ਭਾਵੇਂ 20 ਹੋ ਜਾਣ ਕਿਸੇ ਨੂੰ ਕੀ ਫਰਕ ਪੈਂਦਾ ਉੱਥੇ ਗਲਤ ਤਾਂ ਹੈ ਠੀਕ ਹੈ ਫਿਰ ਜੇ ਤੁਸੀਂ ਇਦਾਂ ਸੋਚ ਇਦਾਂ ਮੰਨ ਲੈਣੇ ਮੈਂ ਨਹੀਂ ਨਹੀਂ ਉਹ ਸੋਚ ਇਹ ਦੇਖੋ ਪੀੜ੍ਹੀਆਂ ਤੋਂ ਸੋਚ ਆ ਰਹੇ ਨੇ ਤੇ ਇਸੇ ਤਰ੍ਹਾਂ ਹੀ ਚੱਲਣਾ ਕਿਉਂਕਿ ਆ ਜਿੰਨੇ ਦਿਨਾਂ ਦਾ ਡਰਾਮਾ ਚੱਲਿਆ ਉਹ ਬਹੁਤ ਵਾਰ ਖਬਰਾਂ ਆਉਂਦੀਆਂ ਸੀ ਆਪਾਂ ਮੇਰੇ ਖਿਆਲ ਨਾਲ ਪਹਿਲੇ ਦਿਨ ਵੀ ਗੱਲ ਕੀਤੀ ਵੀ ਇਹਦਾ ਇੱਕ ਕਲਾਈਮੈਕਸ ਆਉਣਾ ਉਹ ਕਿਦਨ ਆਵੇ ਐਂਡ ਉਹ ਫਾਈਨਲੀ ਆ ਗਿਆ ਤੇ ਇਹੀ ਚੀਜ਼ ਸੀ ਉਹ ਕਹਿੰਦਾ ਵੀ ਯਾਰ ਆ ਜਿਹੜੀ ਮਿਹਨਤ ਹੈ ਕਦ ਲਈ ਕੀਤੀ ਜਾ ਰਹੀ ਕਹਿੰਦੇ ਜੀ ਇਸ ਨਿਸ਼ਾਨੇ ਦੀ ਪ੍ਰਾਪਤੀ ਦੇ ਲਈ ਕੀਤੀ ਜਾ ਰਹੀ ਹੈ ਉਹ ਨਿਸ਼ਾਨੇ ਦੀ ਪ੍ਰਾਪਤੀ ਨੂੰ ਦਿਨਵਾਵਾ ਲੱਗੇ ਹਾਂ ਇੰਨਾ ਜ਼ਰੂਰ ਆ ਵੀ ਏਕਨਾਥ ਸ਼ਿੰਦੇ ਦੇ ਨਾਲ 40 ਬੰਦੇ ਨੂੰ ਪੂਰਾ ਆਈਡੀਆ ਭਰਮਣ ਹੋ ਗਿਆ ਜਿਉਂ ਗੁਜਰਾਤ ਤੋਂ ਇਧਰ ਉਹ ਦੂਸਰੇ ਪਾਸੇ ਨੂੰ ਸਾਮਲ ਨੂੰ ਸਾਮ ਤੋਂ ਫਿਰ ਉਹ ਗੋਆਲ ਨੂੰ ਉਧਰ ਦਾ ਉਧਰ ਆ ਗਏ ਯਾਰ ਪਹਾੜ ਬਹੁਤ ਦੇਖ ਲਏ ਹੈ ਆਪ ਥੋੜਾ ਸਮੰਦਰ ਦਿਖਾएं ਉਹ ਗਲ ਗੁਆ ਨਹੀਂ ਗੋਆ ਚਾਉ ਨਹੀਂ ਗੋਆ ਜਲਦੀ ਸੰਧਾਲੀਆ ਸਭ ਮੇਰੇ ਮਨ ਚ ਖਿਆਲ ਆਉਂਦਾ ਤੁਸੀਂ ਦੇਖੋ ਇਹ ਰਾਜਨੀਤੀ ਹੈ ਨਾ ਮੈਨੂੰ ਲੱਗਦਾ ਕਿ ਮਹਾਰਾਸ਼ਟਰ ਦਾ ਖਾਸ ਤੌਰ ਤੇ ਮੁੰਬਈ ਦਾ ਇੱਕ ਬਹੁਤ ਵੱਡਾ ਵੋਟ ਬੈਂਕ ਫੋਟਪਾਥ ਤੇ ਸੌਂਦਾ ਸਭ ਤੋਂ ਵੱਧ ਖਬਰਾਂ ਉੱਥੋਂ ਆਉਂਦੀਆਂ ਹੁੰਦੀਆਂ ਅੱਜ ਜੀ ਫਲਾਨੇ ਵੱਡੇ ਲੀਡਰ ਦੇ ਵੱਡੇ ਨੇਤਾ ਦੇ ਵੱਡੇ ਅਦਾਕਾਰ ਦੇ ਜਾਂ ਜਿਹੜੇ ਪੈਸੇ ਵਾਲੇ ਬੰਦੇ ਆ ਉਹਨਾਂ ਦੇ ਪੁੱਤ ਨੇ ਆਹ ਦੇਖੋ ਜੀ ਗੱਡੀ ਚੜਤੀ ਫੋਟਪਾਥ ਤੇ ਬੈਠੇ ਲੋਕਾਂ ਦੇ ਆਉਂਦੀਆਂ ਖਬਰਾਂ ਨਾ 6 ਦਰੜ ਤੇ 7 ਦਰੜ ਤੇ 8 ਦਰੜ ਤੇ ਜੇ ਇਸ ਸੂਬੇ 'ਚ ਲੋਕ ਫੁੱਟਪਾਥ ਤੇ ਸੌਂਦੇ ਆ। ਜੇ ਇਸ ਸੂਬੇ ਦੇ ਵਿੱਚ ਲੋਕਾਂ ਦੇ ਕੋਲੋਂ ਜਦੋਂ ਕੋਵਿਡ ਆਇਆ ਸੀ ਤਾਂ ਸਾਈਕਲ ਨਹੀਂ ਸੀ ਲੱਭਦਾ ਕਿ ਪਾਈ ਅਸੀਂ ਛੱਡ ਕੇ ਮੁੰਬਈ ਕਿੱਦਾਂ ਜਾਈਏ। ਯਾਨੀ ਇਹ ਕਿਹੜੇ ਲੋਕ ਨੇ ਕਿਹੜੀ ਕ੍ਰੀਮ ਆ ਜਿਨ੍ਹਾਂ ਨੂੰ ਰਾਤ ਤੋਂ ਰਾਤ ਮਹਾਰਾਸ਼ਟਰ ਤੋਂ ਉਹ ਗੁਜਰਾਤ ਚਲੇ ਜਾਂਦੇ ਨੇ, ਉੱਥੋਂ ਜਾਜ ਦੇ ਵਿੱਚ ਗੁਆਟੀ ਚਲੇ ਜਾਂਦੇ ਆ, ਹੋਟਲ ਬੁੱਕ ਹੁੰਦੇ ਆ, ਗੁਆਟੀੋਂ ਸਿੱਦੇ ਗੁਆ ਆਉਂਦੇ ਆ। ਯਾਰ ਆਮ ਬੰਦੇ ਦੀ ਔਕਾਤ ਤਾਂ ਮੁੰਬਈ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਦੀ ਨਹੀਂ। ਆਪਾਂ ਭਾਰਤ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਝੱਟ ਚਲੇ ਜਾਂਦੇ ਆ। ਉਹਦੇ ਉਠਾਕਰੇ ਹੋ ਰਹੀ ਇਹਨਾਂ ਦੀ ਪਾਰਟੀ ਵਾਲੇ ਬੰਦੇ ਮੈਨੂੰ ਚੇਤਾ ਕਰੀ ਭਾਰਤ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਸੀ ਇਹਨਾਂ ਨੇ ਪੇਚ ਪੱਟਤੀ ਆ ਕੇ ਹੂੰ ਉਹ ਯਾਰ ਪੇਚ ਪੱਟੀ ਜਾਣੇ ਹੋ ਅਮਰਾਠਵਾੜਾ ਖੇਤਰ ਦੇ ਵਿੱਚ ਜਾ ਕੇ ਪੱਥਰ ਉਰੇ ਪਰੇ ਕਰੋ ਫਸਲ ਫੁਸਲ ਬੀਜਿਆ ਖੜੀ ਹੈ ਮਾੜੀ ਮੋਟੀ ਕੋ ਖੂਖਾ ਬਟੋ ਓਥੇ ਮਾਰਾ ਨੇ ਆਨੇ ਗੱਲ ਤਾਂ ਠੀਕ ਹੈ ਮੈਨੂੰ ਲੱਗਦਾ ਹੁੰਦਾ ਵੀ ਇਹਦਾ ਇਲਾਜ ਪਤਾ ਕੀ ਹੈ ਉਹ ਕਰਨਾ ਕਿਸੇ ਨੇ ਹੈ ਨਹੀਂ ਪਰ ਕਦੀ ਸੋਚ ਕੇ ਵੇਖੇ ਬੰਦਾ ਵੀ ਭਾਰਤ ਦੇਸ਼ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਦੇ ਲਈ ਕੰਮਾਂ ਦੇ ਲਈ ਮਤਲਬ ਤੁਹਾਡੇ ਕੋਲੇ ਆਹ ਕੁਆਲੀਫਿਕੇਸ਼ਨ ਚਾਹੀਦੀ ਹੈ ਤੁਸੀਂ ਆਹ ਯੋਗਤਾ ਪੂਰੀ ਕਰਦੇ ਹੋ ਫਿਰ ਤੁਹਾਨੂੰ ਨੌਕਰੀ ਮਿਲਣੀ ਹੈ ਜੇ ਤੁਸੀਂ ਫਲਾਣਾ ਫਲਾਣਾ ਕੰਮ ਕਰਨਾ ਤੇ ਆਹ ਯੋਗਤਾ ਬਹੁਤ ਜ਼ਰੂਰੀ ਹੈ ਤੋਂ ਬਿਨਾ ਗੱਲ ਨਹੀਂ ਬਣਨੀ ਪਰ ਜਿਹੜੀ ਚੀਜ਼ ਦਾ ਕਰਕੇ ਸਰਕਾਰ ਬਣਨੀ ਹੈ ਘੱਟੋ ਘੱਟ ਉਹਦੀ ਵੀ ਤਾਂ ਕੋਈ ਨਾ ਕੋਈ ਯੋਗਤਾ ਕੋਈ ਤੈਅ ਕਰ ਦਵੇ ਵੀ ਹਾਂਜੀ ਵੀਰ 18 ਸਾਲ ਦਾ ਹੋ ਗਿਆ ਤੇ ਨਾਲ ਹੀ ਵੋਟਰ ਕੋਈ ਨਹੀਂ ਪੁੱਛਦਾ ਵੀ 18 ਸਾਲ ਦਾ ਹੋ ਗਿਆ ਤੇ ਉਹ ਵੋਟਰ ਤਾਂ ਹੋਊਗਾ ਜਿਹਦੇ ਕੋਲੇ ਘਰ ਹੋਊਗਾ ਉਹ ਤਾਂ ਹੋਊਗਾ ਜਿਹਦੇ ਕੋਲੇ ਕੰਮ ਹੋਊਗਾ ਇਹ ਕੋਈ ਕਾਨੂੰਨ ਬਣਾ ਦੇ ਤੇ ਉਹ ਜਾਣੇ ਲੀਡਰਾਂ ਨੂੰ ਫਿਕਰ ਹੋਵੇ ਵੀ ਯਾਰ ਉਹ ਹੋ 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 ਆਪਣੇ ਕੋਲੇ ਤੇ ਯਾਰ ਇਧਰ 20 ਹਜ਼ਾਰ ਬੰਦਾ ਨਵਾਂ ਜਾਂ ਨੌਜਵਾਨ ਮੁੰਡੇ ਕੁੜੀਆਂ 18 18 ਸਾਲਾਂ ਦੇ ਹੋ ਜਾਣੇ ਉਹਨਾਂ ਦਾ ਚੈੱਕ ਕਰ ਲਓ ਵੀ ਸਾਰਿਆਂ ਕੋਲੇ ਘਰ ਹੈਗਾ ਸਾਰਿਆਂ ਕੋਲੇ ਨੌਕਰੀ ਹੈਗੀ ਆ ਸਾਰਿਆਂ ਕੋਲੇ ਕੰਮਕਾਰ ਹੈਗਾ ਰੋਟੀ ਪਾਣੀ ਖਾ ਲਿੰਦੇ ਆ ਕਹਿੰਦੇ ਕਿਉਂ ਫੇਰ ਹੀ ਉਹਨਾਂ ਨੇ ਵੋਟਰ ਉਹਨਾਂ ਨੇ ਸ਼ਰਤਾਂ ਪੂਰੀਆਂ ਤਾਂ ਹੋਣੀਆਂ ਵੀ ਉਹ ਤਾਂ ਵੋਟਰ ਮੰਨਿਆ ਜਾਊਗਾ ਮੁਸ਼ਕਲ ਹੈ ਨੇ ਅਗਲਾ ਕਹਿੰਦਾ ਤੂੰ ਭਾਵੇਂ ਵੀਰ ਮੇਰਾ ਫੁੱਟਪਾਥ ਤੇ ਸੌ ਜਾ ਭਾਵੇਂ ਝੌਂਪੜੀ 'ਚ 20 ਜਣੇ ਸੌਜੋ ਭਾਵੇਂ ਸਾਡੇ ਨਾਲ ਤੂੰ ਕਿਤੇ ਨਾ ਸੌਂ ਬਸ ਤੇਰਾ ਸਾਹ ਪ੍ਰ ਲਤਾਂ ਚੱਲਦੀਆਂ ਨਾ ਚੱਲਦੇ ਉਹਦਨ ਹੀ ਇੱਕ ਰਾਂ ਚੱਕ ਕੇ ਆਪਣੀ ਗੱਡੀ ਤੇ ਤੈਨੂੰ ਲਿਆ ਕੇ ਤੇਰੇ ਕੋਲ ਉੱਥੇ ਨੀਲ ਪੇਂਟ ਜਿਹਾ ਲਵਾ ਕੇ ਉਹ ਸਹੀ ਜੀ ਲਵਾ ਕੇ ਬਟਨ ਦਬਾ ਲੈਣਾ ਉਹਦੇ ਬਾਅਦ ਤੂੰ ਕੌਣ ਤੇ ਮੈਂ ਕੌਣ ਮਤਲਬ ਇਹ ਜੀ ਇੱਕ ਤੇ ਇਹੋ ਜੀ ਸ਼ਰਤ ਹੋਏ ਤੇ ਫੇਰ ਭਾਵੇਂ ਲੋਕਾਂ ਦਾ ਵੀ ਕੋਈ ਖਿਆਲ ਰੱਖ ਲਿਓ ਵੀ ਹਾਂ ਵੀਰ ਇਹ ਵੋਟਰ ਤਾਂ ਰਹਿਣਾ ਜੀ ਇਹਦੇ ਕੋਲ ਆ ਕੁਝ ਹੋਊਗਾ ਤੇ ਨਹੀਂ ਠੀਕ ਹੈ ਜੀ ਚਲੋ ਉਮੀਦ ਕਰਦੇ ਆ ਮਹਾਰਾਸ਼ਟਰ ਨੂੰ ਨਵਾਂ ਮੁੱਖ ਮੰਤਰੀ ਮਿਲੇ ਉਹਨਾਂ ਨੂੰ ਕਾਰਾਂ ਮਿਲਣ ਪੁਰਾਣਾ ਚੂਰੇ ਬੈਠ ਕੇ ਘਰੇ ਨਵੇਂ ਮੰਤਰੀ ਬਣ ਜਾਣਗੇ ਪੁਰਾਣੇ ਘਰੇ ਚਲੇ ਜਾਣਗੇ ਮੁੜ ਕੇ ਕੁਸ਼ੋਰ ਹੋ ਜਾਊਗਾ ਇਹ ਰਾਜਨੀਤੀ ਦੇ ਵਿੱਚ ਤਾਂ ਚਲੋ ਇਹ ਸਾਰਾ ਕੁਝ ਹੋਈ ਜਾਂਦਾ ਆਪਾਂ ਪੰਜਾਬ ਦੀ ਵਿਧਾਨ ਸਭਾ ਵਾਲੇ ਪਾਸੇ ਆ ਜੰਨੇ ਆ ਪੰਜਾਬ ਦੀ ਵਿਧਾਨ ਸਭਾ ਜਾ ਜਿਓ ਪੰਜਾਬ ਦੀ ਵਿਧਾਨ ਸਭਾ ਕੋ ਵੱਖਰੀ ਉਹ ਉੱਥੇ ਵੀ ਦੇ ਲੀਡਰ ਹੀ ਨੇ ਅੱਛਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਾਵਾ ਕੁਝ ਹੋਇਆ ਬਰੇਸ਼ਾ ਅਡ ਵਾਵਾ ਕੁਝ ਦੇ ਵਿੱਚੋਂ ਮੈਨੂੰ ਲੱਗਦਾ ਵੀ ਆਪਾਂ ਪਹਿਲਾਂ ਜਿਹੜੀਆਂ ਛੋਟੀਆਂ ਛੋਟੀਆਂ ਜੀਆਂ ਚਰਚਾਵਾਂ ਚੱਲੀਆਂ ਉਹਨਾਂ ਦੀ ਗੱਲ ਕਰ ਲਈਏ ਮੁੱਖ ਮੰਤਰੀ ਸਾਹਿਬ ਦੀ ਚਰਚਾ ਤੇ ਆਉਣ ਤੋਂ ਪਹਿਲਾਂ ਉਹਦੇ ਵਿੱਚ ਇੱਕ ਚੱਕਰ ਇਹ ਵੀ ਚੱਲਿਆ ਕਿ ਉਹ ਕਹਿੰਦੇ ਮਹਾਰਾਜ ਬੱਸਾਂ ਜਿਹੜੀਆਂ ਨਹੀਂ ਹਾਂ ਕੀ ਗੱਲ ਹੋਈ ਬੀਟੋ ਪਾਵਰ ਨਹੀਂ ਨਹੀਂ ਵਰਤੋ ਤੁਸੀਂ ਇੱਕੋ ਦੇ ਚੀਜ਼ ਦਿੱਤੀ ਤੁਹਾਨੂੰ ਅੱਛਾ ਬਾਕੀ ਦਾ ਬਾਕੀ 5 ਸਾਲ ਹੀ ਕੰਮ ਕਰਨਾ ਇੱਕ ਵਾਰੀ ਦਿੱਤਾ ਜਾਨੀ ਵੋਲਟ ਨਾਲ ਮੈਂ ਨਹੀਂ ਪਾਉਂਦਾ ਨਹੀਂ ਨਹੀਂ ਯਾਰ ਮੈਂ ਨਹੀਂ ਪਾਉਂਦਾ ਨਹੀਂ ਨਹੀਂ ਮੈਂ ਤਾਂ ਪਾਉਣੀ ਮੈਨੂੰ ਪਹਿਲਾਂ ਟਾਟੋ ਸੋਮਾ ਦੇ ਲੈਫਟ ਕੋਈ ਨਹੀਂ ਯਾਰ ਫੜੋ ਬੰਦੇ ਨਾਲ ਟਾੜ ਮੈਂ ਦੋ ਉਹ ਇੱਥੇ ਲਾਉਣੇ ਫਿਰ ਪਾਉਣੇ ਤਿੰਨ ਲਾਓ ਯਾਰ ਇਦਾਂ ਕਿਉਂ ਕਰਦੇ ਹੋ ਮੈਂ ਅੱਜ ਇਹ ਮਹਿਸੂਸ ਕਰਦਾ ਕਿ ਮੈਂ ਤੁਹਾਨੂੰ ਗਲਤ ਕਹਿੰਦਾ ਰਿਹਾ ਲੀਟਰਾਂ ਨੂੰ ਤੁਹਾਡੇ ਤਾਂ ਸਾਡੇ 'ਚ ਕੋਈ ਫਰਕ ਨਹੀਂ ਹੈ ਸਾਡੇ ਤੋਂ ਭਾਅ ਜਣੀ ਆਮ ਲੋਕਾਂ ਤੇ ਲੀਡਰਾਂ ਚ ਹਾਂ ਇਹ ਠੀਕ ਹੈ ਹਾਂ ਉਹ ਠੀਕ ਹੈ ਉਹਦਾ ਕਾਰਨ ਕੀ ਆ ਸੰਧਾਲੀ ਆ ਸਰ ਅੱਜ ਮੈਨੂੰ ਆਪਣੇ 5 ਡਾਲਰ ਦਿੱਤੇ ਭੁੱਲ ਗਏ ਅੱਛਾ ਜਣੀ ਤੁਹਾਡੀ ਇਸ ਇਸ ਸਟੇਟਮੈਂਟ ਸਟੇਟਮੈਂਟ ਆਜਾ ਦੇਖੋ ਪਰਚੇ ਚ ਨਾਂ ਕਢਾਉਣਾ ਨਾ ਅੱਜ ਫੇ ਤੁਹਾਡੀ ਗੱਲ ਸੰਧਾਲੀ ਸਭ ਪਿੰਡਾਂ ਚ ਲੜਾਈਆਂ ਕਾਧੀਆਂ ਹੁੰਦੀਆਂ ਆਮ ਘਰਾਂ ਦੇ ਵਿੱਚ ਲੜਾਈਆਂ ਇਸ ਗੱਲ ਦੀਆਂ ਹੁੰਦੀਆਂ ਕਿ ਦੇਖੋ ਜੀ ਵਿਆਹ ਕੀਤਾ ਇੱਕ ਤਾਂ ਪਹਿਲਾਂ ਮਿਲਣੀ ਲੇਟ ਕਰਾਈ ਉਹਦੀ ਲੜਾਈ ਉਦੇ ਤੋਂ ਬਾਅਦ ਟੀਜੇ ਦੇ ਉੱਤੇ 7-8 ਰੇ ਬਾਹਾਂ ਖਿੱਚ ਕੇ ਭੰਗੜਾ ਪਾਉਣ ਨਹੀਂ ਸੱਦਿਆ ਮੈਨੂੰ ਪੁੱਛ ਪ੍ਰਤੀਤ ਨਹੀਂ ਹੋਈ ਫਿਰ ਮੈਨੂੰ ਗੋਲ ਟੇਬਲ ਨਹੀਂ ਮਿਲਿਆ ਉਹਦੀ ਲੜਾਈ ਫਿਰ ਸੂਟ ਮਾੜਾ ਮਿਲ ਗਿਆ ਉਹਦੀ ਲੜਾਈ ਆਖਰੀ ਲੜਾਈ ਜਿਹੜੀ ਚੱਲਦੀ ਹੁੰਦੀ ਹੈ ਜਿਹੜਾ ਪਾਣੀ ਪੱਤ ਦੀ ਲੜਾਈ ਜਿਹੜੀ ਹੁੰਦੀ ਪਰਿਵਾਰਾਂ ਦੀ ਉਹ ਲੜਾਈ ਹੁੰਦੀ ਆ ਉਹ ਜਿਹੜੀ ਐਲਮ ਬੰਬ ਜਿਹੜੀ ਨਾ ਆਪਾਂ ਕਹਿੰਦੇ ਆ ਫਿਰ ਨਾ ਐਲਮ ਬੰਬ ਉਹਦੇ ਵਿੱਚ ਫੋਟੋ ਅੱਗੇ ਤਾਂ ਹੁੰਦਾ ਸੀ ਕਿ ਚਲੋ ਜੀ ਇੱਕ ਫੋਟੋ ਇੱਥੇ ਇੱਕ ਆ ਪੂਰਾ ਸਫਾ ਇੱਕ ਉੱਪਰ ਇੱਕ ਈ ਦਾ ਟੇਢੀ ਕਰਕੇ ਨਾ ਦੋ ਫੋਟੋ ਚਲੋ ਠੀਕ ਹੁਣ ਹੁੰਦਾ ਕਿ ਸਾਰੇ ਸਫੇ ਦੇ ਉੱਤੇ ਕਿਸੇ ਕਿਸੇ ਦੀ ਇੱਕ ਵੱਡੀ ਕਰਕੇ ਈ ਦਾ ਫੋਟੋ ਆਲੇ ਦੁਆਲੇ ਤਿੰਨ ਕੁ ਛੋਟੀਆਂ ਉਹ ਬੰਦਾ ਇਹ ਨਹੀਂ ਦੇਖਦਾ ਹੁੰਦਾ ਕਿ ਸਾਰੇ ਵਿਆਹ ਦੇ ਵਿੱਚ ਕੀ ਜਦੋਂ ਕੋਈ ਰਿਸ਼ਤਾਰ ਆਉਂਦਾ ਅੱਛਾ ਮੇਰੀ ਫੋਟੋ ਪੂਰੇ ਸਫੇ ਤੇ ਕੋਈ ਵੀ ਨਹੀਂ ਲਵਾਈ ਅੱਛਾ ਮਿਲਣੀ ਦੀ ਮੇਰੀ ਫੋਟੋ ਛੋਟੀ ਤੇ ਉਹਦੀ ਫੋਟੋ ਵੱਡੀ ਅੱਛਾ ਮੇਰੀ ਇਦਾਂ ਬੈਠੇ ਦੀ ਇਕੱਲੇ ਦੀ ਫੋਟੋ ਕੋਈ ਹੈ ਹੀ ਨਾ ਜੇ ਚਟਾਈ ਵੀ ਨਜ਼ਰ ਆਉਂਦੀ ਹੋਵੇ ਸੰਦੇ ਵਾਲੀ ਦੀ ਹੈਗੀ ਫੋਟੋਆਂ ਦੀ ਮੂ ਮੇਰੀ ਸਲੋ ਮੋਸ਼ਨ ਦੇ ਵਿੱਚ ਐਂ ਕਰਕੇ ਤੁਰੇ ਆਉਂਦੇ ਦੀ ਫੋਟੋ ਹੈ ਨਹੀਂ ਉਹਦੀ ਹੈਗੀ ਆ ਵੀਡੀਓ ਐਨ ਉਦਾਂ ਦਾ ਕੰਮ ਜਿੱਦਾਂ ਹੁੰਦਾ ਉੱਥੇ ਹੁੰਦਾ ਸਾਨੂੰ ਨਹੀਂ ਪਤਾ ਜਾਣੀ ਜੇ ਫੋਟੋ ਲਵਾਉਣ ਵਾਲੇ ਦੀ ਵੀ ਗਲਤੀ ਹੁੰਦੀ ਆ ਤੇ ਫੋਟੋ ਜਰ ਜ ਨਹੀਂ ਲੱਗੀ ਤਾਂ ਵੀ ਕੋਈ ਗੱਲ ਨਹੀਂ ਕਿਹੜਾ ਸਾਰੇ ਪਨੇ ਤੁਸੀਂ ਦੇਖ ਕਰ ਹੀ ਦੇਖਣੀ ਆ ਮੁੜ ਕੇ ਪੇਟੀ ਮਾਰਨੀ ਚਲਾ ਕੇ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਪਿਆ ਕਿ ਠੀਕ ਹੈ ਇਹ ਗੱਲ ਬਹੁਤ ਵਧੀਆ ਕਿ ਤੁਸੀਂ ਲਾਈਵ ਕਵਰੇਜ ਦਿਖਾ ਰਹੇ ਹੋ ਪਰ ਜਦੋਂ ਤਾਂ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਸਾਨੂੰ ਨਹੀਂ ਚਿੱਠੀ ਵੀ ਲਿਖੀ ਹਮ ਹਮ ਕਿ ਜਦੋਂ ਤਾਂ ਕੋਈ ਸੱਤਾਧਾਰੀ ਧਿਰ ਦਾ ਐਮਐਲਏ ਬੋਲਦਾ ਤੁਸੀਂ ਨੇੜਿਓਂ ਕਰਕੇ ਜ਼ੂਮ ਕਰਕੇ ਦਿਖਾਉਨੇ ਹੋ ਤੇ ਜਦੋਂ ਸਾਡੀ ਵਿਰੋਧੀ ਧਿਰ ਦਾ ਕੋਈ ਬੰਦਾ ਬੋਲਦਾ ਤੁਸੀਂ ਉਦੋਂ ਵੱਡੇ ਕੈਮਰੇ ਚ ਮੁੱਖ ਕੈਮਰੇ ਹੀ ਦਿਖਾਉਨੇ ਹੋ ਬੰਦਾ ਪਤਾ ਹੀ ਨਹੀਂ ਲੱਗਦਾ ਕੌਣ ਬੋਲਦਾ ਜੇ ਤਾਂ ਇਦਾਂ ਹੋਇਆ ਤੇ ਜਾਣ ਬੁੱਝ ਕੇ ਕੀਤਾ ਤਾਂ ਬਹੁਤ ਮਾੜੀ ਗੱਲ ਹੈ ਭਾਈ ਬਿਲਕੁਲ ਨਹੀਂ ਇਦਾਂ ਹੋਣਾ ਚਾਹੀਦਾ ਸੀ ਇਹ ਬਿਲਕੁਲ ਗਲਤ ਗੱਲ ਹੈ ਉਹਨਾਂ ਨੇ ਮੁੱਦਾ ਉਠਾਇਆ ਤੇ ਠੀਕ ਉਠਾਇਆ ਜੇਤ ਨਹੀਂ ਹੋਇਆ ਤਾਂ ਸਪੀਕਰ ਸਾਹਿਬ ਨੇ ਕਿਹਾ ਮੈਂ ਦੇਖਦਾ ਕਿ ਨੋਟਿਸ ਲੈਣਾ ਅੱਗੋਂ ਤੋਂ ਠੀਕ ਕਰੋ ਪਰ ਦੂਸਰੀ ਗੱਲ ਇਹ ਵੀ ਹੈ ਸੰਧਾਲੀਆਂ ਸਭ ਕੇ ਪਹਿਲਾਂ ਦਿਖਾਇਆ ਹੀ ਨਹੀਂ ਸੀ ਜਾਂਦਾ ਮੈਂ ਵੀ ਐਸੀ ਗੱਲ ਤੇ ਆਉਣ ਲੱਗਿਆ ਸੀ ਕਿ ਇੱਕ ਤੇ ਹੋ ਗਿਆ ਵੀ ਵੱਡਾ ਕੈਮਰਾ ਨਿੱਕਾ ਕੈਮਰਾ ਪਹਿਲਾਂ ਉਹ ਵੀ ਨਹੀਂ ਸੀ ਹੁੰਦਾ ਆਹੋ ਹਣੇ ਹੁਣ ਇਹ ਇਹ ਵੀ ਇਤਲੋ ਅਗਲੇ ਨੇ ਉਲਾਮਾ ਦਿੱਤਾ ਭਾਈ ਸਾਹਿਬ ਹੁਣ ਲਾਂਬੇ ਸਿਰ ਮੱਥੇ ਆ ਹਾਂ ਲਾਂਬੇ ਦਾ ਜਵਾਬ ਹੁਣ ਸਰਕਾਰ ਦੇਵੇ ਰਾਜਕਰ ਦੀ ਧਿਰ ਦੇਵੇ ਵੈਸੇ ਤਾਂ ਮੇਰੇ ਖਿਆਲ ਨਾਲ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਉਹ ਕਹਿੰਦੇ ਵੀ ਮੈਂ ਤਾਂ ਜੇ ਲਾਈਵ ਦੀ ਗੱਲ ਕੀਤੀ ਸੀ ਐਤਕੀਆਂ ਤੁਹਾਡੇ ਵਾਇਰਿੰਗ ਚੱਲੀ ਜਾਂਦੀ ਆ ਆ ਟੇਬਲਾਂ ਦੇ ਉੱਪਰ ਈ ਵਿਧਾਨ ਸਭਾ ਹੋ ਜਾਣੀ ਬਹੁਤ ਸਾਰਾ ਕੁਝ ਤੁਹਾਡਾ ਇੱਥੇ ਕਾਗਜ਼ਾਂ ਪੱਤਰਾਂ ਤੋਂ ਦੂਰ ਹੋ ਜਾਣਾ ਹੋ ਸਕਦਾ ਅਗਲੀ ਵਾਰ ਤੱਕ ਜਾਂਦੇ ਜਾਂਦੇ ਤੱਕ ਫੇਰ ਕੋਈ ਨਾ ਕੋਈ ਸਟੇਟਮੈਂਟ ਪਤਾ ਕਿ ਹੋਣੀ ਜਿਹੜੀ ਤੇ ਰਾਜਕਰ ਦੀ ਧਿਰ ਹੈ ਉਹਨਾਂ ਦੇ ਡੈਸਕਾਂ ਤੇ ਲਾਏ ਆ ਵੱਡੇ LED ਸਾਡੇ ਵਾਲੇ ਪਾਸੇ ਛੋਟੀ ਸਕਰੀਨ ਲਾਈ ਦਿਸਦਾ ਹੀ ਨਹੀਂ ਆ ਉਹਦੇ ਉੱਤੇ ਨਹੀਂ ਬਿਲਕੁਲ ਇਦਾਂ ਇਹ ਉਹਦਾ ਬਾਅਦ ਇਹ ਇਤਰਾਜ਼ ਆ ਜੀ ਨਹੀਂ ਆ ਸਕਦਾ ਦੇਖੋ ਉਹਨਾਂ ਨੇ ਆਪਣੇ ਰੰਗਦਾਰ ਸਕਰੀਨ ਲਾਈਆਂ ਪਰ ਜੇ ਇਤਰਾਜ਼ ਮੈਂ ਕਹਿੰਨਾ ਬਾਜਵਾ ਸਾਹਿਬ ਵਿਰੋਧੀ ਧਿਰ ਦੇ ਨੇਤਾ ਨੇ ਬਹੁਤ ਸਤਿਕਾਰਯੋਗ ਨੇ ਜੇ ਇਦਾਂ ਦੀ ਕੋਈ ਗੱਲ ਹੈ ਤਾਂ ਦਰਸਤ ਕਰੋ ਯਾਰ ਇਦਾਂ ਦੀਆਂ ਲੜਾਈਆਂ ਚ ਪੈਣ ਦੀ ਥੋੜੀ ਲੋੜ ਹੈ ਯਾਨੀ ਸੱਤਾਧਾਰੀ ਧਿਰ ਨੂੰ ਅਸੀਂ ਕਹਿੰਦੇ ਹਾਂ ਸਪੀਕਰ ਸਾਹਿਬ ਦੀ ਡਿਊਟੀ ਬਣਦੀ ਹੈ ਚਲੋ ਉਹਦੇ ਤੋਂ ਬਾਅਦ ਹੁਣ ਬੱਸਾਂ ਦੇ ਆਓ ਨਹੀਂ ਨਹੀਂ ਬੱਸਾਂ ਵਾਲੀ ਗੱਲ ਤੇ ਸੀ ਵੀ ਦੇਖੋ ਟਰਾਂਸਪੋਰਟ ਮੰਤਰੀ ਨੇ ਭੁੱਲਰ ਸਾਹਿਬ ਉਹਨਾਂ ਨੇ ਜਿਹੜੀ ਗੱਲਬਾਤ ਉੱਥੇ ਕੀਤੀ ਉਹ ਕਹਿੰਦੇ ਦੇਖੋ ਜੀ ਵੀ ਆ ਮੈਂ ਫਲੋਰ ਤੇ ਰੱਖਤਾ ਕਿੰਨੀਆਂ ਬੱਸਾਂ ਚਲਾਈਆਂ ਇੰਨਾ ਇਹਨਾਂ ਦਾ ਕਿਰਾਇਆ ਰੱਖਿਆ ਆ ਇਹਨਾਂ ਦਾ ਟਾਈਮ ਟੇਬਲ ਆ ਜੀ ਤੇ ਇਹ ਸਾਡੀ ਸਰਕਾਰ ਦੀ ਪ੍ਰਾਪਤੀ ਹੈ ਇਹਦੋਂ ਪਹਿਲਾਂ ਵਾਲੇ ਨੇ ਨਹੀਂ ਕੀਤਾ ਜੇ ਕੀਤਾ ਹੁੰਦਾ ਤੇ ਜਿਹੜੀ ਇੱਕ ਮੋਨੋਪੋਲੀ ਸੀਗੀ ਉਹ ਨਾ ਹੁੰਦੀ ਹੁਣ ਉਹਨਾਂ ਨੇ ਜਦੋਂ ਇਹ ਸਾਰੀਆਂ ਗੱਲਾਂਬਾਤਾਂ ਰੱਖੀਆਂ ਤੇ ਸਾਹਮਣੇ ਉਤਰਾਜ ਆ ਗਿਆ ਤਰਾਜ ਵਿਰੋਧੀ ਤੇ ਹਿਰਦਾਏ ਸੀਗਾ ਉਹ ਕਹਿੰਦੇ ਵੀ ਕਮਾਲ ਕਰਦੇ ਹੋ ਮਾਰੇ ਤੁਸੀਂ ਪਹਿਲੀ ਗੱਲਤੀ ਇਹ ਦੱਸਿਆ ਜਾਵੇ ਕਿ ਵੀ ਅਸੀਂ ਵੀ ਤੇ ਕੋਸ਼ਿਸ਼ ਕਰਦੇ ਸੀ ਉਦੋਂ ਤੁਹਾਡੀ ਦਿੱਲੀ ਵਾਲੀ ਸਰਕਾਰ ਨੇ ਚੱਲਣ ਨਹੀਂ ਦਿੱਤੀਆਂ ਤੇ ਹੁਣ ਤੁਹਾਡੀ ਸਰਕਾਰ ਆ ਗਈ ਤੇ ਹੁਣ ਤੁਸੀਂ ਚਲਾ ਲੀ ਗੱਲਬਾਤ ਉਦੋਂ ਬਾਅਦ ਫਿਰ ਭੁੱਲਰ ਸਾਹਿਬ ਨੇ ਜਵਾਬ ਦੇਣਾ ਸੀ ਭੁੱਲਰ ਸਾਹਿਬ ਕਹਿੰਦੇ ਵੀ ਦੇਖੋ ਗੱਲ ਇਹ ਆ ਜੀ ਵੀ ਪਹਿਲੀ ਸਰਕਾਰ ਨੇ ਮਿਹਨਤ ਕੀਤੀ ਉਹਨੇ ਕੋਸ਼ਿਸ਼ ਕੀਤੀ ਪਰ 5 ਸਾਲ ਕੱਢ ਕੇ ਆਖਰੀ 2 ਮਹੀਨੇ ਕੀਤੇ ਯਾ ਨਾ ਉਹ ਕਹਿੰਦੇ ਨਾ ਉਦੋਂ 2 ਮਹੀਨਿਆਂ ਦੇ ਵਿੱਚ ਗੱਲ ਬਣੀ ਕੋਈ ਸ਼ਾਇਦ ਉਹਦੇ ਵਿੱਚ ਸੁਪਰੀਮ ਕੋਰਟ ਦੇ ਕੇਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਉਦੋਂ ਗੁਰੂ ਰੋਕ ਪਾਬੰਦੀ ਸੀ ਕਈ ਚੀਜ਼ਾਂ ਦੇ ਉੱਪਰ ਇਹ ਕਹਿੰਦੇ 3 ਮਹੀਨੇ ਮੈਨੂੰ ਹੋ ਗਏ ਲੱਗੇ ਨੂੰ ਤੇ ਤਿੰਨਾ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਜਾ ਕੇ ਅਸੀਂ ਇਹ ਕੋਸ਼ਿਸ਼ ਜਿਹੜੀ ਉਹਦੇ ਚ ਕਾਮਯਾਬ ਹੋਏ ਆ ਇਹ ਨਾ ਕਿਹਾ ਜਾਵੇ ਕਿ ਵੀ ਅਸੀਂ ਕੋਸ਼ਿਸ਼ ਕੀਤੀ ਬੇਰਾਂ ਹੀ ਕਰ ਲਿਆ ਉਹਦੇ ਚ ਕਿਸੇ ਨੇ ਕੋਕ ਟੋਕ ਕੀਤੀ ਸੀ ਹਾਂ ਉੱਥੇ ਵਿਰੋਧੀ ਦੇ ਰਾਲੇ ਪਾਸੋਂ ਬਾਜਵਾ ਸਾਹਿਬ ਨੇ ਮੰਗ ਲੀਆਂ ਚਿੱਠੀਆਂ ਉਹ ਕਹਿੰਦੇ ਵੀ ਸਾਨੂੰ ਜਰੂਰ ਦੱਸਿਆ ਜਾਵੇ ਵੀ ਮਾਰੇ ਕਿੱਥੇ ਕਿੱਥੇ ਕਿੰਨੇ ਕਿੰਨੇ ਰੋਕ ਲਾਈ ਸੀ ਕਦੋਂ ਤੁਸੀਂ ਚਿੱਠੀ ਲਿਖੀ ਕਦੋਂ ਉੱਥੋਂ ਪ੍ਰਵਾਨਗੀ ਆਈ ਦੇ ਰਾਜਾ ਵੜਿੰਗ ਸਾਹਿਬ ਕੋਲ ਤੋਂ ਮੰਤਰੀ ਸੀਗੇ ਉਹ ਕਹਿੰਦੇ ਮੈਂ ਤੇ ਆਪ 12 13 ਚਿੱਠੀਆਂ ਲਿਖਿਆ ਮੈਂ ਤੇ ਕੀਰੀਵਾਲ ਸਾਹਿਬ ਨੂੰ ਮਿਲ ਕੇ ਆਇਆ ਪਰ ਗੱਲਾਂ ਸਾਰੀਆਂ ਦੇ ਵਿੱਚੋਂ ਭੁੱਲਰ ਸਾਹਿਬ ਦੀ ਜਿਹੜੀ ਉਹ ਗੱਲ ਸੀ ਮਾਰੇ ਬਿਲਕੁਲ ਤੁਸੀਂ ਕੀਤਾ ਪਰ ਆਖਰੀ 2 ਮਹੀਨੇ ਕੀਤਾ ਨਹੀਂ ਦੇਖੋ ਇਹ ਥੋੜੀ ਜਿਹੀ ਇੱਥੇ ਗਲਤੀ ਹੋ ਗਈ 6 ਮਹੀਨੇ ਕਰਨਾ ਚਾਹੀਦਾ ਕਿਉਂਕਿ 6 ਕੁ ਮਹੀਨੇ ਸਰ ਕਰੀ ਹੁੰਦੀ ਹੁੰਦੀ 2 ਮਹੀਨੇ ਥੋੜੇ ਪੈ ਗਏ ਦੇਖੋ ਯਾਰ ਕੀਤਾ ਦਾ ਹੈ ਚੰਨੀ ਸਾਹਿਬ ਨੇ 6 ਮਹੀਨੇ ਕਰ ਦੇ ਗਏ ਨਾ 111 ਦਿਨਾਂ ਦੀ ਤੇ ਸਰਕਾਰ ਸੀਗੀ ਚੰਨੀ ਸਾਹਿਬ ਦੀ ਤਾਂ ਫਿਰ ਉਹਨਾਂ ਦੀ ਗਲਤੀ ਹੈ ਨਾ ਟਾਈਮ ਨਾਲ ਆਦੋਂ ਦੇ ਅਗਲਿਆਂ ਨੂੰ ਅੱਛਾ ਅਗਲੇ ਟਾਈਮ ਨਾਲ ਬਸਤਾ ਹੀ ਚੁਕਾ ਕੇ ਤੁਰਨਾ ਸੀ ਅੱਛਾ ਮਤਲਬ ਚੰਨੀ ਸਾਹਿਬ ਨੂੰ ਪਹਿਲਾਂ ਨਹੀਂ ਮੌਕਾ ਦਿੱਤਾ ਉਹਨਾਂ ਨੂੰ ਪਹਿਲਾਂ ਮੌਕਾ ਦੇਣਾ ਚਾਹੀਦਾ ਬੋਰਡ ਦੋ ਚਾਰ ਮਹੀਨੇ ਹੋਰ ਲੱਗੇ ਰਹਿੰਦੇ ਹੂੰ ਦੇਖੋ ਕਿੰਨੇ ਬੋਰਡ ਲੱਗੇ ਸੀ ਉਹ ਸਾਰੇ ਕੱਚੇ ਬੰਦੇ ਪੱਕੇ ਹੋ ਗਏ ਵੈਸੇ ਮੈਂ ਕਹਿੰਨਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦਾ ਇਤਰਾਜ਼ ਜ਼ਿਆਦਾ ਮੈਨੂੰ ਪਤਾ ਵੀ ਉਹ ਢਿੱਲੇ ਸੀ ਉਹ ਦਿਨ ਲੱਤ ਤੇ ਸੱਟ ਲੱਗੀ ਸੀ ਨਾ ਮੇਰੇ ਖਿਆਲ ਜਦ ਤੇ ਉਹ ਲੋ ਮਰਖੇ ਟੇਬਲ ਦੇ ਉੱਤੇ ਲਾਤ ਰੱਖ ਕੇ ਇੱਦਾਂ ਬੈਠੇ ਸੀਗੇ। ਹੂੰ ਹੂੰ। ਯਾਨੀ ਜਿਹੜਾ ਬੰਦਾ ਠੀਕ ਨਾ ਹੋਵੇ, ਟਿੱਲਾ ਹੋਵੇ, ਟਿੱਲਾ ਹੋਣ ਦੇ ਬਾਵਜੂਦ ਵੀ ਦਿੱਲੀ ਦੇ ਮੁੱਖ ਮੰਤਰੀ ਦੇ ਘਰ ਮੁੜੇ ਜਾਵੇ ਕਿ ਯਾਰ ਬੱਸਾਂ ਚਲਾ ਦਿਓ। ਉਦੋਂ ਉਹਨਾਂ ਦੀ ਸੁਣਨੀ ਚਾਹੀਦੀ ਸੀ। ਮੈਂ ਕਿਹਨਾਂ ਨਹੀਂ ਸੁਣੀ ਗਈ। ਮੇਰੇ ਮਨ 'ਚ ਇੱਕ ਹੋਰ ਸਵਾਲ ਆਇਆ। ਹੂੰ ਹੂੰ। ਇਹ ਤਾਂ ਦਿੱਲੀੋਂ ਬੱਸਾਂ ਆਉਣੀਆਂ ਨਾ। ਐਨ ਆਰ ਆਈ ਤਾਂ ਮੈਂ ਕਿਹਨਾਂ ਕੌੜਾਕੁੱਟ ਭਰੇ ਲਊ 5-700 ਉੱਪਰ ਥੱਲੇ ਖਰਚੀ ਲਊ ਹੋਵੇ ਵੀ। ਆ ਪੰਜਾਬ ਦੇ ਪਿੰਡਾਂ ਨੂੰ ਬਹੁਤ ਸਾਰੀਆਂ ਬੱਸਾਂ ਚਲਾਉਣ ਵਾਲੀਆਂ। ਮੈਂ ਨਹੀਂ ਕਿਹਨਾਂ ਨਵੀਆਂ ਚਲਾਓ। ਆਪਾਂ ਟਿੱਪਣੀਆਂ ਲੈ ਲੈਨੇ ਆ ਬਹੁਤ ਸਾਰੇ ਪਿੰਡ ਹੋਣਗੇ ਪੰਜਾਬ ਦੇ ਪ੍ਰਾਈਮਰੀ ਸ਼ਾ ਟੀਵੀ ਦੇ ਟੱਬਰ ਦੇ ਮੈਂਬਰ ਆਪਾਂ ਨੂੰ ਸੁਣਦੇ ਉਹਨਾਂ ਦੇ ਪਿੰਡਾਂ ਦੇ ਵਿੱਚ ਮੇਰੇ ਪਿੰਡ ਪੰਜਾਬ ਰੋੜੇ ਦੀ ਬਸ ਆਉਂਦੀ ਸੀ ਮੈਂ ਆਪਦੀ ਗੱਲ ਕਰਦਾ ਇੱਕ ਸਵੇਰੇ ਆਉਂਦੀ 7:20 ਤੇ ਉਹ ਜਲੰਧਰ ਲਾਂਦੀ ਸੀ 8:30 ਵਜੇ ਨਾਲ ਸਵਾ ਘੰਟਾ ਲਾਂਦੀ ਸੜਕ ਉਹ ਤੋਂ ਵੱਡੀ ਨਹੀਂ ਸੀ ਬਣੀ 9 ਵਜੇ ਕਲਾਸਾਂ ਕਲੂਸਾਂ ਲੱਗਦੀਆਂ ਸੀ ਸਾਰਿਆਂ ਦੀਆਂ ਉਹਦੇ ਵਿੱਚ ਬੜੇ ਆਰਾਮ ਨਾਲ ਜਾਂਦੇ ਸੀ ਪਾਸ ਵਾਲੇ ਵੀ ਦੂਜੇ ਵੀ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਫੇਰ ਆਉਂਦੀ ਸੀ 2 ਵਜੇ ਫੇਰ ਆਉਂਦੀ ਸ਼ਾਮ ਨੂੰ 5 ਵਜੇ ਉਹ 2 ਵਜੇ ਵਾਲੀ ਚ ਨਿਆਣੇ ਪੜ ਕੇ ਆ ਜਾਂਦੇ ਸੀ 5 ਵਜੇ ਹੌਲੀ ਹੌਲੀ ਦੂ ਵਾਲੀ ਬੰਦ ਹੋ ਗਈ ਫਿਰ ਤਕਾਲਾਂ ਵਾਲੀ ਬੰਦ ਹੋ ਗਈ ਸਵੇਰ ਵਾਲੀ ਤਾਂ ਫਿਰ ਤਕਾਲਾਂ ਦੀ ਕਿਉਂਕਿ ਤਕਾਲਾਂ ਵਾਲੀ ਸਵੇਰ ਨੂੰ ਆਉਂਦੀ ਸੀ ਉਹ ਸਾਰਾ ਕੁਝ ਹੀ ਬੰਦ ਹੋ ਗਿਆ ਉਹਨੂੰ ਕਈ ਸਾਲ ਹੋ ਗਏ ਬੰਦ ਹੀ ਆ ਹਾਂ ਫਿਰ ਵਿੱਚ ਤਿੰਨ ਆ ਰਹੀ ਚੱਲੀ ਉਹ ਬਸ ਮੈਨੂੰ ਲੱਗਦਾ ਕਿ ਜੋ ਮੇਰੇ ਪਿੰਡ ਦੀ ਸਥਿਤੀ ਆ ਸਾਰਿਆਂ ਦੇ ਪਿੰਡਾਂ ਦੀ ਸਥਿਤੀ ਹੋਈ ਹੋਣੀ ਫਿਰ ਜਦੋਂ ਕੋਈ ਇਲੈਕਸ਼ਨ ਹੋਣੀ ਫਿਰ 2 ਮਹੀਨੇ ਫੇਰ ਚੱਲਣੀ ਪਤਾ ਨਹੀਂ ਕਿਹੜੀ ਬੱਸ ਨੂੰ ਕਪੜਾ ਮਾਰ ਕੇ ਨਕੜੇ ਕਢਈਂ ਕਰਦੀ ਨੇ ਹਉਣਾ ਵੋਟਾਂ ਪੈਣੀਆਂ 7ਵੇਂ ਦਿਨ ਬੰਦ ਜੇ ਸਵਾਰੀ ਨਹੀਂ ਪੂਰੀ ਮਿਲਦੀ ਘਾਟਾ ਪੈਂਦਾ ਹੀ ਯਾਰ ਇਹ ਥੋਸੀ ਜਿਹੜੀਆਂ ਗੱਡੀਆਂ ਲਈ ਕਿਸੇ ਮੰਤਰੀ ਨੂੰ ਕਿਸੇ ਐਮਐਲਏ ਨੂੰ ਜਿਹੜੀ ਗੱਡੀ ਮਿਲਦੀ ਆ ਡਰਾਈਵਰ ਮਿਲਦਾ ਘਰ ਮਿਲਦਾ ਤੁਸੀਂ ਕਿੱਡਾ ਕਿ ਇਥੇ ਪੰਜਾਬ 'ਚ ਕਣਕ ਬੀਜ ਬੀਜਣਾਂ ਦੇ ਢੇਰ ਲਾਤੇ ਵੀ ਤੁਸੀਂ ਕਿੱਡੀ ਕ ਸਬਜ਼ੀ ਨੂੰ ਗੋਡੀ ਕਰਦੇ ਹੋ ਜੇ ਤੁਸੀਂ ਠੀਕ ਤਰੀਕੇ ਨਾਲ ਕੰਮ ਕੀਤਾ ਹੁੰਦਾ ਪੰਜਾਬ ਕਿਤੇ ਕਰਜ਼ੇ ਈਟ ਹੁੰਦਾ ਮੈਂ ਕਹਿੰਨਾ ਕਿ ਜਿਹੜੀ ਵੀ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਹੈ ਯਾਰ ਪਿੰਡਾਂ 'ਚੋਂ ਬੱਸਾਂ ਕਦੀ ਚੱਲਦੀਆਂ ਸੀ ਉਧਰਲੇ ਪਾਸੇ ਧਿਆਨ ਦੇਣਾ ਪਊਗਾ ਪਿਛਲੇ ਰਾਜਾ ਵੜਿੰਗ ਸਾਹਿਬ ਮੰਤਰੀ ਥੋੜਾ ਸਮਾਂ ਰਹਿ ਬੇਬੀ ਰਜ਼ੀਆ ਸੁਲਤਾਨਾ ਵੀ ਮੇਰੇ ਖਲ ਰਹੇ ਹੁਣੇ ਮੰਤਰੀ ਤੁਸੀਂ ਫੇਰ ਵੀ ਸਰਕਾਰ ਆ ਸਕਦੀ ਹੈ ਨਹੀਂ ਤਾਂ ਘਟੋ ਘਟ ਤੁਹਾ ਗੱਲੇ ਐਨਆਰਆਈਸ ਲਈ ਸੰਘਰਸ਼ ਥੋੜੀ ਕਰਨਾ ਆਪਾਂ ਪੰਜਾਬ ਹੋਰ ਪਾਸੇ ਕਰ ਲਓ ਹੁਣ ਤਾਂ ਚਲਾ ਤੀਆਂ ਉਹਨਾਂ ਨੇ ਕੰਮ ਗੱਲੇ ਪਾਸੇ ਤੋਰਤਾ ਹਜ਼ਾਰਾਂ ਪਿੰਡ ਨੇ ਪੰਜਾਬ ਦੇ ਜਿੱਥੇ ਹੁਣ ਬੱਸ ਕੋਈ ਨਹੀਂ ਜਾਂਦੀ ਸਰਕਾਰੀ ਨਿਆਣੇ ਕਿੱਦਾਂ ਪੜਨ ਆਉਣਗੇ ਬਈ ਕਾਲਜਾਂ ਵਾਲੇ ਨਹੀਂ ਆਉਣਾ ਨੌਕਰੀ ਪੇਸ਼ੇ ਵਾਲੇ ਨਹੀਂ ਆਉਣਾ ਉਹਨਾਂ ਨੇ ਹੁਣ ਥੋੜਾ ਲੇਖਾ ਦੇਣਾ ਕਿ ਪਾਈ ਉਹ ਵੱਧ ਕਰਾਇਆ ਖਰਚ ਕੇ ਜਾ ਆਪਦੇ ਵਹੀਕਲ ਲੈ ਕੇ ਤਾਂ ਫੇਰ ਧੂਆਂ ਕਰਦੇ ਫਿਰਨ ਪ੍ਰਦੂਸ਼ਣ ਕਰਦੇ ਫਿਰ ਠੀਕ ਆ ਉਹਨਾਂ ਦਾ ਇਤਰਾਜ਼ ਪਰ ਜਿਹੜਾ ਹੋ ਗਿਆ ਉਹਨੂੰ ਛੱਡ ਦਿਓ ਜਿਹੜਾ ਰਹਿ ਗਿਆ ਉਹ ਪੁੱਟ ਪੁੱਟ ਕੇ ਸਾਹਮਣੇ ਰਹਿ ਸਰਕਾਰ ਨੂੰ ਚੁਣੌਤੀ ਦਿਓ ਨਹੀਂ ਨਹੀਂ ਚਾਹੀਦਾ ਹੁਣ ਮੈਨੂੰ ਲੱਗਦਾ ਹੁੰਦਾ ਵੀ ਨਵੀਂ ਪੀੜ੍ਹੀ ਕਿੰਨਾ ਕੁਝ ਮਿਸ ਕਰਦੀ ਹੈ ਮੈਂ ਜ਼ਰੂਰ ਚੇਤਾ ਕਰਾਉਂਗਾ ਜਿੰਨੇ ਜਿੰਨੇ ਚੇਤਾ ਆ ਗਿਆ ਔਰ ਟਿੱਪਣੀ ਜ਼ਰੂਰ ਕਰਿਓ ਕਦੀ ਤੁਸੀਂ ਦੇਖਿਆ ਹੋਵੇ ਕਿ ਵੀ ਇੱਕ ਜਿਹੜਾ ਆਮ ਤੌਰ ਤੇ ਸਰੀਆ ਹੁੰਦਾ ਸਰੀਏ ਦੇ ਨਾਲ ਇੱਕ ਬੋਲਟ ਵੈਲਡ ਕਰ ਦੇਣਾ ਇਦਾਂ ਤੇ ਅਗਲੇ ਪਾਸੇ ਵੀ ਜਿਹੜੀ ਵੱਡੀ ਵਾਸ਼ ਲਿਆ ਉਹ ਪਾ ਕੇ ਤੇ ਥੋੜਾ ਜਿਹਾ ਖੁੱਲਾ ਬੋਲਟ ਉਧਰਲੇ ਪਾਸੇ ਕਰ ਦੇਣਾ ਤੇ ਇਹ ਸਾਰੇ ਕੁਝ ਨੂੰ ਬਾਰੀ ਦੇ ਨਾਲ ਵੈਲਡ ਕਰ ਦੇਣਾ ਉਹ ਬਣ ਗਿਆ ਕੁੰਡਾ ਕੋਈ ਲੋੜ ਨਹੀਂ ਹੈਗੀ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਵਾਲਾ ਜਾਂ ਉਹ ਬਾਰੀ ਜਿਹੜੀ ਇਦਾਂ ਇਦਾਂ ਬੰਨ੍ਹਦੀ ਉਹ ਕਿੱਥੇ ਬੰਨ੍ਹਦੀ ਨਹੀਂ ਫਿਰ ਦੂਸਰੇ ਪਾਸੇ ਜਿਹੜੀਆਂ ਆਮ ਤੌਰ ਤੇ ਨਹੀਂ ਹੁਣ ਅੱਜਕੱਲ ਤੇ ਚਟਕਣੀਆਂ ਕੁੰਡੀਆਂ ਜਾਂ ਬੜੀਆਂ ਵਧੀਆ ਆ ਗਈਆਂ ਨਾ ਜਿਹੜੀਆਂ ਆਮ ਆਪਣੇ ਤੁਸੀਂ ਪੁਰਾਣੇ ਕਿਦੇ ਪਿੰਡਾਂ ਦੇ ਵਿੱਚ ਅਰਲ ਜਿਆ ਅਰਲ ਜਿਆ ਜਾਂ ਤਖਤੇ ਤੁਫਤੇ ਜੇ ਲੱਗੇ ਵੇਖਣਗੇ ਉਹਨਾਂ ਦੇ ਨਾਲ ਜਿਹੜੇ ਉਹ ਬੂਹਾ ਖੋਲਣ ਵਾਲੇ ਜਾਂ ਬਾਰੀ ਖੋਲਣ ਵਾਲੀ ਹੁੰਦੀ ਆ ਕੁੰਡੀ ਉਹ ਆਮ ਹੀ ਬਾਸ ਨੂੰ ਲੱਗੀ ਹੁੰਦੀ ਬਾਹਰਲੇ ਪਾਸੇ ਜਾਂ ਅੰਦਰ ਵਾਲੇ ਪਾਸੇ ਵੈਲਡ ਹੋਈ ਹੁੰਦੀ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਜਿਹੜੀ ਮੇਰੇ ਖਿਆਲ ਨਾਲ ਕਿਸੇ ਕਿਸੇ ਨੂੰ ਸ਼ਾਇਦ ਹੋ ਸਕਦਾ ਭੁੱਲ ਗਏ ਬਹੁਤਾ ਕਰਕੇ ਚੇਤੇ ਹੋਣੀਆਂ ਆਮ ਤੌਰ ਤੇ ਬੰਦਾ ਸੋਚਦਾ ਵੀ ਯਾਰ ਜਦੋਂ ਹਾਰਨ ਮਾਰਨਾ ਦਾ ਸਟੀering ਦੇ ਵਿਚਾਲੇ ਦਾ ਪਾ ਪਾ ਹੋਣੀ ਨਾ ਪੱਤੀ ਹੁੰਦੀ ਇੱਕ ਪੱਤੀ ਉਹ ਵੀ ਅਗਲੇ ਪਾਸੇ ਉਹਦੇ ਲੱਗੀ ਹੋਣੀ ਡੈਸ਼ਬੋਰਡ ਜਿਹੇ ਤੇ ਉੱਤੇ ਜਦੋਂ ਐ ਮਾਰਨਾ ਨਾਲੇ ਚੰਗਿਆੜੇ ਨਿਕਲਨੇ ਮੰਦੇ ਨੇ ਸੋਚਣਾ ਯਾਰ ਇਹਨੂੰ ਕਰੰਟ ਨਹੀਂ ਪੈਂਦਾ ਹੈਨਾ ਉਹ ਦੇਖੋ ਵੀ ਉਹ ਸਾਰਾ ਕੁਝ ਦੇੜਾ ਉਹ ਤੁਹੀਂ ਨਵੀਂ ਪੀੜੀ ਤੋਂ ਯਾਰ ਖੋ ਹੀ ਲਿਆ ਖੋ ਹੀ ਲਿਆ ਉਹ ਘੱਟੋ ਘਾਟ ਉਹ ਮੈਨੂੰ ਤਾਂ ਲੱਗਦਾ ਹੁੰਦਾ ਵੀ ਉਹ ਤੇ ਆਰਕਾਈਵ ਚ ਰੱਖਣ ਵਾਲੀਆਂ ਬਸਾਂ ਸੀਗੀਆਂ ਦੁਬਾਰਾ ਉਹ ਜਾਣੇ ਟੈਟੂਰ ਜੇ ਸਿੱਧੇ ਕਰ ਹਾਂ ਡਰਾਈਵਰ ਸਾਹਿਬ ਵੀ ਉਦਾਂ ਦੇ ਚਾਹੀਦੇ ਪਰ ਉਹ ਅੰਕਲ ਨਹੀਂ ਸੰਤਾਲਿਆ ਸਭ ਆਮ ਹੀ ਹੁੰਦਾ ਸੀ ਕਿ ਆਪਣੀ ਬੱਸ ਲੱਗਦੀ ਸੀ ਉਹ ਇਹ ਸਰਕਾਰੀ ਨਹੀਂ ਸੀ ਲੱਗਦੀ ਪ੍ਰੋਪਰ ਫੀਲਿੰਗ ਉਹ ਲੱਗੇ ਕੋਈ ਰੇੜੀ ਵਾਲਾ ਕੋਈ ਕਰਿਆਨੇ ਵਾਲਾ ਕੋਈ ਮੋਟਰ ਬੰਨਣ ਵਾਲਾ ਉਹਨੂੰ ਕਹਿਣਾ ਵੀ ਆਉਂਦਾ ਭੁੱਲੇ ਦਾ ਪਾਪਾ ਹਾਂ ਦਵਾਈ ਲੈਣ ਜਾਣਾ ਉਹਨੇ ਵੀ ਕਹਿਣਾ ਇੱਕ ਮਿੰਟ ਜੀ ਲੈ ਕੇ ਜਾਓ ਉਹਨੂੰ 2 ਮਿੰਟ ਰੋਕ ਲੈਣੀ ਆ ਕੋਈ ਨਹੀਂ ਆ ਗਏ ਵੀ ਚਲਿਏ ਹਮਾਰੀ ਹਾਰੀ ਬੱਸ ਹੁੰਦੀ ਉਹ ਉਹ ਚੀਜ਼ਾਂ ਬੜੀਆਂ ਮਿਸ ਕੀਤੀਆਂ ਮੇਰੇ ਖਿਆਲ ਨਵੀਂ ਪੀੜੀ ਦੇ ਬਹੁਤ ਮਿਸ ਕਰਦੀ ਕਿਉਂਕਿ ਅੱਜਕੱਲ ਸਕੂਟਰ ਨੇ ਮੋਟਰਸਾਈਕਲ ਨੇ ਕਾਰਾਂ ਨੇ ਉਧਰਲੇ ਪਾਸੇ ਬੰਦਾ ਕਿਹੜਾ ਜਾਊਗਾ ਯਾਰ ਬੱਸ ਤੇ ਉਹ ਮੈਨੂੰ ਲੱਗਦਾ ਵੀ ਉਹ ਦੁਬਾਰਾ ਜ਼ਰੂਰ ਇੱਕ ਰੰ ਯਾਦ ਹੋਣਾ ਜੇ ਦਾ ਬਾਕੀ ਜਿਹਨ ਜਿਹਨੂੰ ਯਾਦ ਆ ਗਿਆ ਤਾਂ ਹੋਰ ਜਿਹੜੀ ਵੀ ਚੀਜ਼ ਹੈ ਤੁਸੀਂ ਟਿੱਪਣੀ ਜ਼ਰੂਰ ਕਰਿਓ ਕਿ ਮੈਂ ਹੋਰ ਦੱਸਦੇ ਆ ਆਪਣੇ ਭਾਈਚਾਰੇ ਦੇ ਬਹੁਤ ਕੰਮ ਆਉਂਦੀਆਂ ਸੀ ਜਿਹੜੇ ਛੋਟੇ ਸਟੇਸ਼ਨਾਂ ਦੇ ਪੱਤਰਕਾਰ ਸੀ ਕਿਉਂਕਿ ਉਦੋਂ ਫੈਕਸ ਨਹੀਂ ਸੀ ਸਾਰਿਆਂ ਕੋਲ ਹੁੰਦੀ ਈਮੇਲ ਤਾਂ ਹੁੰਦੀ ਹੋਈ ਨਹੀਂ ਸੀ ਅਜੇ ਕਰ ਕਹਿੰਦੇ ਟਾਈਪ ਕਰਕੇ ਖਬਰਾਂ ਭੇਜੋ ਫੇਸ ਆਪਣੀਆਂ ਉਹਨਾਂ ਨੇ ਖਬਰ ਲਿਖ ਕੇ ਡਰਾਈਵਰ ਜਾਂ ਕੰਡਕਟਰ ਨੂੰ ਫੜਾ ਦੇਣੀ ਉਹਨਾਂ ਨੇ ਫੇ ਜਾ ਕੇ ਜਾਂ ਤਾਂ ਅਖਬਾਰ ਵਾਲਿਆਂ ਦਾ ਬਕਸਾ ਲੱਗਾ ਹੁੰਦਾ ਹੈ ਉੱਥੇ ਪਾ ਦੇਣੀ ਨਹੀਂ ਤਾਂ ਦਫ਼ਤਰ ਦੇ ਮੋਰੇ ਰੋਕ ਕੇ ਉੱਥੇ ਕਾਊਂਟਰ ਦੇ ਉੱਤੇ ਫੜਾ ਦੇਣੀ ਖਬਰਾਂ ਵੀ ਇਦਾਂ ਜਾਂਦੀਆਂ ਸੀ ਸਵੇਰੇ ਵੇਸ਼ ਆਉਂਦੀਆਂ ਸੀ ਆ ਪਹਿਲਾਂ ਖਬਰ ਅਖਬਾਰ ਦੇ ਸ਼ਬਰ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਜਾਂਦੇ ਜਾਂਦੇ ਪੜ੍ਹ ਲੈਂਦੇ ਅੱਛਾ ਜਾ ਕੱਲ ਨੂੰ ਆਹ ਜਿਪਣੀਆਂ ਫਿਰ ਹੁੰਦੇ ਯਾਰ ਦੋ ਲੈਣਾ ਥੱਲੇ ਕੱਟਤੀਆਂ ਲੱਗਦੀਆਂ ਕੱਲ ਤਾਂ ਖਬਰ ਚ ਸੀਗੀ ਉਹਦੇ ਵਿੱਚ ਆ ਮੈਂ ਤਾਂ ਪੜੀ ਮੈਂ ਤਾਂ ਇਹ ਨਾ ਨਿੱਕੀ ਕਰਕੇ ਛਾਪੀ ਥੋੜੀ ਇੱਕ ਸੰਧਾਲੀਆ ਸਭ ਹੋਰ ਦੇਖੋ ਆਮ ਹੀ ਹੁੰਦਾ ਸੀ ਜੇ ਕਿਸੇ ਦਾ ਕੋ ਰਿਸ਼ਤੇਦਾਰ ਸ਼ਹਿਰ ਰਹਿੰਦਾ ਉਹਨੇ ਸ਼ਹਿਰੋਂ ਕੁਛ ਨਾ ਕੁਛ ਭੇਜਣਾ ਪਿੰਡੋਂ ਸਾਗ ਜਾਂਦਾ ਹੀ ਹੁੰਦਾ ਸੀ ਉਹਨੂੰ ਸੇਵਾ ਨੂੰ ਉਸੇ 바ਸਤ ਜਾਂਦਾ ਸੀ ਉਹ ਹੋਰ ਕੁਝ ਨਹੀਂ ਦੇਖੋ ਉਹ ਤੇ ਸਾਂਝਾ ਇਦਾਂ ਦੇ ਹੁੰਦੇ ਹੈ ਵੀ ਜੇ ਮੰਨ ਲਓ ਕਿਸੇ ਦਾ ਜਵਾਕ ਹਮਮ ਆਇਆ ਵੀ ਉੱਥੋਂ ਨਾਲ ਸ਼ਹਿਰ ਉਹਨਾਂ ਨੂੰ ਉੱਥੋਂ ਚੜਾ ਦੇ ਬੱਸੇ ਤੇ ਫੇਰੇ ਦੀਆਂ ਛੁੱਟੀਆਂ ਦਾ ਹਿਸਾਬਤਾ ਵਾ ਤੇ ਫਿਰ ਇੱਥੇ ਨਾਨਕੇ ਉੱਤਰੇ ਜੁਗਾ ਮਾਮਾ ਇਹਦਾ ਲੈ ਜੂਗਾ ਕੋਈ ਟਾਈਮ ਹੈ ਨਹੀਂ ਉੱਥੋਂ ਮਾਮੇ ਨੇ ਵੀ ਮੂੜ ਤੋਂ ਲੈ ਜਾਣਾ ਤੇ ਜੇ ਉਧਰੋਂ ਮਾਮੇ ਨੇ ਦੁਬਾਰਾ ਵਾਪਸ ਚੋਣਾ ਤੇ ਉਸੇ ਕਨੈਕਟਰ ਉਹਨਾਂ ਆਵਾਜ਼ ਲੈ ਹਾਂ ਹੋਏ ਵੇਖ ਲੀਆਂ ਛੁੱਟੀਆਂ 54 ਮਿੰਟਾਂ ਦੇ ਪ੍ਰਾਈਮ ਫੋਕਸ ਵਿੱਚ ਜੋ ਕੁਝ ਆਪਾਂ ਕਰਦੇ ਆ ਨਾ ਉਹੀ ਵਿਧਾਨ ਸਭਾ ਜਾ ਅੱਜ ਕੱਲ ਲੀਡਰ ਕਰਦੇ ਉਹਨਾਂ ਗੱਲਾਂ ਕਹਿੰਦੇ ਆ ਵੇਖੋ ਇੱਕ ਗੱਲ ਆ ਆਪਣੀਆਂ ਗੱਲਾਂ ਦਾ ਕੋਈ ਫਾਇਦਾ ਨੁਕਸਾਨ ਕਿਸ ਨੂੰ ਹੋਵੇ ਨਾ ਹੋਵੇ ਉਹਨਾਂ ਦੀਆਂ ਦਾ ਹੈਗਾ ਇਸ ਕਰਕੇ ਉਹਨਾਂ ਨੂੰ ਚਾਹੀਦਾ ਵੀ ਉਹ ਚੰਗੀਆਂ ਗੱਲਾਂ ਕਰਨਾ ਚਾਹ ਸੰਧਾਰਿਆ ਸਭਾ ਸੰਭਾਦ ਮੈਂ ਕਿਹਾ ਫੇ ਵੀ ਕਰਨ ਨੂੰ ਰੱਖਣੀਆਂ ਗੱਲਾਂ ਆ ਨਹੀਂ ਉਹ ਵੀ ਠੀਕ ਹੈ ਮੈਂ ਟਾਈਮ ਵੀ ਵੇਖਣਾ ਹੈ ਮਿੰਟ ਦੇ 15 ਕੀ ਰਹਿ ਗਏ ਆਪਾਂ ਖਿੱਚ ਦਈਏ ਥੋੜਾ ਜਿਹਾ ਕੰਮ ਲਓ ਵੇਖੇ ਦੇਣੇ ਦੇਖੋ ਕਾਰਨ ਹੈ ਵੀ ਇੱਕ ਤੇ ਹੋ ਗਈ ਬਸ ਆਲੀ ਗੱਲ ਬਾਤ ਅਗਲੇ ਨੇ ਦੋਸ਼ ਲਾਉਣਾ ਸੀ ਲਾ ਲਿਆ ਸਾਰਾ ਕੁਝ ਨਿਬੜ ਗਿਆ ਮੁੱਖ ਕਰਕੇ ਜਿਹੜੀ ਚਰਚਾ ਚੱਲੀ ਉਹ ਚੱਲੀ ਮੁੱਖ ਮੰਤਰੀ ਸਾਹਿਬ ਦੇ ਭਾਸ਼ਣ ਦੀ ਕਿਉਂਕਿ ਉਹਨਾਂ ਨੇ ਉਹ ਸਾਰੇ ਕੁਝ ਨੂੰ ਕਨਕਲੂਡ ਕਰਨਾ ਸੀ ਬਜਟ ਦੇ ਉੱਪਰ ਜੋ ਵੀ ਬਹਿਸ ਹੋਈ ਉਹਦੇ ਤੇ ਫਾਈਨਲ ਇੱਕ ਵਰਜਨ ਆਉਂਦਾ ਹੁੰਦਾ ਮੁੱਖ ਮੰਤਰੀ ਸਾਹਿਬ ਦਾ ਉਹ ਆਇਆ ਤੇ ਜੇ ਸਾਹਿਬ ਨਾਲ ਉਹਨਾਂ ਨੇ ਇੱਕ ਵੱਡਿਆਂ ਸ਼ੁਰੂ ਕੀਤਾ ਕੰਮ ਤੇ ਜਿਹੜੀਆਂ ਜਿਹੜੀਆਂ ਗੱਲਾਂ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਉਹ ਉਹਦੇ ਵਿੱਚ ਮੇਰੇ ਖਿਆਲ ਨਾਲ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਬੜੀ ਧੀਰ ਤੋਂ ਡੀਕੀ ਜਾ ਰਹੀ ਸੀ ਐਨ ਖਾਸ ਕਰਕੇ ਜਦੋਂ ਬਜਟ ਅਨਾਉਂਸ ਹੋਇਆ ਉਹ ਦਿਨ ਕੱਲੇ ਕਈ ਵੀ ਵੀ ਮਾਰਾ ਹੀ ਕਮਾਲ ਹੋ ਗਈ ਯਾਰ ਯਾਰ ਰੁਪਈਆ ਦੇਣਾ ਕੋਈ ਗੱਲ ਹੀ ਨਹੀਂ ਕਰਦਾ ਕੋਈ ਨਾ ਨਹੀਂ ਲੈਂਦਾ ਉਹ ਉਹਨਾਂ ਨੇ ਉੱਥੇ ਕਲੀਅਰ ਕਰਤਾ ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਪੈਸੇ ਦਾ ਹਿਸਾਬ ਤਾਂ ਉਲਾ ਰਿਆ ਮਹੀਨੇ ਸਾਨੂੰ 2 ਲੱਗਣ ਭਾਵੇਂ ਲੱਗਣ 4 ਇਹ ਤੁਸੀਂ ਭੁੱਲ ਜੋ ਵੀ ਅਸੀਂ ਉਹ ਜਿਹੜੀ ਗਰੰਟੀ ਆ ਉਹ ਪੂਰੀ ਨਹੀਂ ਕਰਨੀ ਸਾਡਾ ਹੁਣ ਪੂਰ ਦਾ ਪੂਰਾ ਧਿਆਨ ਉਸ ਤੇ ਲੱਗਾ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਵੀ ਅਸੀਂ ਉਹ ਗਰੰਟੀ ਪੂਰੀ ਕਰ ਦੇਣੀ ਹੈ ਫਿਰ ਨਾਲ ਦੇ ਨਾਲ ਉਹ ਨਿਹੋਰਾ ਵੀ ਮਾਰਨ ਵਾਲੇ ਗੱਲ ਕਹਿੰਦੇ ਵੀ ਅਸੀਂ ਉਹਦਾ ਬਿਲਕੁਲ ਨਹੀਂ ਕਰਦੇ ਜਦੋਂ ਤੁਸੀਂ ਕਿਹਾ ਸੀ ਵੀ 36 ਹਜ਼ਾਰ ਮੁਲਾਜ਼ਮ ਪੱਕੇ ਤੇ ਬਾਅਦ ਪੁੱਛਿਆ ਕਿੱਥੇ ਉਹ ਕਹਿੰਦੇ ਯਾਰ ਫਾਈਲ ਦਿੱਤੀ ਰਾਜਪਾਲ ਸਾਹਿਬ ਨੂੰ ਤੁਸੀਂ ਉਦਾਂ ਲਿਖੋ ਜਾਂ ਤੇ ਬੱਸ ਦੇ ਮਗਰ ਪੋਸਟਰ ਵੀ ਉਦਾਂ ਦਾ ਲਾਓ ਵੀ 36 ਹਜ਼ਾਰ ਮਲਾਜ਼ਮ ਪੱਕੇ ਕਰਨ ਵਾਲੀ ਫਾਈਲ ਰਾਜਪਾਲ ਨੂੰ ਦਿੱਤੀ ਹੂੰ ਹੂੰ ਇਦਾਂ ਨਹੀਂ ਉਹ ਕਹਿੰਦੇ ਵੀ ਜਿਹੜਾ ਕੰਮ ਅਸੀਂ ਕਰਤਾ ਸੀ ਉਹ ਕਹਿੰਨੇ ਆ ਤੇ ਜਿਹੜਾ ਅਸੀਂ ਕਰਾਂਗੇ ਉਹ ਵੀ ਤੁਹਾਡੇ ਸਾਹਮਣੇ ਕਹਿ ਰਹੇ ਆ ਦੇਖੋ ਸੰਧਾਲੀਆ ਸਾਹਿਬ ਕਈ ਕੁਝ ਹੋਇਆ ਇੱਕ ਨਾ ਉਹਨਾਂ ਨੇ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਆਨ ਸੀਗੀ ਕੱਲ ਜਦੋਂ ਮੁੱਖ ਮੰਤਰੀ ਹੋਰੀ ਭਾਸ਼ਣ ਦੇ ਰਹੇ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਵਰਸੀ ਆ ਉਹਨਾਂ ਦੇ ਰਾਜ ਦੇ ਵਿੱਚ ਜੇ ਕੁੱਤੇ ਦੇ ਗਲ ਦੇ ਵਿੱਚ ਵੀ ਕੈਂਟ ਉਹ ਸਵੇਰ ਨੂੰ ਕਹਿੰਦੇ ਕੁੱਤੇ ਦੀ ਗਲਤੀ ਹੁੰਦੀ ਸੀ ਕੋਈ ਲਾ ਕੇ ਨਹੀਂ ਸੀ ਨੰਨਾ ਚੋਰੀ ਕਰਦਾ ਸੀ ਕੁਝ ਨਹੀਂ ਸੀ ਕਹਿੰਦੇ ਅਸੀਂ ਉਹਦਾ ਰਾਜ ਤਾਂ ਨਹੀਂ ਦੇ ਸਕਦੇ ਯਤਨ ਕਰਾਂਗੇ ਭਗਵੰਤਮਾਨ ਸਾਹਿਬ ਨੇ ਕਹਿਤਾ ਜੀ ਤੁਹਾਡਾ ਧੰਨਵਾਦ ਅਸੀਂ 25 30 ਸਾਲ ਹੋ ਗਿਆ ਸੁਣਦੇ ਆ ਉਹਨੇ ਕਿ ਮਹਾਰਾਜ ਰਣਜੀਤ ਸਿੰਘ ਅਰ ਕਾ ਰਾਜ ਦੇਣਾ ਸਾਰੇ ਕਹਿੰਦੇ ਆ ਕੋਈ ਅਕਾਲੀ ਹੋਵੇ ਕੋਈ ਕਾਂਗਰਸੀ ਹੋਵੇ ਹੁਣ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਆ ਗਏ ਇਦਾਂ ਵੀ ਨਹੀਂ ਕਹਿ ਸਕਦੇ ਕਿ ਸਾਰੀ ਉਮਰ ਅਕਾਲੀਆਂ ਕਾਂਗਰਸੀਆਂ ਦਾ ਰਾਜ ਰਿਆ ਹੁਣ ਤਾਂ ਵਿੱਚ ਆਮ ਆਦਮੀ ਪਾਰਟੀ ਵੀ ਆ ਸੰਧਾਲੀਆ ਸਾਹਿਬ ਤੁਸੀਂ ਦੇਖੋ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਨਾਲ ਕਿਸੇ ਨੇ ਧੱਕਾ ਕੀਤਾ ਜਾਂ ਨਹੀਂ ਕੀਤਾ ਮੈਨੂੰ ਇੱਕ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਹੋਂ ਦੇ ਨਾਲ ਜੁੜਦਾ 25-26 ਸਾਲ ਪਹਿਲਾਂ ਉੱਥੇ ਪਹਿਲੀ ਵਾਰੀ ਇੱਕ ਮੁੱਖ ਮੰਤਰੀ ਸਾਹਿਬ ਨੇ ਆਪਾਂ ਨਾਂ ਨਹੀਂ ਅੱਜ ਕਿਸੇ ਦਾ ਲੈਣਾ ਪੰਜਾਬ ਦੇ ਨਾਲ ਹੋਇਆ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਕਿਹਾ ਸੀ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਵਾਂਗੇ ਅੱਜ ਤੱਕ ਬੁੱਤ ਨਹੀਂ ਲੱਗਾ 6 ਵਾਰੀ ਵੱਖ-ਵੱਖ ਮੁੱਖ ਮੰਤਰੀ ਅਨਾਊਂਸਮੈਂਟਾਂ ਕਰ ਚੁੱਕੇ ਆ ਇੱਕ ਬੁੱਤ ਉਹਦੇ ਲਈ ਰਾਜਪਾਲ ਦੀ ਪਰਮਿਸ਼ਨ ਦੀ ਲੋੜ ਨਹੀਂ ਕੇਂਦਰ ਦੀ ਪਰਮਿਸ਼ਨ ਦੀ ਲੋੜ ਨਹੀਂ ਬੁੱਤ ਦੇ ਉੱਤੇ ਖਰਚਾ ਇੰਨਾ ਕਾਉਣਾ ਜਿੰਨਾ ਕਿ ਇੱਕ ਮੰਤਰੀ ਦਾ ਮਹੀਨੇ ਦੀ ਗੱਡੀ ਦਾ ਤੇਲ ਦਾ ਖਰਚਾ ਹੈ ਹਾਂ ਜੇ ਉਹ ਨਹੀਂ ਲੱਗਾ ਵੇ ਬਹੁਤ ਕੁਛ ਲੱਗਿਆ ਹੁਣ ਤੁਸੀਂ ਇਹ ਵੀ ਦੇਖੋ ਵੀ ਹੋ ਸਕਦਾ ਕਿਸੇ ਪੁਰਾਣੀ ਮਾਈ ਨੂੰ ਉਥੋਂ ਪਿੰਡ ਵਾਲੀ ਨੂੰ ਪੁੱਛੋ ਵੀ ਹਾਂ ਮਾਤਾ ਉਹ ਬੋਤਲੀ ਗੱਲ ਆਹੋ ਪੁੱਤ ਸਾਡੇ ਪਿੰਡ ਦਾ ਦੋ ਤਵਾਨ ਸੀ ਹੁਣ ਦੋ ਦੋ ਤਵਾਨ ਦੀ ਵੀ ਨਹੀਂ ਇਹਨਾਂ ਨੇ ਸੁਣੀਦੇ ਹੋਈ ਤਾਂ ਕੀਤਾ ਹੁਣ ਮਤਲਬ ਦੋ ਤਵਾਨ ਕਿੱਦਾਂ ਸੀ ਕਿੱਥੋਂ ਦਾ ਸੀ ਜੇ ਤੁਸੀਂ ਸਮਝ ਕੇ ਹੋਵੋਗੇ ਤੇ ਤੁਸੀਂ ਉਹਦੀ ਟਿੱਪਣੀ ਕਰ ਦਿਓ ਚਲੋ ਉਹਦੇ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਵੇ ਇੱਕ ਚੀਜ਼ ਹੋਰ ਭਗਵੰਤਮਾਨ ਹੋਰਾਂ ਨੇ ਇੱਕ ਇਸ਼ਾਰਾ ਕੀਤਾ ਉਹ ਕਹਿੰਦੇ ਯਾਰ ਵੀ ਪੇ ਪਾਹੀ ਕੋਈ ਛੱਡਣਾ ਨਹੀਂ ਕਹਿੰਦੇ ਅਹੀਂ ਛੋਟੇ ਬੰਦੇ ਨੂੰ ਕੁਝ ਜਿਹੜੀ ਇੰਪੋਰਟੈਂਟ ਗੱਲ ਮੈਨੂੰ ਲੱਗਦਾ ਹੈ ਕਿ ਕਹਿੰਦੇ ਜੀ ਜ਼ਮੀਨਾਂ ਸਰਕਾਰੀ ਦੱਬੀਆਂ ਜੇ ਕਿਸੇ ਨੇ ਉੱਥੇ ਆਰਥਿਕ ਤੌਰ ਤੇ ਕਮਜ਼ੋਰ ਬੰਦੇ ਨੇ ਕੋਈ ਛੋਟਾ ਜਿਹਾ ਦੋ ਕਮਰੇ ਪਾਇਆ ਸੀ ਉਹ ਜਾੜਾਂਗੇ ਨਹੀਂ ਜੇ ਕਿਸੇ ਨੇ ਬੇਅਬਾਦ ਜ਼ਮੀਨ ਆਬਾਦ ਕੀਤੀ ਹੈ ਕੋਈ ਇੱਕ ਡੂੜ ਕਿਲਾ ਅਸੀਂ ਖੋਵਾਂਗੇ ਨਹੀਂ ਉਹਦੀ ਕੋਈ ਪਾਲਿਸੀ ਬਣਾਵਾਂਗੇ ਵੱਡਾ ਕਹਿੰਦੇ ਛੜਨਾ ਕੋਈ ਨਹੀਂ ਜਿਹਨੇ ਵੱਡੇ ਨੇ ਖਾਂਦੇ ਪੀਂਦੇ ਨੇ ਢਿੱਡ ਦਾ ਬਹੁਤ ਭਾਰਾ ਕਰ ਲਿਆ ਖਾ ਆ ਪੀ ਕੇ ਸਰਕਾਰੀ ਪੰਚਾਇਤੀ ਜ਼ਮੀਨਾਂ ਬਿਦਬ ਲਈਆਂ ਹੋਰ ਜਾਨ ਕਹਿੰਦੇ ਕਾਗਜ਼ ਕਢਾ ਰਹੇ ਆ ਪੈਸੇ ਉੱਥੋਂ ਆਉਣੇ ਆ ਤੇ ਜਿਹੜੀ ਇੱਕ ਗੱਲ ਉਹਨਾਂ ਹੋਰ ਕੀਤੀ ਉਹ ਕਹਿੰਦੇ ਜੀ ਦੇਖੋ ਪਤਾ ਨਹੀਂ ਸਮਝ ਨਹੀਂ ਆਉਂਦੀ ਕਹਿੰਦੇ ਕਈ ਬੰਦੇ ਵਿਰੋਧੀ ਪਾਰਟੀਆਂ ਦੇ ਕਹਿੰਦੇ ਪਹਿਲੇ ਹਾਈ ਕੋਰਟ ਚਲ ਗਿਆ ਜੀ ਸਾਨੂੰ ਜ਼ਮਾਨਤ ਦੇ ਉਹ ਕਹਿੰਦੇ ਹਾਈ ਕੋਰਟ ਵਾਲੇ ਬੋਦਿਆਰ ਤੁਹਾਨੂੰ ਕਾਹਤੋਂ ਜ਼ਮਾਨਤ ਦਈਏ ਗੱਲ ਕੀ ਆ ਕੇਸ ਕਿਹੜਾ ਕਹਿੰਦੇ ਕੇਸ ਹੋ ਜਾਣਾ ਸਾਡੇ ਤੇ ਕਿੰਦ ਸਾਨੂੰ ਉੱਥੋਂ ਹੀ ਪਤਾ ਲੈਂਦਾ ਵੀ ਇੱਚ ਕੋਈ ਨਾ ਕੋ ਕਾਨ ਹੈਗੀ ਆਨੇ ਦੇਖੋ ਜਿਹੜੀ ਸਟੋਰੀ ਨਾਲ ਸੁਣਾਈ ਉਹਨਾਂ ਨੇ ਉਹ ਵਧੀਆ ਸੀ ਉਹ ਕਹਿੰਦੇ ਵੀ ਇਦਾਂ ਨਾ ਵੀ ਮਤਲਬ ਭਾਂਡੇ ਪਾਲੇ ਬੂਰੀ ਚ ਚੋਰ ਨੇ ਕਿਤੇ ਕਿਸੇ ਦੇ ਘਰੋਂ ਕਿਸੇ ਦੇ ਘਰੋਂ ਚੋਰੀ ਕਰ ਲਗਿਆ ਤੇ ਪਾਂਡੇ ਵਾਵਾ ਪਾਰੇ ਹੋ ਗਏ ਤੇ ਫਿਰ ਜਦੋਂ ਕੰਦ ਟੱਪਣ ਲੱਗਾ ਤੇ ਉਦੋਂ ਖੇਚੀ ਨਾ ਗਈ ਬੋਰੀ ਤੇ ਬੋਰੀ ਇੱਧਰ ਡੇਗ ਪਈ ਤੇ ਆਪਰਲੇ ਪਾਸੇ ਡੇਗ ਪਿਆ ਹੁਣ ਚਲੋ ਖੜਕਾ ਹੋ ਗਿਆ ਉਹ ਠੱਠ ਪਏ ਸਾਰੇ ਫਿਰ ਤਾਂ ਕਿੰਨੇ ਮੁੜਨਾ ਸੀ ਸਵੇਰੇ ਜਦੋਂ ਬੰਦੇ ਪੁੰਦੇ ਇਕੱਠੇ ਹੋਏ ਤੇ ਉਦੋਂ ਉਹਨਾਂ ਬੰਦਿਆਂ 'ਚ ਉਹ ਵੀ ਬੰਦਾ ਤੇ ਫਿਰ ਜਦੋਂ ਸਾਰੇ ਬੰਦੇ ਨੇ ਸਲਾਹ ਇਹ ਫਿਰ ਕਿਦਾਂ ਹੋਈ ਹੋਗੀ ਗੱਲ ਉਹੀ ਬੰਦਾ ਦੱਸੀਏ ਕਹਿੰਦੇ ਵੀ ਆਹ ਯਾਰ ਇਹ ਪੀਲਾ ਬੋਰੀ ਰੱਖ ਲਈ ਇੱਥੇ ਫਿਰ ਉਹਨੇ ਕਿਦੇ ਪਾਲੀਆਂ ਥਾਲੀਆਂ ਫਿਰ ਉਹਨੇ ਪਤੀਲੇ ਪਾਲੇ ਵੀ ਕੌਲੀਆਂ ਵੀ ਚਮਚੇ-ਚੁੰਚੇ ਪਾ ਕੇ ਫਿਰ ਬੋਰੀ ਬੰਨ ਲਈ ਫਿਰ ਧੂਕਿਆ ਆਇਆ ਬੰਦਾ ਕੰਦ ਆਲੇ ਪਾਸੇ ਨੂੰ ਫਿਰ ਜਦੋਂ ਕੰਦ ਤੋਂ ਬਾਹਰ ਉਹਨੇ ਫੜ ਕੇ ਖਿੱਚੀ ਤੇ ਬੋਰੀ ਇਧਰ ਡਿੱਗ ਪਈ ਹੋਣੀ ਆ ਤੇ ਮੈਂ ਉਸ ਪਾਸੇ ਡਿੱਗ ਗਿਆ ਨਾਲ ਹੀ ਡਿੱਕੇ ਆ ਗਿਆ ਨਾਲ ਹੀ ਕਹਿੰਦੇ ਬੰਦਾ ਡਿੱਕਿਆ ਗਿਆ ਹੁਣ ਮੇਰੇ ਖਿਆਲ ਨਾਲ ਜਿਹੜੀਆਂ ਚੀਜ਼ਾਂ ਇਹ ਹੈ ਤੇ ਚੋਟਾਂ ਹੀ ਇਹਦੇ ਚ ਵੀ ਇੱਕ ਜ਼ਿਕਰ ਤੇ ਉਹ ਵੀ ਕੀਤਾ ਨਾ ਕਿਉਂਕਿ ਬਾਜਵਾ ਸਾਹਿਬ ਨੇ ਇਹ ਵੀ ਕਹਿ ਸਕੋ ਕਹਿੰਦੇ ਵੀ ਜੀਲਾਂ ਆਲੇ ਪਾਸੇ ਧਿਆਨ ਦਿਓ ਜੀ ਬਹੁਤ ਲੋੜ ਹੈ ਉਧਰ ਕੰਮ ਕਰਨ ਦੀ ਹੁਣ ਉਹਨਾਂ ਨੇ ਤੇ ਆਪਣੇ ਵੱਲੋਂ ਇੱਕ ਜੈਨੂਨ ਗੱਲ ਕੀਤੀ ਹੋਊਗੀ ਉਹ ਕੁਮ ਮਦ੍ਰਿਗਾਦ ਹੋ ਜੇ ਪਾਸੇ ਲੈ ਕੇ ਉਹ ਕਹਿੰਦੇ ਵੀ ਮਹਾਰਾਜ ਇਹਨਾਂ ਨੂੰ ਵੀ ਫਿਕਰ ਆ ਵੀ ਬੰਦੇ ਯਾਰ ਕੱਲ ਨੂੰ ਸਾਡੇ ਉੱਥੇ ਜਾਣੇ ਉਹਦਾ ਅਰੇਂਜਮੈਂਟ ਕਰ ਲੂ ਹੈ ਨਾ ਨਹੀਂ ਅਰੇਂਜਮੈਂਟ ਕਰਨਾ ਚਾਹੀਦਾ ਸਾਰਿਆਂ ਦੇ ਜਾਂਦੇ ਇਹ ਵੀ ਤਾਂ ਆਪਣੇ ਇੱਕ ਨੂੰ ਤੋਰੀ ਹਟਿਆ ਆਹੋ ਸਾਰਿਆਂ ਦੇ ਉੱਥੇ ਜਾਣੇ ਹੈ ਜੇਲਾ ਵਿੱਚ ਪ੍ਰਬੰਧ ਵਧੀਆ ਹੋਵੇ ਜੀ ਉਹ ਬਹੁਤ ਜ਼ਰੂਰੀ ਹੈ ਕੰਦਾ ਕੰਦਾ ਉੱਚੀਆਂ ਕਰਾਉ ਸੌਦਾ ਬਹੁਤ ਆਉਂਦਾ ਉਧਰਲੇ ਪਾਸੇੋਂ ਚਲੋ ਸੰਧਾਲੀਆ ਸਭ ਜਿਹੜੀ ਸਭ ਤੋਂ ਵੱਡੀ ਚੋਟ ਲੱਗਦੀ ਸੀ ਆਮ ਆਦਮੀ ਪਾਰਟੀ ਤੇ ਕਿਉਂਕਿ ਬਾਰ-ਬਾਰ ਅਕਾਲੀ ਦਲ बसपा ਕਾਂਗਰਸ ਤੇ ਵਿਧਾਇਕਾਂ ਨੇ ਕਿਹਾ ਜੀ 1000 ਰੁਪਏ ਤੁਸੀਂ ਕਹਿੰਦੇ ਸੀ ਹੁਣ ਤਾਂ ਸਰਕਾਰ ਬਣੇ ਨੂੰ ਵੀ 100 ਦਿਨ ਹੋ ਗਏ ਬਜਟ ਪੇਸ਼ ਕਰ ਤੱਕ ਕਿਤੇ ਜ਼ਿਕਰ ਤੱਕ ਨਹੀਂ ਦੱਸੋ ਮੁੱਖ ਮੰਤਰੀ ਭਗਵੰਤ ਮਾਨ ਹੋਰ ਨਹੀਂ ਕਿਹਾ ਕਹਿੰਦੇ ਜੀ ਦੇਖੋ ਗੱਲ ਇਦਾਂ ਕਿ 1000 ਰੁਪਏ ਤਾਂ ਦੇਣਾ ਹੈ ਅਜੇ ਅਸੀਂ ਸਾਧਨ ਲੱਭਦੇ ਆ ਕਿ ਰੁਪਈਏ ਟਕੇ ਉੱਤੇ ਲੱਗਣੇ ਆ ਮਹੀਨੇ 2 ਲੱਗ ਜਾਣ 4 ਲੱਗ ਜਾਣ 6 ਲੱਗ ਜਾਣ 1000 ਰੁਪਏ ਔਰਤਾਂ ਨੂੰ ਦਿਆਂਗੇ ਜ਼ਰੂਰ ਚਲੋ ਦੇ ਦੇਣ ਵਧੀਆ ਗੱਲ ਹੈ ਤੇ ਜੇ ਨਹੀਂ ਦੇਣਗੇ ਵਿਰੋਧੀਆਂ ਦੇ ਕੋਲ ਇੱਕ ਮੁੱਦਾ ਆ ਜਾਣਾ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਭਾਈ ਪੰਜਾਬ ਨੂੰ ਸ਼ਾਂਤ ਕਰੋ ਵਧਾਨ ਸਭਾ ਦੀ ਕਾਰਵਾਈ ਲਾਈਵ ਚੱਲਦੀ ਹੈ ਲੋਕ ਤੁਹਾਨੂੰ ਦੇਖਦੇ ਆ ਇੱਕ ਇਨਸੀਡੈਂਟ ਜਿਹੜਾ ਨਹੀਂ ਸੀ ਵਾਪਰਨਾ ਚਾਹੀਦਾ ਮੁੱਖ ਮੰਤਰੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਕਿਹਾ ਜੀ ਸਾਨੂੰ ਬੋਲਣ ਦਾ ਮੌਕਾ ਘੱਟ ਦਿੰਦੇ ਆ ਕਹਿੰਦੇ ਉਹ ਜਿਹੜੇ ਸਾਡਾ ਸਮਾਂ ਬਣਦਾ ਉਹਦੇ ਚ ਵੀ ਸੱਤਾਧਾਰੀ ਧਿਰ ਵਾਲੇ ਐਮਐਲਏ ਨੂੰ ਦਬਲੀ ਜਾਂਦੇ ਉਹਨਾਂ ਨੂੰ ਸਮਾਂ ਦੇਂਦੇ ਲੋਕਤੰਤਰ ਤਾਂ ਕਹਾਣ ਹੈ ਮੁੱਖ ਮੰਤਰੀ ਸਾਹਿਬ ਸੰਬੋਧਨ ਕਰ ਰਹੇ ਸੀ ਸੁਖਪਾਲ ਸਿੰਘ ਖਹਿਰਾ ਵਿੱਚ ਵਿੱਚ ਟਿੱਪਣੀ ਕਰ ਰਹੇ ਸੀ ਤੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਖਹਿਰਾ ਸਾਹਿਬ ਚੁੱਪ ਰਹਿਣਾ ਸਿੱਖੋ ਹੁਣ ਤੁਸੀਂ ਵੀ ਮੈਂ ਗੱਲ ਕਰ ਰਿਹਾ ਹਾਂ ਤੁਸੀਂ ਕਿਉਂ ਬੋਲਦੇ ਹੋ ਉਹ ਕਹਿੰਦੇ ਜੀ ਮੇਰਾ ਰਾਈਟ ਹੈ ਉਹ ਬਾਈਵਾਸ ਸਾਹਿਬ ਨੂੰ ਕਹਿੰਦੇ ਬਾਈਵਾਸ ਸਾਹਿਬ ਤੁਸੀਂ ਇਹਨਾਂ ਦੇ ਲੀਡਰੋਂ ਵਿਰੋਧੀ ਧਿਰ ਦੇ ਨੇ ਤੇ ਸੈਲ ਕੱਢੋ। ਯਾਨੀ ਬਚਿਆ ਜਾਵੇ ਜੇ ਮੁੱਖ ਮੰਤਰੀ ਸਾਹਿਬ ਦੇ ਭਾਸ਼ਣ ਦੇ ਵਿੱਚ ਨਹੀਂ ਬੋਲਣਾ ਖੈਰਾ ਸਾਹਿਬ ਨੂੰ ਨਹੀਂ ਬੋਲਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨੂੰ ਬਚਣਾ ਚਾਹੀਦਾ ਸੱਲਾਂ ਸੁਲਾਂ ਵਾਲੀ ਗੱਲ ਨਾ ਵੀ ਕਰਦੇ ਜਿਵੇਂ ਹਾਂ। ਮੁੰਦਰੰਜਨ ਬਥੇਰਾ ਹੋਇਆ। ਨਹੀਂ ਮੁੰਦਰੰਜਨ ਆਲੇ ਪਾਸੇ ਤੋਂ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ। ਅੱਛਾ ਇੱਕ ਚੀਜ਼ ਇਹ ਹੈ ਕਿ ਵੀ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਉਹਦੇ ਵਿੱਚ ਇੱਕ ਜ਼ਿਕਰ। ਹੂੰ। ਉਹ ਜ਼ਿਕਰ ਸੀਗਾ ਕਿ ਵੀ ਜਿਹੜਾ ਪੰਜਾਬ ਹੈ ਉਹਨੂੰ ਐਜੂਕੇਸ਼ਨ ਵਾਲੇ ਪਾਸਿਓਂ ਬੜਾ ਰੋਲ ਰੱਪਾ ਪੈਂਦਾ ਜੀ ਨੇ ਵੀ ਮਹਾਰਾਜੇ ਇਹਦਾ ਕੁਛ ਨਾ ਕੁਛ ਕਰ ਲਓ ਫਿਰ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਵੀ ਐਜੂਕੇਸ਼ਨ ਜਾਂ ਜਿਹੜੀ ਸਿਹਤ ਆ ਉਹਦਾ ਪੱਠਾ ਬਿਠਾਇਆ ਕਿੰਨੇ ਆ ਕਿਉਂਕਿ ਜੋ ਉਹਨਾਂ ਨੇ ਉੱਥੇ ਲੌਜੀਕ ਦਿੱਤਾ ਇਹਦਾ ਮਤਲਬ ਉਹ ਉੱਥੇ ਕਾਰਵਾਈ 'ਚ ਦਰਜ ਆ ਇਹਦਾ ਮਤਲਬ ਵੀ ਪਿਛਲੇ ਸਮੇਂ 'ਚ ਕੁਝ ਘਟਿਆ ਵਾਪਰਿਆ ਹੋਊ ਤਾਂ ਹੀ ਉਹਨੂੰ ਨਜ਼ਰ ਆਇਆ ਉਹ ਕਹਿੰਦੇ ਵੀ ਦੇਖੋ ਸਰਕਾਰੀ ਸਹੂਲਤ ਬੰਦ ਕਰ ਦਿਓ ਪ੍ਰਾਈਵੇਟ ਪਲੇਅਰ ਨੂੰ ਮੌਕਾ ਦੇ ਦਿਓ ਵੀ ਹਸਪਤਾਲ ਤੋਂ ਵੱਡਾ ਬਣਾ ਲਾ ਤੇ ਲੋਕਾਂ ਨੂੰ ਉਹਨਾਂ ਦੇ ਆਸ ਇਸੀ ਤਰ੍ਹਾਂ ਇਹਨੇ ਸਰਕਾਰੀ ਸਕੂਲਾਂ ਵਾਲਾ ਕੰਮ ਕੀਤਾ ਵੀ ਸਰਕਾਰੀ ਸਕੂਲ ਤੋਂ ਹੱਥ ਥੋੜਾ ਜਿਹਾ ਪਿੱਛੇ ਖਿਡ ਲੋ ਪ੍ਰਾਈਵੇਟ ਪਲੇਅਰ ਨੂੰ ਆਖਿਆ ਵੀ ਤੂੰ ਵੱਡੇ ਵੱਡੇ ਸਕੂਲ ਬਣਾ ਲਾ ਲੋਕਾਂ ਨੂੰ ਆਖਿਆ ਵੀ ਜੇ ਪੈਸੇ ਹੈਗੇ ਤੇ ਨਿਆਣਾ ਪੜਾ ਲਓ ਨਹੀਂ ਤੇ ਸਾਡੇ ਲੋਕ ਛੋਟੇ ਵੀ ਇਹ ਵਾਲੀ ਜਿਹੜੀ ਚੀਜ਼ ਹੈ ਪਿਛਲੇ ਸਮੇਂ ਚ ਚੱਲੀ ਤੇ ਅਸੀਂ ਇਹਨੂੰ ਬਦਲਾਂਗੇ ਸੰਧਾਲੀਆ ਸਾਹਿਬ ਜੇ ਬਦਲ ਦੇਣ ਚੰਗਾ ਸਿਹਤ ਵਾਲਾ ਸਿੱਖਿਆ ਵਾਲਾ ਦੇਖੋ ਸਾਡੇ 4.5 ਸਾਲ ਨਿਭੜਣਾ ਤਾਂ ਆਮ ਆਦਮੀ ਪਾਰਟੀ ਦੇ ਨਾਲ ਹੀ ਪੈਣਾ ਸਰਕਾਰ ਉਹਨਾਂ ਦੀ ਹੈ ਵਿਰੋਧੀ ਤੇਰੇ ਇਹਨਾਂ ਨੂੰ ਲਈ ਤੇ ਰੱਖੇ ਚੰਗੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਸੰਗਰੂਰ ਵਾਲੇ ਝਟਕੇ ਤੋਂ ਬਾਅਦ ਲਈ ਤੇ ਆ ਜੇ ਇਧਰ ਉਧਰ ਵੀ ਹੁੰਦੇ ਸੀ ਨਹੀਂ ਆਉਣਗੇ ਤਾਂ ਫਿਰ ਨੁਕਸਾਨ ਖਾਣਗੇ ਹਾਈ ਕੋਰਟ ਗਿਆ ਸੀ ਸੰਗਤ ਸਿੰਘ ਗਿਲਜੀਆਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਕਿਉਂਕਿ ਜਦੋਂ ਸਾਧੂ ਸਿੰਘ ਧਰਮਸੋਧ ਧਰਾਂ ਨੂੰ ਤੜਕੇ 3 ਵਜੇ ਚੱਕਿਆ ਸੀ ਵਿਜੀਲੈਂਸ ਨੇ ਕਿ ਆ ਰੁੱਖਾਂ ਰੱਖਾਂ ਦਾ ਰੌਲਾ ਹੈ ਧਰਮਸੋਧ ਧਰਾਂ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੰਤਰੀ ਉੜਮੋ ਟਾਂਡੇ ਵਾਲੇ ਉਸ ਵੇਲੇ ਦੇ ਵਿਧਾਇਕ ਤੇ ਮੰਤਰੀ ਜਿਹੜੇ ਬਣਾਏ ਗਿਆ ਸੀ ਸੰਗਤ ਸਿੰਘ ਗਿਲਜੀਆਂ ਸੀ ਤੇ ਟ੍ਰੀ ਗਾਰਡ ਜਿਹੜੇ ਆ ਉਸ ਕੇਸ ਦੇ ਵਿੱਚ ਇਹਨਾਂ ਦਾ ਨਾਮ ਬੋਲਦਾ ਸੀ ਦੋਸ਼ ਨਹੀਂ ਸਾਬਿਤ ਹੋਈ ਉਹ ਹਾਈ ਕੋਰਟ ਗਿਆ ਸੀ ਕਿ ਕੀ ਕੀ ਅਸੀਂ ਖਾਰਜ ਕਰਦੇ ਹੋ ਰੱਦ ਕਰਦੇ ਹੋ ਉਹ ਕਹਿੰਦੇ ਕੋਈ ਐਸੀ ਜ਼ਰੂਰੀ ਗੱਲ ਨਹੀਂ ਲੱਗਦੀ ਅਰਜੈਂਟ ਨਹੀਂ ਲੱਗਦੀ ਅਜੇ ਤਾਂ ਛੁੱਟੀਆਂ ਨਹੀਂ ਛੁੱਟੀਆਂ ਤੋਂ ਬਾਅਦ ਜਿੱਦਾਂ ਬਾਕੀ ਕੇਸਾਂ ਦੀ ਸੁਣਵਾਈ ਹੁੰਦੀ ਹੈ ਗਿਲਜੀਆਂ ਸਾਹਿਬ ਇੱਦਾਂ ਹੀ ਥੋੜਾ ਕੇ ਸੁਣ ਲਾਂਗੇ ਦਾ ਮਤਲਬ ਰਾਹਤ ਨਹੀਂ ਇਹਨਾਂ ਕਹਤਾ ਕਹਿੰਦੇ ਜੇ ਅਗਾਊਂ ਜ਼ਮਾਨਤ ਤੁਹਾਨੂੰ ਚਾਹੀਦੀ ਹੈ ਹੇਠਲੀ ਅਦਾਲਤ ਤੇ ਚਲੇ ਜਾਓ ਇਹਦਾ ਮਤਲਬ ਹੈ ਕਿ ਵਿਜੀਲੈਂਸ ਸੰਗਤ ਸਿੰਘ ਗਿਲਜੀਆਂ ਹੋਰ ਅਨੁਪਾਲਦੀ ਫਿਰਦੀ ਹੈ ਹਾਈ ਕੋਰਟ ਤੋਂ ਰਾਹਤ ਮਿਲੀ ਨਹੀਂ ਹੇਠਲੀ ਅਦਾਲਤ ਤੇ ਵਿੱਚ ਜਾਣਗੇ ਤਾਂ ਜ਼ਮਾਨਤ ਮਿਲਦੀ ਹੈ ਕਿ ਨਹੀਂ ਮਿਲਦੀ ਪਰ ਜੇ ਉਹਦੇ ਤੋਂ ਪਹਿਲਾਂ ਕਿਤੇ ਵਿਜੀਲੈਂਸ ਵਾਲਿਆਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਿਰਾਸਾ ਦੇ ਵਿੱਚ ਲੈ ਲਿਆ ਫਿਰ ਪਤਾ ਨਹੀਂ ਗੱਲ ਕਿੱਧਰ ਜਾਣੀ ਆ। ਹੂੰ। ਨਹੀਂ ਇਹ ਵੀ ਦੇਖੋ ਇਹ ਗੱਲ ਫਿਰ ਉੱਥੇ ਜੁੜਦੀ ਕਿਉਂਕਿ ਇਸ ਚੀਜ਼ ਦਾ ਜ਼ਿਕਰ ਵੀ ਤਾਂ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਆਪਣੇ ਭਾਸ਼ਣ 'ਚ ਵੀ ਕਈ ਬੰਦੇ ਤੇ ਪਹਿਲੇ ਅਦਾਲਤੇ ਤੁਰੇ ਫਿਰਦੇ ਆ ਵੀ ਮਹਾਰਾਜ। ਹੁਣ ਕਾਰਨ ਇਹ ਆ ਵੀ ਇਹ ਭਾਸ਼ਣ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤੇ ਮੇਰੇ ਖਿਆਲ ਨਾਲ ਭਾਸ਼ਣ ਕਾਲਾ ਜਿਤੇ ਬੈਸੀ ਨਪੁੰਨ ਹੈਗੇ ਨੇ ਮਾਨ ਸਾਹਿਬ। ਪਰ ਇਹ ਸਾਰੀਆਂ ਚੀਜ਼ਾਂ ਜਦੋਂ ਪ੍ਰੈਕਟੀਕਲੀ ਜ਼ਮੀਨ ਤੇ ਆ ਜਾਣ ਉਦੋਂ ਮੇਰੇ ਖਿਆਲ ਨਾਲ ਹੋ ਸਕਦਾ ਵੀ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਸ਼ੰਕੇ ਸ਼ੋਭੇ ਸੀਗੇ ਉਹ ਦੂਰ ਹੋ ਜਾਣ ਕਿਉਂਕਿ ਸੰਗਰੂਰ ਵਾਲੀ ਇਲੈਕਸ਼ਨ ਦਾ ਜੋ ਵੀ ਨਤੀਜਾ ਆ ਆਮ ਆਦਮੀ ਪਾਰਟੀ ਜੋ ਮਰਜ਼ੀ ਕਹੀ ਜਾਵੇ ਬਾਈਵਾ ਸਾਹਿਬ ਇੱਕ ਇੱਕ ਲਾਈਨ ਦੇ ਵਿੱਚ ਸਾਰੀਆਂ ਗੱਲਾਂ ਕਹੀ ਜਾਂਦੇ ਉਹ ਕਹਿੰਦੇ ਬਾਕੀ ਚਲੋ ਠੀਕ ਆ ਯਾਰ ਸਾਨੂੰ ਤੇ 5 ਸਾਲ ਲੱਗੇ ਨਾ ਵੀ ਸਾਡਾ ਨਤੀਜਾ ਆਇਆ ਤੁਹਾਡਾ ਤਾਂ ਕਹਿੰਦੇ 3 ਮਹੀਨੇ ਜਾ ਗਿਆ ਉਹ ਫੇਰ ਰੌਲਾ ਪਾ ਜਾਂਦਾ ਉਸੇ ਜੀ ਦੇ ਉੱਪਰ ਹੈਨਾ ਮਤਲਬ ਇਹ ਇਹ ਇੱਕ ਐਸਾ ਮੈਨੂੰ ਲੱਗਦਾ ਵੀ ਉਹ ਫੱਟ ਲੱਗ ਗਿਆ ਸੰਗਰੂਰ ਵਾਲੀ ਜ਼ਿਮਨੀ ਚੋਣ ਵਾਲਾ ਪੀ ਜਿੰਨੀ ਦੇਰ ਤੱਕ 24 ਨਹੀਂ ਆਉਂਦੀ ਇਹ ਲੋਕ ਸਭਾ ਦੀਆਂ ਇਲੈਕਸ਼ਨਾਂ ਹੁੰਦੀਆਂ ਨਹੀਂ ਉਨੀ ਦੇਰ ਤੱਕ ਵਾਰ-ਵਾਰ ਹੋਰ ਕੁਝ ਹੋਵੇ ਨਾ ਹੋਵੇ ਵਿਰੋਧ ਕਰਨ ਵਾਲਾ ਇਹਨਾਂ ਨੂੰ ਆਹੋ ਉਦੋਂ ਫਿਰ ਵੇਖ ਜਦੋਂ ਨਾ ਪਲਵਾਨੇ ਕਰਾਂ ਟੈਜੇ ਉਹਨੂੰ ਚੇਤੇ ਕਰਾਈ ਜਾਂਦੇ ਉਹ ਆਹੋ ਉੱਥੇ ਫਿਰ ਵੇਖਿਆ ਹੈ ਜਿਹੜੀ ਕੁਸ਼ਤੀ ਹੋਈ ਸੀ ਉਹ ਬਹੁਤ ਵਧੀਆ ਆਖੀ ਨਹੀਂ ਨਹੀਂ ਤੂੰ ਐਤ ਕੀ ਵੇਖੀ ਉਹਦੇ ਚਲੋ ਹੁਣ ਵੇਖ ਲਾਂਗੇ ਪਰ ਉੱਥੇ ਜੋ ਹੋਇਆ ਸੀ ਆਹੋ ਬੜਿਆ ਆਹੋ ਕਹਿੰਦੇ ਕਿਸੇ ਦੇ ਪਈਆਂ ਆਹ ਇੱਥੇ ਕੌਮਰ ਵਿਜੇ ਪ੍ਰਤਾਪ ਭੁਰਾਂ ਦੀ ਚਰਚਾ ਕਰ ਲਈਏ ਉਹ ਹੈ ਤਾਂ ਸੱਤਾਧਾਰੀ ਤੇ ਦੇ ਐਮ ਐਲ ਏ ਪਰ ਮੁੱਦਾ ਕੇਰੇ ਵਾਜਿਬ ਚੁੱਕਦੇ ਆ ਉਹ ਕਹਿੰਦੇ ਜੀ ਜਿੱਦਣ ਲਾਰੈਂਸ ਮਿਸ਼ਨੋਈ ਨੂੰ ਲੈ ਕੇ ਆਏ ਰਿਮਾਂਡ ਦੇ ਉੱਤੇ ਤਾਂ ਉਹਦੇ ਨਾਲ ਪੁਲਿਸ ਫੋਰਸ ਬਹੁਸੀ ਹੋਣੀ ਚਾਹੀਦੀ ਹੈ ਪਰ ਕਹਿੰਦੇ ਉਹਨਾਂ ਦੇ ਉੱਤੇ ਲਿਖਿਆ ਸੀ ਵੀ ਆਈ ਪੀ ਡਿਊਟੀ ਉਹ ਕਹਿੰਦੇ ਕਿੱਦਾਂ ਦਾ ਆਪਾਂ ਸੋਸ਼ਲ ਮੀਡੀਆ ਤੇ ਲਾਈਵ ਦਿਖਾ ਰਹੇ ਹਾਂ ਸਾਰਾ ਕੁਝ ਤੇ ਉਹਨੂੰ ਲੈ ਕੇ ਜਾ ਰਹੇ ਨੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈ ਅਪਰਾਧੀ ਐਲਾਨਿਆ ਜਾ ਚੁੱਕਾ ਕਈ ਕੇਸਾਂ 'ਚ ਕਈ ਕੇਸ ਉਹਦੇ ਤੇ ਚੱਲਦੇ ਆ ਉਹਦੇ ਨਾਲ ਜਿਹੜੇ ਸੁਰੱਖਿਆ ਦੇ ਲਈ ਪੁਲਿਸ ਕਰਮਚਾਰੀ ਆ ਜਿਉ ਉਹਨਾਂ ਦੇ ਵੀਆਈਪੀ ਡਿਊਟੀ ਲਿਖਿਆ ਹੋਊਗਾ ਤਾਂ ਬਾਕੀ ਨੌਜਵਾਨਾਂ ਦੇ ਉੱਤੇ ਅਸਰ ਕੀ ਪਊਗਾ ਉਹ ਕਹਿੰਦੇ ਤੁਰੰਤ ਇਸ ਮਸਲੇ ਦਾ ਨੋਟਿਸ ਲੈਣਾ ਚਾਹੀਦਾ ਉਹ ਵੀਆਈਪੀ ਡਿਊਟੀ ਨਹੀਂ ਹੈਗੀ ਉਹਦਾ ਗਲਤ ਪ੍ਰਭਾਵ ਲੋਕਾਂ ਦੇ ਉੱਤੇ ਜਾਂਦਾ ਉਹ ਤਾਂ ਵੀਆਈਪੀ ਬਣ ਗਿਆ ਫਿਰ ਲੋਕਾਂ ਦੇ ਵਿੱਚ ਫਿਰ ਨੌਜਵਾਨ ਤਬਕਾ ਅੱਗੇ ਸੋਚੂਗਾ ਕਿ ਕੁਮਰ ਵਿਜੇ ਪ੍ਰਤਾਪ ਰੰ ਦਾ ਕੰਸਰਨ ਚਾਹੀਜ ਹੈ ਤੇ ਉਹਦੇ ਵਿੱਚ ਕਿਤਨਾ ਕਿਤੇ ਸੋਧ ਹੋਣੀ ਚਾਹੀਦੀ ਹੈ ਜੇ ਨਹੀਂ ਹੁੰਦੀ ਤਾਂ ਔਖਾ ਲਾਰੈਂਸ ਬਿਸ਼ਨੋਈ ਵਾਲੇ ਕੇਸ ਦੇ ਵਿੱਚ ਕਿਉਂਕਿ ਸਿੱਧੂ ਮੂਸੇ ਵਾਲੇ ਵਾਲਾ ਕੇਸ ਆ ਜੱਗੂ ਭਗਵਾਨਪ ਪਹਿਲਾਂ ਵੀ ਇੱਕ ਵਾਰੀ ਪੁੱਛਗਿੱਛ ਕੀਤੀ ਹੁਣ ਪੰਜਾਬ ਦੀ ਪੁਲਿਸ ਨੂੰ ਫਿਰ ਪੰਜਾਬ ਲੈ ਕੇ ਆਈ ਹੈ ਕਿਉਂਕਿ ਮੰਨਿਆ ਜਾਂਦਾ ਸੀ ਕਿ ਜਿਹੜੇ ਕਾਤਲਾਂ ਨੇ ਗੋਲੀਆਂ ਚਲਾ ਕੇ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਉਹਦੇ ਵਿੱਚੋਂ ਦੋ ਸ਼ਾਰਪ ਸ਼ੂਟਰ ਲੋਰੈਂਸ ਬਿਸ਼ਨੋਈ ਨੂੰ ਜੇਲ੍ਹ 'ਚ ਬੈਠਿਆਂ ਜੱਗੂ ਭਗਵਾਨਪੁਰੀਆ ਜਿਹੜਾ ਖੁਦ ਜੇਲ੍ਹ 'ਚ ਹੈ ਉਹਨੇ ਪ੍ਰੋਵਾਈਡ ਕੀਤੇ ਕਿਉਂਕਿ ਹੁਣ ਸਿੰਡੀਕੇਟ ਸ਼ਬਦ ਅੱਗੇ ਨਾ ਸ਼ਰਾਬ ਦਾ ਸਿੰਡੀਕੇਟ ਅਸੀਂ ਸੁਣਦੇ ਹੁੰਦੇ ਕਿ ਕੁਝ ਵਪਾਰੀ ਇਕੱਠੇ ਹੋ ਕੇ ਉਹਨਾਂ ਦਾ ਸਿੰਡੀਕੇਟ ਬਣ ਜਾਂਦਾ ਉਹ ਵੱਤ ਵਾਤੇ ਢੇਕੇ ਲੈਂਦੇ ਆ ਗੈਂਗਸਟਰਾਂ ਦਾ ਵੀ ਸਿੰਡੀਕੇਟ ਹੁੰਦਾ ਹੈ ਕਿ ਪੰਜ ਸੱਤ ਵੱਡੇ ਵੱਡੇ ਜੜੇ ਆ ਉਹ ਇਕੱਠੇ ਹੋ ਜਾਂਦੇ ਆ ਉਹਦੇ ਤੋਂ ਬਾਅਦ ਨਾਲ ਮਿਲ ਕੇ ਕੰਮ ਕਰਦੇ ਆ ਉਹ ਕਹਿੰਦਾ ਜੀ ਅੱਛਾ ਮੈਂ ਕੰਮ ਕਰਨਾ ਮੈਨੂੰ 15 ਬੰਦੇ ਚਾਹੀਦੇ ਚਾਰ ਮੇਰੇ ਲੈ ਜਾਓ ਅਗਲੇ ਵਾਰੀ ਉਹਨੇ ਕੰਮ ਕਰਨਾ ਤਿੰਨ ਉਹਦੇ ਲੈ ਜਾਓ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਸਾਂਝੇ ਤੌਰ ਤੇ ਕੰਮ ਕਰਦਾ ਕਹਿੰਦੇ ਜੱਗੂ ਭਗਵਾਨਪੁਰੀਆ ਦੋ ਸ਼ਾਰਪ ਸ਼ੂਟਰ ਉਹਨੇ ਪ੍ਰੋਵਾਈਡ ਕਰਾਏ ਹੁਣ ਜਦੋਂ ਰਿਮਾਂਡ ਦੇ ਉੱਤੇ ਲੈ ਜਾਂਦਾ ਪੰਜਾਬ ਪੁਲਿਸ ਨੇ ਖੁਲਾਸੇ ਕੀ ਹੁੰਦੇ ਆ ਨਮੀ ਚੀਜ਼ ਸਿੱਧੂ ਮੂਸੇ ਵਾਲੇ ਦੇ ਕੇਸ ਚ ਨਿਕਲ ਕੇ ਸਾਹਮਣੇ ਆਉਂਦੀ ਇੰਤਜ਼ਾਰ ਰਹੇਗਾ ਨਹੀਂ ਕੋਲ ਠੀਕ ਹੈ ਦੇਖੋ ਪੁਲਿਸ ਆਪਣੇ ਤੌਰ ਤੇ ਲੱਗੀ ਆ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ 1 ਮਹੀਨਾ ਹੋ ਗਿਆ ਇਸ ਮਾੜੀ ਘਟਨਾ ਨੂੰ ਵਾਪਰਿਆ ਤੇ ਅਜੇ ਤੱਕ ਕੋਈ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵੱਖ-ਵੱਖ ਗ੍ਰਿਫਤਾਰੀਆਂ ਹੋ ਰਹੀਆਂ ਰਿਮਾਂਡ ਆ ਰਿਹਾ ਉਸ ਕੈਰੀ ਅਸੀਂ ਜਾਂਚ ਕਰ ਰਹੇ ਹਾਂ ਪਰ ਦੂਜੇ ਪਾਸੇ ਜਿਹੜਾ ਦੁੱਖ ਆ ਉਹ ਤਾਂ ਮਾਪਿਆਂ ਨੂੰ ਭੁੱਲਣਾ ਨਹੀਂ ਕਿਉਂਕਿ ਮੇਰੇ ਖਿਆਲ ਨਾਲ ਕੱਲ ਤਾਂ ਦੇਣੀ ਸੀਗਾ ਜਦੋਂ ਜਿੱਥੇ ਸੰਸਕਾਰ ਹੋਇਆ ਸੀ ਸਿੱਧੂ ਮੂਸੇ ਵਾਲੇ ਦਾ ਉੱਥੇ ਇੱਕ ਜਿਹੜਾ ਉਹਨਾਂ ਦਾ ਫੈਨ ਸੀਗਾ ਉਹਨੇ ਬੁੱਤ ਪਰਵਾਰ ਨੂੰ ਭੇਟ ਕੀਤਾ ਉਹ ਉੱਥੇ ਜਿੱਥੇ ਸਸਕਾਰ ਹੋਇਆ ਉੱਥੇ ਉਹਨਾਂ ਨੇ ਲਾਭ ਹੀ ਦਿੱਤਾ ਲੋਕ ਜਾਂਦੇ ਨੇ ਦੇਖ ਲਓ ਚਾਹੇ ਮਹੀਨਾ ਹੋ ਗਿਆ ਸਟਿਲ ਲੋਕ ਉੱਥੇ ਜਾ ਰਹੇ ਆ ਪਿਆਰ ਕਰਨ ਵਾਲਿਆਂ ਨੂੰ ਨਹੀਂ ਜਾ ਰਹੇ ਆ ਜੀ ਅਜੇ ਉਹ ਦੇਖੋ ਜਦ ਤੱਕ ਇਨਸਾਫ ਨਹੀਂ ਮਿਲਦਾ ਉਹ ਕੰਮ ਠੰਡਾ ਨਹੀਂ ਪੈਣਾ ਇਹਦੇ ਵਿੱਚ ਕੋਈ ਦੂਰ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਕੰਮ ਜਿਹੜਾ ਉਹ ਚੱਲੀ ਜਾਂਦਾ ਸੰਧਾਲੀਆ ਸਭ ਸਰਕਾਰ ਦਾ ਦਾਵਾ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਹਾਂ ਪਰ ਬਹੁਤੇ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਗੁਰਦਾਸਪੁਰ ਦੀ ਜਿਹੜੀ ਡਰਗ ਇੰਸਪੈਕਟਰ ਬੀਬੀ ਜੀ ਨੇ ਉਹ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਿਉਂ ਕੀਤਾ ਕਿ ਇੱਕ ਮੈਡੀਕਲ ਸਟੋਰ ਵਾਲਾ ਕਹਿੰਦਾ ਜੀ ਲਾਇਸੈਂਸ ਰੀਨਿਊ ਕਰਾਉਣਾ ਸੀ ਬੀਬੀ ਜੀ ਆਪਣੇ ਨਾਲ ਜਿਹੜਾ ਉਹਨਾਂ ਦੇ ਦਰਜਾਚਾਰ ਕਰਮਚਾਰੀ ਹੋਊਗਾ ਉਹਨੂੰ ਭੇਜਦਾ ਹੀ ਤੇ 90000 ਰੁਪਇਆ ਮੰਗਦੇ ਸੀ ਕਿ ਨਹੀਂ ਤਾਂ ਲਾਇਸੈਂਸ ਨਹੀਂ ਰੀਨਿਊ ਹੋਣਾ ਸ਼ਟਰ ਲੱਗ ਜਾਣਾ ਜਿਹੜੀ ਰੋਜ਼ ਦੀ ਕਮਾਈ ਕਰਦਾ ਤੂੰ ਭਾਈ ਉਹ ਕਮਾਈ ਖੁਈ ਬੰਦ ਹੋ ਜਾਣੀ ਆ ਉਹਨੇ ਮੁੱਖ ਮੰਤਰੀ ਸਾਹਿਬ ਦੇ ਉਹ ਜਿਹੜਾ ਐਕਸ਼ਨ ਲਾਈਨ ਆ ਐਂਟੀ ਕ腐ਪਸ਼ਨ ਹੈਲਪਲਾਈਨ ਜਿਹੜੀ ਹੈ ਉਹਦੇ ਤੇ ਰਿਪੋਰਟ ਕਰਤੀ ਅਗਲਿਆਂ ਨੇ ਫਿਰ ਕੰਮ ਖਿੱਚ ਦਿੱਤਾ ਪਹਿਲਾਂ ਉਹ ਬੰਦਾ ਫੜਿਆ ਜਿਹੜਾ ਪੈਸੇ ਮੰਗਣ ਜਾਂਦਾ ਸੀ ਉਹਦੇ ਤੋਂ ਬਾਅਦ ਫਿਰ ਅਗਲੇ ਪਾਸੇ ਕਮ ਤੋਰ ਦਿੱਤਾ ਉਹਨੇ ਬੀਬੀ ਜੀ ਦਾ ਨਾਮ ਲੈਤਾ ਬੀਬੀ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾ ਲੋਕੇ ਉਫ ਲੈ ਆਏ ਉਥੋਂ ਹਾਂ ਨਹੀਂ ਦੇਖੋ 90 ਹਜ਼ਾਰ ਤਾਂ ਖੇੜ ਜੀ ਨਹੀਂ ਬਣਾਈਓ ਪਰ ਇੱਕ ਗੱਲ ਤੇ ਮੈਨੂੰ ਸਮਝ ਨਹੀਂ ਆਈ ਗੱਲ ਦੀ ਵੀ ਪੂਰਾ ਲੱਖ ਕਿਉਂ ਨਹੀਂ ਕਿਹਾ ਇਹ 10 ਹਜ਼ਾਰ ਦੀ ਛੋਟ ਹੈ ਕੋਈ ਨਹੀਂ ਨਹੀਂ ਇਦਾਂ ਵੀ ਲਿਖਿਆ ਹੁੰਦਾ ਜੀ ਸਿਰਫ 999 ਰੁਪਏ 99 ਪੈਸੇ ਦੀ ਚੀਜ਼ ਹੈ ਆ ਇਹੋ ਸਾਬਾ ਹਨਾ ਵੀ ਮੱਲ ਜਾਨੀ ਯਾਨੀ ਪੈਕੇਜ ਹੀ ਆ ਪੈਕੇਜ ਹੀ ਆ ਅਸੀਂ ਜਿਹੜਾ ਲੱਖ ਮੰਗ ਲਿਆ ਹਨਾ 90 ਹਜ਼ਾਰੀ ਮੰਗਿਆ ਸਾਰਾ ਉਹ ਇੱਕ ਵਾਰੀ ਕਿੱਥੇ ਦੀ ਸੀ ਉਹ ਬੀਬੀ ਮੱਧ ਪ੍ਰਦੇਸ਼ ਦੀ ਸੀ ਐਮ ਐਲ اے ਬੀਬੀ ਉਹ ਕਹਿੰਦੀ ਦੇਖੋ ਜੇ 2-400 500 ਹਜ਼ਾਰ ਰੁਪਈਆ ਤਾਂ ਤੁਸੀਂ ਲੈਨੇ ਠੀਕ ਆ ਆ 5-5000 ਰੁਪਈਆ ਲੋਕਾਂ ਤੋਂ ਲਈ ਜਾਨੇ ਇਹ ਨਹੀਂ ਠੀਕ ਹਾਂ ਆਉਂ ਨਹੀਂ ਤੇ ਕੋਈ ਗਲਤ ਹੈਗੀ ਆ ਵੀ ਮੇਰੇ ਖਿਆਲ ਨਾਲ ਦੂਜੇ ਤੇ ਜਿੱਦਣ ਇਹੋ ਜੀ ਕੋਈ ਨਾ ਕੋਈ ਖਬਰ ਆ ਜਾਂਦੀ ਆ ਵੀ ਕਿਤੇ ਨਾ ਕਿਤੇ ਕੋਈ ਫਲਾਣੇ ਥਾਂ ਤੋਂ ਫੜ ਲਿਆ ਜੀ ਕੋਈ ਟੀਂਡੇ ਥਾਂ ਤੋਂ ਫੜਿਆ ਗਿਆ ਪਰ ਉਹਦੇ باوجود ਵੀ ਜਿਹੜੇ ਬੰਦੇ ਕੰਮ ਕਰ ਰਹ ਜਾਂ ਤਾਂ ਉਹ ਉਹ ਆਂਦੇ ਵੀ ਵੀਰ ਜਿਹੜਾ ਕੰਮ ਸ਼ਕਣ ਛਕਾਉਣ ਵਾਲਾ ਉਹ ਕਰੀਏ ਕਿਹੜੀਆਂ ਖਬਰਾਂ ਖੋਰਾਂ ਕਿਤੇ ਚਲਦੀਆਂ ਚੁਲਦੀਆਂ ਰਹਿੰਦੀਆਂ ਕਿਹੜਾ ਕੋਈ ਵੇਂਦਾ ਹੀ ਪਰ ਮੈਨੂੰ ਲੱਗਦਾ ਵੀ ਜਿਹੜਾ ਇਦਾਂ ਕੜੇਕੀ ਝੜ ਜਾਂਦਾ ਉਹਨੂੰ ਫੇਰ ਪਤਾ ਲੱਗਦਾ ਜਾਂ ਇੱਕ ਗੱਲ ਇਹ ਵੀ ਹੋ ਸਕਦੀ ਹੈ ਵੀ ਵਿਜੀਲੈਂਸ ਨੇ ਫਲਾਣਾ ਰਿਸ਼ੋਤ ਲੈਂਦਾ ਗ੍ਰਿਫਤਾਰ ਕੀਤਾ ਇਹ ਕੋਈ ਨਵੀਂ ਖਬਰ ਨਹੀਂ ਜੀ ਆਪਾਂ ਇੰਨੀ ਕੀ ਪੜਨੀ ਹੋਵੇ ਇਹ ਤਾਂ ਕਦੋਂ ਤੋਂ ਆਉਂਦੀ ਹੁੰਦੀ ਹੈ ਹਾਂ ਉਹਦੇ ਤੋਂ ਬਾਅਦ ਉਹਦੇ ਨਾਲ ਕੀ ਹੋਇਆ ਇਹ ਕਦੀ ਨਹੀਂ ਦੱਸਿਆ ਜਾਂਦਾ ਮੈਨੂੰ ਲੱਗਦਾ ਵੀ ਜਾਂ ਤਾਂ ਉਹ ਜਿਆ ਵੀ ਕੋਈ 1 2 3 ਇਹੋ ਜਿਹੀਆਂ ਖਬਰਾਂ ਆ ਜਾਣਾਂ ਨਾ ਵੀ ਉਹ ਭਾਈ ਸਾਹਿਬ ਅੱਜ ਤੋਂ 3 ਮ ਉਦੇ ਨਾਲ ਆ ਕੁਝ ਹੋਇਆ ਤੇ ਹੁਣ ਉਹ ਇੱਥੇ ਜੇ ਫਿਰ ਹੋ ਸਕਦਾ ਬੰਦਿਆਂ ਨੂੰ ਕਾਨੂੰਨ ਥੋੜੀ ਆ ਨਹੀਂ ਬਿਲਕੁਲ ਤੇ ਇੱਕ ਜਾਂਦੇ ਜਾਂਦੇ ਇਹ ਜ਼ਰੂਰ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਚਰਚਾ ਚੱਲਦੀ ਸੀ ਕਿ 8000 ਕਰੋੜ ਰੁਪਇਆ ਸਰਕਾਰ ਨੇ ਕਰਜ਼ਾ ਲੈ ਲਿਆ ਪੰਜਾਬ ਹਰ ਕਰਜ਼ੇ ਚਲੇ ਗਿਆ ਪਤਾ ਨਹੀਂ ਤੱਥ ਕਿੰਨੇ ਕੁ ਠੀਕ ਨੇ ਪਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰੀ ਕਹਿੰਦੇ ਅਸੀਂ 8000 ਕਰੋੜ ਕਰਜ਼ਾ ਲਿਆ ਤੇ 1.5 1000 ਕਰੋੜ ਕਹਿੰਦੇ ਮੂੜਿਆ ਵੀ ਹੈ ਹੁਣ ਉਹ ਕੈਲਕੂਲੇਸ਼ਨਾਂ ਕਿੰਨੀਆਂ ਕੁ ਠੀਕ ਨੇ ਕਿੰਨੀਆਂ ਕੁ ਨਹੀਂ ਦੋਸ਼ ਲਾਉਣ ਵਾਲੇ ਸੱਚੇ ਨਹੀਂ ਹਰਪਾਲ ਸਿੰਘ ਚੀਮਾ ਸਾਹਿਬ ਠੀਕ ਬੋਲਦੇ ਆ ਇਹ ਤਾਂ ਪਯੋ ਹੀ ਜਾਣਦੇ ਆ ਪਰ ਪੰਜਾਬ ਦਾ ਕਰਜ਼ਾ ਹੌਲੀ ਹੌਲੀ ਘਟੇ ਅਮਨ ਕਾਨੂੰਨ ਸ਼ਾਂਤੀ ਰਹੇ ਲੋਕਾਂ ਨਾਲ ਮਿਲ ਕੇ ਰਹਿਣ ਤਾਂ ਹੀ ਚੰਗਾ ਨਹੀਂ ਬਿਲਕੁਲ ਠੀਕ ਹੈ ਬਾਕੀ ਦਾਵਾ ਤਾਂ ਕੀਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਐਮਪੀ ਵਾਲੀ ਇਲੈਕਸ਼ਨ ਦਾ ਜ਼ਿਕਰ ਕੀਤਾ ਵੀ ਪਹਿਲੀ ਵਾਰ ਮੈਂ ਹੱਥ ਜੋੜ ਕੇ ਆਇਆ ਸੀ ਤੇ ਦੂਜੀ ਵਾਰ ਮੈਂ ਕਮਾਂ ਦੇ ਸਿਰ ਤੇ ਆਇਆ ਜੀ ਤੇ ਹੁਣ ਉਹਨਾਂ ਨੇ ਕਿਹਾ ਵੀ ਆ ਸਾਨੂੰ ਪਹਿਲਾ ਮੌਕਾ ਮਿਲ ਗਿਆ ਤੇ ਅਗਲੀ ਵਾਰ ਹੁਣ ਅਸੀਂ ਕਮਾਂ ਦੇ ਸਿਰ ਤੇ ਵੋਟਾਂ ਮੰਗਣੀਆਂ ਤੋਂ ਚਲੋ ਆਸ ਕਰਦੇ ਹਾਂ ਠੀਕ ਹੈ ਜੀ ਚਲੋ ਜੀ ਮਿਹਰਬਾਨੀ ਜੀ ਸ਼ੁਕਰੀਆ ਲਓ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਨੇ ਹੋ ਬੜੇ ਧੰਨਵਾਦੀ ਹਾਂ ਦੇਖ ਤੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ